ਮਾਨਸ ਕੀ ਗਤਿ ਏਹੀ ਸਤਨਾਮ ਧਨਵਾਹੀ ਗੁਰੂ ਸਾਹਿਬ ਜੀਓ ਬੱਬਾ ਬਾਜੀ ਖੇਲਣ ਲਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲਗਾ ਪਭ ਪਲਹਿ ਸੇ ਫਲ ਪਾਵੈ ਗੁਰ ਪ੍ਰਸਾਦੀ ਜਿਨ ਕੋ ਪਹੁ ਪਿਆ ਮਨ ਮੁਖ ਫਿਰੈ ਨਾ ਚੇਤ ਤਹਿ ਮੂੜੇ ਲਖ ਚੌਰਾਸੀ ਫੇਰ ਪਿਆ ਮਮੈ ਮੋਹ ਮਰਨ ਮਦ ਸੂਦਨ ਮਰਨ ਭਇਆ ਤਬ ਚਿਤ ਪਿਆ ਕਾਇਆ ਭੀਤਰ ਅਵਰ ਹੋ ਪੜਿਆ ਮਮ ਅਖਰ ਵਿਸਰਿਆ ਏਯਾ ਜਨਮ ਨਾ ਹੋਵੀ ਕਦ ਹੀ ਜੇ ਕਰ ਸੱਚ ਪਛਾਣੈ ਗੁਰਮੁਖ ਆਖੈ ਗੁਰਮੁਖ ਬੂਝੈ ਗੁਰਮੁਖ ਏਕੋ ਜਾਣੈ ਰਾਰ ਰਵ ਰਹਿਆ ਸਭ ਅੰਤਰ ਜیتے ਕੀਏ ਜਨਤਾ ਜੰਤ ਉਪਾਏ ਤੰਦੈ ਸਭ ਲਾਏ ਕਰਮ ਹੋਵਾ ਤਿੰਨ ਨਾਮ ਲਿਆ ਰਾਰੈ ਰਬ ਰਹਾ ਸਭ ਅੰਤਰ ਜیتے ਕੀਏ ਜਨਤਾ ਜੰਤ ਉਪਾਏ ਧੰਦਾ ਸਭ ਲਾਏ ਕਰਮ ਹੋਵਾ ਤਿੰਨ ਨਾਮ ਲਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਖੇ ਹੋ ਸਨਮਾਨਯੋਗ ਭਾਈ ਸਾਹਿਬ ਜੀ ਅੰਮ੍ਰਿਤ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਸਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ੂਰ ਦੀ ਉਚਾਰਨ ਕੀਤੀ ਹੋਈ ਰਾਗ ਆਸਾ ਵਿੱਚ ਜੋ ਪੱਟੀ ਲਿਖੀ ਹੈ ਇਸ ਅੰਮ੍ਰਿਤ ਬਾਣੀ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਕਰਦੇ ਆ ਰਹੇ ਹਾਂ ਕੱਲ 21 ਪਦੇ ਤੋਂ ਲੈ ਕੇ 25 ਪੱਚਵੇਂ ਪਦੇ ਤੱਕ ਆਪਾਂ ਵਿਚਾਰ ਕੀਤੀ ਸੀ ਔਰ ਖਾਸ ਕਰਕੇ ਜੋ 25ਵਾਂ ਪਦ ਅਖੇ ਉਸ ਉਪਰ ਵਿਚਾਰ ਨੂੰ ਵਿਸ਼ਰਾਮ ਦਿੱਤਾ ਸੀ ਜੋ ਸੀ ਕਲ ਵਿਚਾਰਿਆ ਉਹ ਦੱਦੇ ਅਖਰ ਤੋਂ ਸੀ ਦੱਦੇ ਦੋਸ਼ ਨਾ ਦੇਉ ਕਿਸਾ ਮੈਂ ਕਿਸੇ ਹੋਰ ਨੂੰ ਕੀ ਦੋਸ਼ ਦਿਆਂ ਦੋਸ਼ ਕਰਮਾ ਆਪਣੇ ਆ ਮੇਰੇ ਆਪਣੇ ਕੀਤੇ ਹੋਏ ਕਰਮਾਂ ਦਾ ਹੀ ਦੋਸ਼ ਹੈ ਜੋ ਮੈਂ ਕੀਤਾ ਸੋ ਮੈਂ ਪਾਇਆ ਮੈਂ ਆਪਣੀ ਜ਼ਿੰਦਗੀ ਵਿੱਚ ਜੋ ਕਰਮਾਂ ਦਾ ਬੀਜ ਬੀਜਿਆ ਉਹਨਾਂ ਕਰਮਾਂ ਦੇ ਬੀਜ ਵਿੱਚੋਂ ਮੈਨੂੰ ਉਸ ਫਲ ਦੀ ਪ੍ਰਾਪਤੀ ਹੋਈ ਹੈ ਮਹਾਰਾਜ ਸ਼ਬਦ ਵਰਤ ਰਿਹਾ ਦੋਸ਼ ਨਾ ਦੀਜੈ ਅਵਰਜਨਾ ਆਪਣੀ ਕੀਤੇ ਕੋਈ ਗੁਨਾਹ ਆਪਣੇ ਕਰਮਾਂ ਦੇ ਬੀਜ ਦਾ ਜੋ ਫਲ ਮਿਲੇ ਉਸ ਵਕਤ ਕਿਸੇ ਦੂਜੇ ਤੇ ਦੋਸ਼ ਮਤ ਦੇ ਕਿ ਉਸ ਕਰਕੇ ਮੈਨੂੰ ਇਹ ਦੁੱਖ ਮਿਲਿਆ ਹੈ ਉਸ ਕਰਕੇ ਫਲ ਮਿਲਿਆ ਹੈ ਮਹਾਰਾਜ ਕਹਿੰਦੇ ਨੇ ਕਿਸੇ ਦੂਸਰੇ ਨੂੰ ਦੋਸ਼ ਮਤ ਦੇ ਜਿਵੇਂ ਅਸੀਂ 12 ਮਾਹ ਵਿੱਚ ਮਹਾਰਾਜ ਦਾ ਬਚਨ ਪੜ੍ਹਨੇ ਆਂ ਕਤਿਕ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋਗ ਕਿਸੇ ਦੂਸਰੇ ਤੇ ਦੋਸ਼ ਕਿਉ ਮੜ ਰਿਆ ਹੈ ਹਜ਼ੂਰ ਨੇ ਉਸ ਤੋਂ ਬਾਅਦ ਧੱਦੇ ਅਖਰਾਈ ਉਪਦੇਸ਼ ਦਿੱਤਾ ਸੀ ਕਿ ਜਿਸ ਪਾਰਬ੍ਰह्म ਪਰਮੇਸ਼ਵਰ ਨੇ ਇਸ ਸਾਰੀ ਧਰਤੀ ਨੂੰ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਹਰ ਚੀਜ਼ ਵਿੱਚ ਉਹਨੇ ਰੰਗ ਭਰ ਦਿੱਤਾ ਜੋ ਪਰਮਾਤਮਾ ਨੇ ਆਪਣੇ ਹੁਕਮ ਚ ਬਖਸ਼ਿਸ਼ ਕੀਤੀ ਜੀਵ ਉਸ ਬਖਸ਼ਿਸ਼ ਨੂੰ ਕਰਮ ਨੂੰ ਮੰਨ ਰਿਹਾ ਹੈ ਨੰਨੇ ਅੱਖਰ ਰਾਹੀਂ ਉਪਦੇਸ਼ ਦਿੱਤੋ ਨੇ ਕਿ ਇਹ ਜੀਵ ਤੂੰ ਪਰਮਾਤਮਾ ਪਤੀ ਦੀਆਂ ਦਿੱਤੀਆਂ ਦਾਤਾਂ ਭੋਗ ਰਿਹਾ ਹੈ ਅਰੋਜ ਉਸ ਦੀ ਦਾਤ ਮੰਨ ਰਹਿ ਨਾ ਉਹਨੂੰ ਯਾਦ ਕੀਤਾ ਤੇ ਨਾ ਕਦੀ ਉਹਦੇ ਦਰਸ਼ਨ ਕੀਤੇ ਪਰ ਮਹਾਰਾਜ ਨੇ ਆਪਣੇ ਤੇ ਗੱਲ ਟੁਕਾ ਕੇ ਕਿਆ ਗੱਲੀ ਖੌ ਸੋਹਾਗਣ ਪੈਣੇ ਕੰਤ ਨ ਕਬ ਹੂੰ ਮੈ ਮਿਲਿਆ ਉਸ ਤੋਂ ਬਾਅਦ ਮਹਾਰਾਜ ਜੀ ਨੇ ਪੱਪੇ ਅੱਖਰਾਂ ਹੀ ਸਮਝਾਇਆ ਕਿ ਪਾਤਸ਼ਾਹ ਪਰਮੇਸ਼ਵਰ ਨੇ ਪਰਪੰਚ ਰਚਿਆ ਹੈ ਤੇ ਉਹ ਇਸ ਪਰਵੰਚ ਨੂੰ ਆਪ ਦੇਖ ਰਿਹਾ ਹੈ ਉਹ ਸਮਝਦਾ ਹੈ ਦੇਖਦਾ ਹੈ ਬੁੱਝਦਾ ਹੈ ਤੇ ਸੱਚ ਇਹ ਵੇ ਉਹ ਅੰਤਰ ਬਾਹਰ ਆਪ ਰਵਿਆ ਹੋਇਆ ਹੈ ਅਸੀਂ ਫਫੇ ਅੱਖਰ ਤੇ ਵਿਚਾਰ ਰੋਕੀ ਸੀ ਮਹਾਰਾਜ ਜੀ ਨੇ ਕਿਹਾ ਫਫੇ ਫਾਹੀ ਸਭ ਜਗ ਫਾਂਸਾ ਜਿਹੜੀ ਅੱਜ ਅਸੀਂ ਵਿਚਾਰ ਸ਼ੁਰੂ ਕਰਨੀ ਹੈ ਫਫੇ ਅੱਖਰ ਰਹੀ ਮਹਾਰਾਜ ਬਚਨ ਕਰਦੇ ਆ ਕਿ ਇਹ ਸਾਰੇ ਦਾ ਸਾਰਾ ਜਗ ਜਿਹੜਾ ਹੈ ਇਹ ਪਰਮਾਤਮਾ ਨੇ ਮਾਨੂ ਮੋਦੀ ਫਾਂਸੀ ਵਿੱਚ ਫਸਾਇਆ ਹੋਇਆ ਹੈ ਫੱਪੇ ਫਾਈ ਸਭ जग ਫंसा ਜਮ ਕੇ ਸੰਗਲ ਬੰਦ ਲਿਆ ਉਸ ਮੋਦੀਆਂ ਤੰਦਾਂ ਨੇ ਇਹਨੂੰ ਉਸ ਮੁਕਾਮ ਤੇ ਖੜੀਆਂ ਕਰ ਦਿੱਤਾ ਜੀ ਕਿ ਸੱਚ ਇਹ ਵੇ ਕਿ ਬੰਦਾ ਜਿਹੜਾ ਉਹ ਜਮਾਂ ਦੇ ਸੰਗਲ ਵਿੱਚ ਵੱਜਾ ਹੋਇਆ ਹੈ ਇੱਥੇ ਆਪਾਂ ਕੱਲ ਵਿਸਤਾਰ ਸਹਿਤ ਵਿਚਾਰ ਨਹੀਂ ਸੀ ਕੀਤੀ ਜਮ ਕੈ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇ ਨਰ ਉਭਰੇ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਇਸ ਜਮਾ ਦੇ ਸੰਗਲ ਤੋਂ ਬਚ ਗਏ ਉਭਰੇ ਦਾ ਅਰਥ ਉਹਨਾਂ ਦਾ ਬਚਾਓ ਗਿਆ ਜੇ ਹਰ ਸ਼ਰਨਾਗਤ ਭਜ ਪਿਆ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਪਰਮਾਤਮਾ ਦੇ ਨਾਮ ਦੀ ਸ਼ਰਨ ਵਿੱਚ ਚਲਾ ਗਿਆ ਪਰਮਾਤਮਾ ਨੇ ਉਹਨੂੰ ਜਮਾ ਦੇ ਸੰਗਲ ਤੋਂ ਬਚਾ ਲਿਆ ਇਹ ਅਸੀਂ ਕੱਲ ਵਿਚਾਰ ਆਰੰਭ ਕੀਤੀ ਸੀ ਆਪ ਜੀ ਦੇ ਸਾਹਮਣੇ ਅਰਜ਼ ਕੀਤੀ ਸੀ ਇੱਕ ਫੰਦੇ ਉਹ ਨੇ ਜਿਹੜੇ ਦਿਸਦੇ ਨਹੀਂ ਪਰ ਸੱਚ ਇਹ ਵੇ ਉਹਨਾਂ ਫੰਦਿਆਂ ਨੇ ਸਾਰੇ ਸੰਸਾਰ ਨੂੰ ਆਪਣੇ ਵਿੱਚ ਲਪੇਟਿਆ ਹੋਇਆ ਸਿਮੇਟਿਆ ਹੋਇਆ ਹੈ ਉਸ ਨੂੰ ਮਹਾਰਾਜ ਜੀ ਨੇ ਮੋਹ ਸ਼ਬਦ ਦਾ ਫੰਦਾ ਗਿਆ ਉਸ ਤੋਂ ਅਗਲਾ ਬਚਨ ਜਮ ਦੇ ਸੰਗਲ ਵਰਤਿਆ ਹੈ ਪਰ ਨਾਲ ਇਹ ਵੀ ਸ਼ਬਦ ਕਹਿ ਦਿੱਤਾ ਕਿ ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਪੈ ਗਏ ਸੱਚ ਇਹ ਵੀ ਪਰਮਾਤਮਾ ਨੇ ਉਹਨਾਂ ਮਨੁੱਖਾਂ ਨੂੰ ਉਸ ਜਮ ਦੇ ਸੰਗਲ ਤੋਂ ਉਭਾਰ ਲਿਆ ਉਹਨਾਂ ਨੂੰ ਬਚਾ ਲਿਆ ਭਾਵੇਂ ਇਸ ਦੀ ਵਿਚਾਰ ਮੈਨੂੰ ਯਾਦ ਹੈ ਇੱਕ ਵਾਰ ਇੱਥੇ ਕਥਾ ਕੀਤੀ ਸੀ ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁੰਨ ਕਰਤਾਰ ਹਕਾਂ ਕਬੀਰ ਕਰੀਮ ਤੂੰ ਬੇਅੈਬ ਪਰਵਦਗਾਰ ਉਸ ਵਕਤ ਮੈਂ ਬੇਨਤੀ ਕੀਤੀ ਸੀ ਪਰ ਅੱਜ ਮੈਂ ਫਿਰ ਆਪ ਨੂੰ ਇੱਕ ਬੇਨਤੀ ਕਰਦਿਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤ ਅਨੁਸਾਰ ਜੀਵ ਸੱਚ ਮੁੱਚ ਮੋਹ ਤੇ ਜਮਾ ਦੇ ਸੰਗਲ ਵਿੱਚ ਫੰਦੇ ਵਿੱਚ ਫਸ ਜਾਂਦਾ ਹੈ ਪਰ ਪਰਮੇਸ਼ਵਰ ਜੀ ਉਸ ਫਸੇ ਹੋਏ ਨੂੰ ਆਪਣੇ ਨਾਮ ਦੀ ਤੋਫੈਲਿਸ਼ ਗੁਰੂ ਕਿਰਪਾ ਕਰਕੇ ਉਸ ਦੇ ਫੰਦੇ ਕੱਟ ਦਿੰਦਾ ਹੈ ਇੱਕ ਇੱਥੇ ਮੈਂ ਉਦਾਹਰਣ ਦੇਣਾ ਸੇਵਾ ਪੰਥੀ ਇੱਕ ਗੁਰਮਖ ਪਿਆਰੇ ਹੋਏ ਨੇ ਭਾਈ ਸੇਵਾ ਰਾਮ ਜੀ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਪਰਚੀ ਦਸਵੇਂ ਪਾਤਸ਼ਾਹ ਕੀ ਉਸ ਵਿੱਚ ਪ੍ਰਸ਼ਨੋਤਰੀ ਵੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛਿਆ ਜਾਂਦਾ ਹੈ ਮਹਾਰਾਜ ਇੱਕ ਤਰ੍ਹਾਂ ਤਾਂ ਆਪ ਕਹਿ ਰਹੇ ਹੋ ਇਹ ਜੀਵ ਪਰਮਾਤਮਾ ਦੀ ਅੰਸ ਹੈ ਅਸੀਂ ਸਾਰੇ ਕਹਿੰਦੇ ਹਾਂ ਕਹੋ ਕਬੀਰ ਇਹ ਰਾਮ ਕੀ ਅੰਸ ਹੈ ਇਹ ਪਰਮਾਤਮਾ ਦੀ ਅੰਸ ਹੈ ਸਾਰੀ ਬਾਣੀ ਇਸ ਗੱਲ ਨੂੰ ਸਵੀਕਾਰ ਦੀ ਹੈ ਜਦੋਂ ਆਪਾਂ ਕੱਲ ਇਹ ਵੀ ਪੜਿਆ ਸੀ ਸੋ ਅੰਤਰ ਸੋ ਬਾਹਰ ਅਨੰਤ ਜੇ ਅੰਤਰ ਸ਼ਬਦ ਵਰਤਾਂਗੇ ਜਿਹੜਾ ਤੇਰੇ ਅੰਦਰੇ ਬਾਹਰ ਵੀ ਉਹ ਪਸਰਿਆ ਹੈ ਅਸੀਂ ਰਾਮ ਕੀ ਅੰਸ ਕਹਿੰਦੇ ਆ ਤੇ ਕੁਝ ਵੀ دیਵਾਨਾ ਨੇ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਜਿੰਨੇ ਸ਼ਰੀਰ ਨੇ ਇਹਦੇ ਵਿੱਚ ਪ੍ਰਮਾਤਮਾ ਦੀ ਅੰਸਖ ਹੈ ਇੱਕ ਉਦਾਹਰਨ ਲਈ ਇਹ ਸਮਝਾਉਣ ਲਈ ਆ ਸਮੁੰਦਰ ਕਿੰਨਾ ਵਿਰਾਟ ਹੈ ਖੁੱਲਾ ਹੈ ਡੂੰਗਾ ਹੈ ਵਿਸ਼ਾਲ ਹੈ ਪਰ ਜਦੋਂ ਇਸ ਪਾਣੀ ਨੂੰ ਅਸੀਂ ਕੈਮਿਸਟਰੀ ਦੇ ਸੂਤਰ ਨਾਲ ਵੇਖਨੇ ਜੋ ਸਾਇੰਸਦਾਨਾ ਨੇ ਇਹ ਇਹ ਇਹਦੂ ਸੂਤਰ ਦਿੱਤਾ ਉਹ ਇਹ ਹੈ ਕਿ ਇਹ ਹਾਈਡਰੋਜਨ ਤੇ ਆਕਸੀਜਨ ਨਾਲ ਬਣਿਆ ਹੈ ਇਸ ਲਈ ਪੜਨੇ ਚਲੋ ਸਾਨੂੰ ਪੜਾਇਆ ਜਾਂਦਾ ਸੀ H2O ਹਾਈਡਰੋਜਨ ਤੇ ਆਕਸੀਜਨ ਹੁਣ ਇੱਕ ਪਾਸੇ ਤੁਸੀਂ ਵਿਰਾਟ ਸਮੁੰਦਰ ਨੂੰ ਲੈ ਲਓ ਤੇ ਦੂਜੇ ਪਾਸੇ ਆਪਣੇ ਘਰ ਵਿੱਚ ਪਏ ਹੋਏ ਇੱਕ ਪਾਣੀ ਦੀ ਬੂੰਦ ਨੂੰ ਲੈ ਲਓ ਪਰ ਜਦੋਂ ਦੋਨਾਂ ਦਾ ਇਹ ਜਾਂਚ ਪੜਤਾਲ ਕੀਤੀ ਜਾਏਗੀ ਇਤਨਾ ਵਿਸ਼ਾਲ ਸਮੁੰਦਰ VH2O ਹੈ ਤੇ ਇੱਕ ਨਿੱਕੀ ਜੀ ਪਾਣੀ ਦੀ ਬੂੰਦ ਵੀ H2O ਹੈ H2O ਸੂਤਰ ਦੋਨਾਂ ਦਾ ਇੱਕੋ ਹੈ ਇਸੇ ਤਰ੍ਹਾਂ ਕਹਿੰਦੇ ਸਨ ਅੰਸ਼ ਤੇ ਅੰਸ਼ ਹੀ ਹੈ ਜਿਵੇਂ ਸਮੁੰਦਰ ਵਿਸ਼ਾਲ ਹੈ ਗਹਿਰਾ ਹੈ ਉਹ ਵੀ H2O ਤੇ ਇੱਕ ਬੂੰਦ ਨਿੱਕੀ ਜੀ ਉਹ ਵੀ H2O ਉੱਥੇ ਕਹਿ ਰਹੇ ਸਨ ਕਿ ਅਸਲ ਚ ਪਰਮਾਤਮਾ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹੈ ਜਿਹੜਾ ਸਮੁੰਦਰ ਦਾ ਅਸਲਾ ਹੈ ਉਹੀ ਅਸਲਾ ਬੰਦੇ ਨੇ ਰੱਬ ਦੇ ਸ਼ਰੀਰ ਵਿੱਚ ਪਾਇਆ ਹੋਇਆ ਹੈ ਤੈਨੂੰ ਅਸੀਂ ਪੜਨੇ ਆ ਆਤਮ ਇੱਕ ਸ਼ਬਦ ਵਰਤਨੇ ਪਰਮਾਤਮਾ ਪਰਮ ਆਤਮਾ ਬਹੁਤ ਵੱਡੀ ਥੋੜਾ ਜਿਹਾ ਇਸ ਬਿੰਦ ਨੂੰ ਸੁਣੋ ਜੇ ਰਾਮ ਕੀ ਅੰਸ਼ਿਕ ਜੇ ਕਿ ਸੱਚ ਮੁੱਚ ਇਹ ਇਹ ਪਰਮਾਤਮਾ ਦੀ ਅੰਸ਼ਿਕ ਹੈ ਇਸੇ ਕਰਕੇ ਸਤਿਗੁਰੂ ਨੇ ਕਈ ਥਾਵਾਂ ਤੇ ਸ਼ਬਦ ਪਿਤਾ ਤੇ ਪੁੱਤਰ ਵਾਲਾ ਵਿਵਰਤ ਆ ਅੰਸ਼ ਔਰ ਅੰਸੀ ਇਹ ਦੋ ਸ਼ਬਦ ਨੇ ਜੀ ਪਰ ਇੱਕ ਉੱਤੇ ਪੁੱਛਦੇ ਨੇ ਮਹਾਰਾਜ ਇਹ ਜੀਵ ਆਪ ਕਹਿੰਦੇ ਹੋ ਕਿ ਪਰਮਾਤਮਾ ਦੀ ਅੰਸ਼ਖ ਹੈ ਇਹ ਪਰਮਾਤਮਾ ਦਾ ਬੱਚਾ ਹੈ ਤੇ ਫਿਰ ਇਹਨੂੰ ਇਹ ਇਹ ਮੋਹ ਦੇ ਸੰਗਲ ਕਾਦੇ ਪੈ ਗਏ ਇਹਨੂੰ ਸਮਝਣ ਲਈ ਪਰਮਾਤਮਾ ਪਾਤਸ਼ਾਹ ਹੈ ਜੀਵ ਉਹਦਾ ਸ਼ਹਿਜ਼ਾਦਾ ਹੈ ਮੈਂ ਇਸ ਗੱਲ ਨੂੰ ਸਮਝਾ ਸਕਾਂ ਆਪਣੇ ਮਨ ਨੂੰ ਕਿ ਪਰਮਾਤਮਾ ਪਾਤਸ਼ਾਹ ਹੈ ਇਹ ਜੀਵ ਜਿਹੜਾ ਹੈ ਉਹਦਾ ਸ਼ਹਿਜ਼ਾਦਾ ਹੈ ਉਹਦਾ ਬੱਚਾ ਹੈ ਕਿ ਪਾਤਸ਼ਾਹ ਆਪਣੇ ਬੱਚੇ ਨੂੰ ਸੰਗਲਾਂ ਨਾਲ ਬੰਨੇਗਾ ਇਹਨੂੰ ਮਾਇਆ ਦਾ ਸੰਗਲ ਪਿਆ ਮੋਹ ਦਾ ਸੰਗਲ ਪਿਆ ਵਾਸ਼ਨਾ ਦਾ ਸੰਗਲ ਪਿਆ ਹੈ ਇਹ ਪਰਮਾਤਮਾ ਦਾ ਬੱਚਾ ਉਹਦਾ ਬੇਟਾ ਮਹਾਰਾਜ ਮੁਸਕਰਾ ਕੇ ਬਹੁਤ ਪਿਆਰਾ ਉੱਤਰ ਦਿੰਦੇ ਆ ਹਜ਼ੂਰ ਕਹਿੰਦੇ ਆ ਹਾਂ ਕਿ ਯਾਦ ਰੱਖੋ ਇਹ ਹੈ ਜੀਵ ਪਰਮਾਤਮਾ ਦੀ ਅੰਸ਼ ਪਰ ਜਿੰਨੀ ਦੇਰ ਤੱਕ ਇਸ ਜੀਵ ਦੇ ਅੰਦਰ ਮਤ ਸਹੀ ਵਰਤਦੀ ਹੈ ਤੇ ਇਹ ਪਾ ਪਾਤਸ਼ਾ ਪਿਓ ਦੇ ਜਿਹੜੇ ਨੌਕਰ ਨੇ ਸੁਣਿਓ ਪਿਓ ਦੇ ਜਿਹੜੇ ਨੌਕਰ ਨੇ ਉਹ ਸ਼ਹਿਜ਼ਾਦੇ ਨੂੰ ਵੀ ਸਜਦੇ ਕਰਦੇ ਆ ਨਮਸਕਾਰਾਂ ਕਰਦੇ ਆ ਉਹਦੇ ਹੁਕਮ ਨੂੰ ਮੰਨਦੇ ਆ ਪਰ ਜਦੋਂ ਸ਼ਹਿਜ਼ਾਦਾ ਕਿਤੇ ਕਮਲਾ ਹੋ ਜਾਏ ਸ਼ਦਾਈ ਹੋ ਜਾਏ ਤੇ ਜਿਹੜੇ ਪਿਓ ਦੇ ਬਣਾਏ ਕੋਈ ਨੌਕਰ ਚਾਕਰ ਨੇ ਉਸੇ ਸ਼ਹਿਜ਼ਾਦੇ ਨੂੰ ਸੰਗਲ ਪਾ ਕੇ ਘਰ ਨੂੜ ਕੇ ਬੰਨ੍ਹ ਦਿੰਦੇ ਆ ਫਿਰ ਬੇਨਤੀ ਸੁਣਿਓ ਗੱਲ ਹੈ ਬਰੀਕ ਸਮਝ ਪਹੇਗੀ ਮੈਂ ਤਾਂ ਰਿਪੀਟ ਕਰ ਰਿਹਾ ਕਿ ਸ਼ਹਿਜ਼ਾਦੇ ਦਾ ਸਤਕਾਰ ਹੈ ਪਰ ਜੇ ਸ਼ਹਿਜ਼ਾਦੀ ਕਮਲਾ ਹੋ ਜਾਏ ਮੰਨ ਲਓ ਪਾਗਲ ਹੋ ਜਾਏ ਸ਼ਦਾਈ ਹੋ ਜਾਏ ਤੇ ਉਹਦੀ ਨੌਕਰ ਜਿਨ੍ਹਾਂ ਨੇ ਸਜਦੇ ਕਰਨੇ ਨੇ ਉਹ ਹੀ ਉਹਨੂੰ ਰਸੀਆਂ ਨਾਲ ਬੰਨ੍ਹ ਦੇ ਪਿਆ ਮਹਾਰਾਜ ਕਹਿੰਦੇ ਸੱਚ ਏਵੇ ਇਹ ਜੀਵ ਜਦੋਂ ਪਰਮਾਤਮਾ ਨੂੰ ਭੁੱਲਦਾ ਹੈ ਇਹ ਕਮਲਾ ਹੋ ਜਾਂਦਾ ਹੈ ਇਸ ਕਮਲੇ ਨੂੰ ਜਿਹੜੀ ਅਨਰਜੀ ਕਾਮ ਕ੍ਰੋਧ ਲੋਭੋ ਹੰਕਾਰ ਦੀ ਇਹਦੀ ਗੁਲਾਮ ਬਣ ਕੇ ਦੇ ਸਜਦੇ ਕਰਨੇ ਸਨ ਇਹ ਹੀ ਤਾਕਤਾਂ ਜਿਹੜੀਆਂ ਨੇ ਇਹਨੂੰ ਜਕੜ ਲੈਂਦੀਆਂ ਨੇ ਖੈ ਤਾਂ ਆਤਮ ਸ਼ਹਿਜਾਦਾਈ ਪਰ ਨਾਮ ਭੁੱਲਣ ਪਰ ਕੇ ਕਮਲਾ ਹੋ ਗਿਆ ਤੇ ਕਮਲੇ ਨੂੰ ਪਿਓ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨਹੀਂ ਬਣ ਲਿਆ ਇਹਨੂੰ ਬਾਣੀ ਚ ਆਪਾ ਪੜ੍ਹਨੀਆ ਬਿਨ ਨਾਮ ਹੈ ਜਗ ਕਮਲਾ ਫਿਰੇ ਗੁਰਮੁਖ ਨਦਰਿ ਆਇਆ ਮੈਂ ਬੇਨਤੀ ਕੀਤੀ ਇਹ ਸੰਗਲ ਇਹ ਬੰਧਨ ਸਾਰੇ ਸ਼ਬਦ ਆਪਾਂ ਪੜ੍ਹਨੇ ਕ ਤੇ ਅਸਲ ਚ ਬੰਧਨ ਕੀ ਨੇ ਕਾਲਾਂ ਕਾਲ ਨੂੰ ਵੀ ਇਹ ਸ਼ਬਦ ਮੇਰਾ خیال ਇੱਕ ਪਦੇ ਚ ਆਉਣਾ ਹੈ ਹਕੀਕਤ ਇਹ ਵੇ ਇਹ ਬੰਧਨ ਦਿਸਦੇ ਹੋਏ ਨਹੀਂ ਜੇ ਮੰਨ ਲਓ ਰੱਸੀ ਸ਼ਬਦ ਮੈਂ ਵਰਤਿਆ ਸੰਗਲ ਸ਼ਬਦ ਵਰਤਿਆ ਅਸਲ ਚ ਕੀ ਹੈ ਬੰਧਨ ਦਾ ਅਰਥ ਹੈ ਕਿ ਕਿਸੇ ਨੂੰ ਚੱਲਣ ਨਾ ਦੇਣਾ ਉਹਨੂੰ ਰੋਕ ਕੇ ਰੱਖ ਲੈਣਾ ਇਹਦੇ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਸ਼ਬਦ ਵੀ ਵਰਤਿਆ ਮਹਾਰਾਜ ਜੀ ਨੇ ਉਹ ਸ਼ਬਦ ਹੈ ਚਿੱਕੜ ਯਾਦ ਰੱਖੋ ਚਿੱਕੜ ਵੀ ਤੁਰ ਨਹੀਂ ਦਿੰਦਾ ਹੁਣ ਉਦਾਹਰਨਾਂ ਨੇ ਬਾਹਰ ਦੀਆਂ ਪਰ ਇਹ ਬੰਦ ਨੇ ਚਿੱਕੜ ਜੇ ਕਹੋ ਜੀ ਬਾਰਮੁਖੀ ਦੱਸੋ ਸਾਨੂੰ ਸੰਗਲ ਕਿੱਥੇ ਫਿਰ ਬੇਨਤੀ ਸੁਣੋ ਮੈਂ ਇਸ ਨੂੰ ਥੋੜਾ ਜਿਹਾ ਬਰੀਕੀ ਨਾਲ ਜ਼ਿਕਰ ਲਗਾ ਕਿਉਂਕਿ ਜੰਮ ਦੇ ਸੰਗਲ ਦਾ ਜ਼ਿਕਰ ਆਇਆ ਤੇ ਤਰਕ ਕਰਨ ਵਾਲਾ ਕਹਿੰਦਾ ਫਿਰ ਜਮਾ ਦੇ ਸੰਗਲ ਦਿਖਾਓ ਕਿੱਥੇ ਮੈਂ ਆਪ ਨੂੰ ਬੇਨਤੀ ਕਰਨ ਲੱਗਾ ਇਹ ਮਾਇਆ ਦਾ ਜਿਹੜਾ ਸੰਗਲਕ ਹੈ ਦਿਸਦਾ ਨਹੀਂ ਪਰ ਜਦੋਂ ਸਾਡੀ ਸੁਰਤ ਤੇ ਪ੍ਰਭਾਵ ਪੰਦਾ ਹੈ ਮੰਨ ਲਓ ਮੈਂ ਉਦਾਹਰਣ ਦੇਣ ਲੱਗਾ ਇਹ ਸ਼ਰੀਰ ਜਿਹਨੂੰ ਅਸੀਂ ਪਾਲਨੇ ਆਖਾਂ ਇਸੇ ਸ਼ਰੀਰ ਨੂੰ ਕੋਈ ਖੇਦ ਹੋ ਜਾਂਦਾ ਹੈ ਤੇ ਸਾਡੀ ਸੁਰਤ ਵਾਰ-ਵਾਰ ਸ਼ਬਦ ਵਿੱਚ ਜਾਣ ਦੀ ਥਾਂ ਇਹਨੂੰ ਸ਼ਰੀਰ ਦਾ ਖੇਦ ਰੋਗ ਉਹ ਆਪਣੇ ਵੱਲ ਖਿੱਚਦਾ ਹੈ ਹਾਲਾਂਕਿ ਸ਼ਰੀਰ ਨੇ ਕੋਈ ਸੁਰਤ ਨੂੰ ਦਿਸਦਾ ਸੰਗਲ ਨਹੀਂ ਪਾਇਆ ਇੱਕ ਫੁਰਨੇ ਦਾ ਸੰਗਲ ਹੀ ਸਾਡੀ ਸੁਰਤ ਨੂੰ ਉਸ ਚੀਜ਼ ਨਾਲ ਘੁੱਟ ਕੇ ਬੰਨ ਲੈਂਦਾ ਹੈ ਅੱਗੇ ਤੁਰ ਨਹੀਂ ਦਿੰਦਾ ਇਹਨੂੰ ਆਪਾਂ ਬੰਧਨ ਕਹਿੰਦੇ ਹਾਂ ਨਿਕਲ ਨਹੀਂ ਰਿਹਾ ਦੂਸਰੀ ਉਦਾਹਰਣ ਮੰਨ ਲਓ ਕਾਮ ਕ੍ਰੋਧ ਲੋਭ ਮੋ ਸ਼ਬਦ ਵਰਤਿਆ ਹੈ ਤਾਂ ਇਹ ਸਾਰੀ એનર્ਜੀ ਪਰ ਇਸੇ એનર્ਜੀ ਨੂੰ ਗੁਰੂ ਸਾਹਿਬ ਨੇ ਖੰਡਨ ਨਹੀਂ ਕੀਤਾ ਯਾਦ ਰੱਖਿਓ ਇਹਨੂੰ ਤਬਦੀਲ ਕਰਨ ਦੀ ਜਾਜ ਦਸੀ ਹੈ ਹੈ ਇਹ ਜੇ ਕਾਮਨਾ ਹੋਵੇ ਤੇ ਸ੍ਰਿਸ਼ਟੀ ਦਾ ਵਿਕਾਸ ਕਿਵੇਂ ਚੱਲੇ ਜੀ ਜੇ ਕਰੋਧ ਨਹੀਂ ਤਾਂ ਫਿਰ ਅਣਖ ਤੇ ਬੀਰਸਤੀ ਹੋਵੇਗਾ ਜੇ ਮੋਹ ਨਹੀਂ ਤੇ ਪਿਆਰ ਕਿਵੇਂ ਬਣੇਗਾ ਜੇ ਬੰਦੇ ਕੋਲ ਲਾਲਚ ਦੇ ਇੱਕ ਬਿਰਤੀ ਨੋਠੀ ਨਹੀਂ ਪਈ ਕਦੀ ਉਸ ਸੰਸਾਰ ਦੀ ਕਿਰਤਵਲ ਕਿਵੇਂ ਚੱਲੇਗਾ ਮੈਂ ਬੇਨਤੀ ਕਰਾਇ ਸਾਰੀਆਂ ਗੱਲਾਂ ਧਿਆਨ ਨਾਲ ਵਾਚਣ ਵਾਲੀਆਂ ਨੇ ਬਾਣੀ ਵਿੱਚ ਹੁਣ ਉਹ ਬੰਧਨ ਹੈ ਮੰਨ ਲਓ ਕਾਮ ਵੀ ਇੱਕ ਬੰਧਨ ਹੈ ਸੁਰਤ ਜਦੋਂ ਉੱਠਣ ਲੱਗਦੀ ਤੇ ਸੱਚਮੁੱਚ ਉਹ ਬੰਧਨ ਜਿਹੜਾ ਉਹ ਜਕੜ ਲੈਂਦਾ ਹੈ ਮੈਂ ਤਾਂ ਇੱਕ ਦਿਨ ਅਰਜ਼ ਕੀਤੀ ਸੀ ਕਿ ਭਾਈ ਜੋਗੇ ਵਾਲੀ ਸਾਖੀ ਅਸੀਂ ਸੁਣਨੇ ਆ ਭਾਈ ਸਾਹਿਬ ਚੱਲਦੇ ਆ ਗੁਰੂ ਸਾਹਿਬ ਜੀ ਦੇ ਦਰਬਾਰ ਤੱਕ ਪਹੁੰਚਦੇ ਆ ਹਿਸ਼ਾਰਪੁਰ ਆ ਕੇ ਰੁਕ ਜਾਂਦੇ ਆ ਭਾਵੇਂ ਕਿ ਉਹ ਹੁਕਮ ਮੰਨ ਕੇ ਛੱਡ ਕੇ ਆਇਆ ਪਰਿਵਾਰ ਨੂੰ ਅਜੋ ਕਾਰਜ ਹੋਇਆ ਤੇ ਸਭ ਕੁਝ ਛੱਡ ਕੇ ਆ ਗਏ ਗੁਰਮਖੋ ਆਪਣੇ ਪਰਿਵਾਰ ਨੂੰ ਆਪਣੇ ਘਰ ਵਾਲੀ ਨੂੰ ਛੱਡ ਐ ਪਰ ਸੁਰਤ ਵਿੱਚ ਇੱਕ ਵਾਸ਼ਨਾ ਦਾ ਬੰਧਨ ਬੱਜ ਗਿਆ ਭਾਵੇਂ ਉਹ ਆਪਣੇ ਘਰ ਨੂੰ ਛੱਡ ਕੇ ਸੈਂਕੜੇ ਕੋ ਦੂਰ ਆ ਗਏ ਪਰ ਹਸ਼ਿਆਰਪੁਰ ਆਿਆਂ ਨੂੰ ਉਸ ਬੰਧਨ ਨੇ ਘੁੱਟ ਕੇ ਬੰਨ ਲਿਆ ਅੱਗੇ ਜਾਣ ਦੀ ਥਾਂ ਰਸਤੇ ਵਿੱਚ اٹਕ ਗਏ ਮੈਂ ਫਿਰ ਬੇਨਤੀ ਕਰਾਉ ਬੰਧਨ ਦਿਸਦਾ ਥੋੜਾ ਕੀ ਭਾਈ ਜੋਗੇ ਨੂੰ ਕਿਸ ਸੰਗਲ ਪਾਇਆ ਸੀ ਇਸ ਕਰਕੇ ਜਦੋਂ ਅਸੀਂ ਸਿਮਰਨ ਚ ਬੈਠੀਏ ਬਾਣੀ ਚ ਬੈਠੀਏ ਸੰਗਤ ਵਿੱਚ ਬੈਠੀਏ ਕੀਰਤਨ ਵਿੱਚ ਬੈਠੀਏ ਜਿਹੜੇ ਫੁਰਨੇ ਸਾਡੇ ਅੰਦਰ ਨੂੰ ਸ਼ਬਦ ਨਾਲ ਨਹੀਂ ਜੁੜਨ ਦਿੰਦੇ ਸੱਚਮੁੱਚ ਉਹ ਖਾਰ ਤੰਦ ਹੈ ਉਹ ਬੰਧਨ ਸਾਨੂੰ ਕਈ-ਕਈ ਸਾਲ ਉੱਥੇ ਰੋਕੀ ਰੱਖਦਾ ਹੈ। ਇਹਨਾਂ ਜ਼ਬਰਦਸਤ ਹੈ ਜੀ। ਚਲੋ ਇੱਕ ਉਦਾਹਰਨ ਮੈਂ ਹੋਰ ਆਪ ਨੂੰ ਦੇਣਾ। ਭਾਈ ਸਾਹਿਬ ਨੇ ਫਿਰ ਮੈਨੂੰ ਕਿਹਾ ਵੀ ਭਾਈ ਬਲਕਾਰ ਸਿੰਘ ਬੈਠਿਆ। ਵੀ ਸਾਖੀ ਜ਼ਰੂਰ ਕੋਈ ਤੇ ਮੇਰੀ ਇੱਛਾ ਹੁੰਦੀ ਹੈ ਕਿ ਯਤਨ ਕਰੀ ਆਪਾਂ ਸ਼ਬਦ ਚ ਹੋਰ ਰੂਪੀਏ। ਬੰਧਨ ਕੀ ਹੈ ਇੱਕ ਉਦਾਹਰਨ ਦੇਣ ਲੱਗਾ। ਦੇਖੋ। ਮਹਾਤਮਾ ਬੁੱਧ ਦੇ ਜੀਵਨ ਦੀ ਹੈ। ਉਹ ਇੱਕ ਰੁੱਖ ਥੱਲੇ ਬੈਠੇ ਸਨ। ਇੱਕ ਬੰਦਾ ਅਤ ਦਾ ਕ੍ਰੋਧਤਾ ਆਇਆ। ਉਹ ਬੜਾ ਕਲਪਿਆ ਪਿਆ ਸੀ ਉਹਨੇ ਆਉਂਦਿਆਂ ਸਾਰ ਮਹਾਤਮਾ ਬੁੱਧ ਨੂੰ ਪਹਿਲਾਂ ਤਾਂ ਗਾਲਾਂ ਕੱਢੀਆਂ ਜੋ ਉਹਦੇ ਮੂੰਹ ਚ ਕਬੂਲ ਆਇਆ ਰੱਜ ਕੇ ਬੋਲਿਆ ਫਿਰ ਉਹਨੇ ਅਗਲਾ ਕੰਮ ਕੀ ਕੀਤਾ ਆਪਣੇ ਮੂੰਹ ਚੋਂ ਵੈਗਰੂ ਚਲੋ ਮੈਂ ਸ਼ਬਦ ਵਰਤਣ ਲੱਗਾ ਇੱਕ ਗ੍ਰੰਥ ਹੈ ਸੰਸਕ੍ਰਿਤ ਲਲਿਤ ਵਿਸਤਾਰ ਮਹਾਤਮਾ ਬੁੱਧ ਦੇ ਜੀਵਨ ਦੀਆਂ ਬੜੀਆਂ ਘਟਨਾਵਾਂ ਉਹਦੇ ਵਿੱਚ ਨੇ ਚਲੋ ਮੈਂ ਇਸ ਕਰਕੇ ਆਪ ਕਹੋਗੇ ਜੀ ਕਿਉਂਕਿ ਹਰ ਤਰ੍ਹਾਂ ਦਾ ਸੰਗਤ ਵਿੱਚ ਪ੍ਰਾਣੀ ਬੈਠਾ ਹੈ ਮੈਨੂੰ ਪਤਾ ਹੈ ਜਿਹੜੇ ਦੂਰຊੋਂਦੇ ਆ ਉਹ ਉਹਨਾਂ ਤੇ ਹੱਥ ਹੀ ਲਾਣਾ ਜੀ ਗੱਪ ਛੱਡ ਦਿੱਤੀ ਤੇ ਦੁੱਖ ਇਸ ਚੀਜ਼ ਦਾ ਹੈ ਜਿੰਨਾ ਬੰਦਿਆਂ ਨੇ ਇੱਕ ਕਦੀ ਚਾਰ ਪੇਜ ਕਿਤੇ ਸਾਹਿਤ ਦੇ ਨਹੀਂ ਪੜੇ ਹੋਏ ਉਹ ਬੰਦੇ ਅੱਜ ਮੂਰਖਾਂ ਦਾ ਟੋਲਾ ਤਰ ਕਰਨ ਲੱਗ ਪੈਂਦਾ ਹੈ ਵੈਗਰੂ ਮੈਂ ਸ਼ਬਦ ਥੋੜਾ ਜਿਆ ਸਖਤ ਵਰਤ ਲਿਆ ਹੈ ਲਲਤ ਵਿਸਤਾਰ ਗ੍ਰੰਥ ਵਿੱਚ ਆਪ ਜੀ ਨੂੰ ਪਤਾ ਹੋਵੇ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਾਣੀ ਹੈ ਗਾਥਾ ਸਹਿਜ ਪਾਠ ਕਰਦੇ ਹੋ ਗਾਥਾ ਆਉਂਦੀ ਹੈ ਕਰਪੂਰ ਪੋਪ ਸੁਗੰਧਾ ਪਰਸ ਮਨੁੱਖੇ ਦੇ ਮਲੀਨਿੰਗ ਮੱਜਾ ਰਜਰ ਰੁਦਰ ਦੁਰਗੰਧਾ ਨਾਨਕ ਆਤ ਗਰਬੇਣ ਅਗਿਆਨ ਨੂੰ ਪੜਨੇ ਹਨ ਗਾਥਾ ਦਾ ਅਰਥ ਸਾਖੀ ਹੈ ਗਾਥਾ ਦਾ ਅਰਥ ਕਹਾਣੀ ਹੈ ਪਰ ਇਹ ਗਾਥਾ ਦਾ ਅਰਥ ਕਹਾਣੀ ਨਹੀਂ ਇਹ ਗਾਥਾ ਬੋਲੀ ਹੈ ਜਿਹੜੀ ਪ੍ਰਕਿਰਤਕ ਤੇ ਪਾਲੀ ਵਿੱਚੋਂ ਬਣੀ ਹੈ ਆਪ ਨੂੰ ਪਤਾ ਹੋਵੇ ਬੋਧ ਇਸਮ ਦੇ ਗ੍ਰੰਥ ਜਿਹੜੇ ਨੂੰ ਪਾਲੀ ਭਾਜਾਵੇ ਸਨ ਮਹਾਰਾਜ ਨੇ ਕਿਰਪਾ ਕੀਤੀ ਜੀ ਆ ਗਾਥਾ ਜਿਹੜੀ ਬਾਣੀ ਹੈ ਸੰਸਕ੍ਰਿਤ ਵੀ ਨਹੀਂ ਇਹ ਸੈਸਕ੍ਰਿਤੀ ਵੀ ਨਹੀਂ ਜੇ ਆਪਾਂ ਕਹਿੰਦੇ ਗਾਥਾ ਸੈਸਕ੍ਰਿਤੀ ਨਹੀਂ ਗਾਥਾ ਪ੍ਰਕਿਰਤਕ ਤੇ ਪਾਲੀ ਵਿੱਚੋਂ ਜਿਹੜੇ ਸ਼ਬਦ ਜੋੜੇ ਉਹਦੇ ਵਿੱਚੋਂ ਜਿਹੜੀ ਭਾਸ਼ਾ ਨੇ ਜਨਮ ਲਿਆ ਉਹਨੂੰ ਸਿਆਣੇ ਵਿਦਵਾਨ ਗਾਥਾ ਕਹਿੰਦੇ ਆ ਮੈਂ ਅਰਜ ਕਰਨ ਲੱਗਾ ਕਈ ਗੱਲਾਂ ਉੱਥੇ ਨਿੱਕੀਆਂ-ਨਿੱਕੀਆਂ ਕਸਾਕੀਆਂ ਬੜੀਆਂ ਸੋਹਣੀਆਂ ਮੈਂ ਉਦਾਹਰਨਾਂ ਆਪ ਜਿੰਨ ਦੇਣ ਲੱਗਾ ਉਸ ਬੰਦੇ ਨੇ ਕਬੂਲ ਬੋਲੇ ਜੋ ਮੂੰਹ ਚਾਇਆ ਬੋਲ ਦਿੱਤਾ ਜਾਨ ਲੱਗਿਆ ਉਹ ਚਿਹਰੇ ਉੱਤੇ ਥੁੱਕ ਵੀ ਗਿਆ ਜਦੋਂ ਜਾਨ ਲੱਗਾ ਮਹਾਤਮਾ ਬੁੱਧ ਨੇ ਇੱਕੋ ਗੱਲ ਕਹੀ ਮੈਂ ਬੇਨਤੀ ਇਸ ਕਰਕੇ ਬੰਧਨ ਕੀ ਹੈ ਮਹਾਤਮਾ ਬੁੱਧ ਨੇ ਗੱਲ ਕਹੀ ਕਿ ਮੇਰੀ ਗੱਲ ਸੁਣ ਉਹ ਗੁੱਸੇ ਸੀ ਕਹਿੰਦਾ ਜੋ ਕੁਝ ਤੇਰੇ ਕੋਲ ਹੈ ਅਜ ਭਾਂਡਾ ਖਾਲੀ ਕਰ ਜੇ ਕੋਈ ਜੋ ਕੁਝ ਤੇਰੇ ਕੋਲ ਹੈ ਤੂੰ ਖਾਲੀ ਕਰ ਦੇ ਅਜ ਉਹ ਚਲਾ ਗਿਆ ਕਲਪਤੀ ਗਿਆ ਤੇ ਮਹਾਤਮਾ ਬੁੱਧ ਦਾ ਕਜਨ ਬ੍ਰਦਰ ਚ ਚਿਹਰਾ ਬਦਲ ਸੀ ਆਨੰਦ ਉਹਨੇ ਜਦੋਂ ਚਲਾ ਗਿਆ ਗਾਲੀ ਗਲੋਚ ਕਰਕੇ ਤੇ ਚੁੱਪ ਬੈਠੇ ਰਹੇ ਉਹਨੇ ਇੱਕ ਗੱਲ ਪੁੱਛੀ ਕਹਿੰਦਾ ਮੈਨੂੰ ਇਹ ਗੱਲ ਦਾ ਉੱਤਰ ਦਿਓ ਉਹ ਭੈੜਾ ਵੀ ਬੋਲਿਆ ਲਫ਼ਜ਼ ਕਿੰਨੇ ਗੰਦੇ ਵਰਤੇ ਜਾਨ ਲੱਗਿਆ ਤੁਹਾਡੇ ਮੁਖ ਉੱਤੇ ਉਹ અપਮਾਨਤ ਕਰਕੇ ਗਿਆ ਥੋਗ ਗਿਆ ਤੁਸੀਂ ਮੁਸਕਰਾਉਂਦੇ ਰਹੇ ਤੁਹਾਡੇ ਤੇ ਅਸਰ ਕੋਈ ਨਹੀਂ ਹੋਇਆ ਮਹਾਤਮਾ ਬੁੱਧ ਕਹਿੰਦਾ ਅਨੰਤ ਮੈਂ ਆਪਣੀ ਸੁਰਤ ਵਿੱਚੋਂ ਦਾ ਕੁਝ ਲਿਆ ਹੀ ਦੀ ਜੋ ਕੁਝ ਮੈਨੂੰ ਦੇਣ ਆਇਆ ਸੀ ਸੁਣੋ ਬੰਦਨ ਕੀ ਤੂੰ ਸ਼ਬਦ ਕਹਿ ਰਿਹਾ ਉਹਨੇ ਮੈਨੂੰ ਗਾਲਾਂ ਦਿੱਤੀਆਂ ਉਹਨੇ ਦਿੱਤੀਆਂ ਪਰ ਜਦੋਂ ਮੈਂ ਹੀ ਨਹੀਂ ਲਈਆਂ ਫਿਰ ਕੀ ਬਣੇਗਾ ਗੱਲ ਬਰੀਕ ਬੜੀਕ ਹੈ ਉਹਨੇ ਦਿੱਤਾ ਉਹ ਕਹਿੰਦਾ ਜੀ ਮੈਂ ਸਮਝਿਆ ਨਹੀਂ ਕਹਿਣ ਲੱਗੇ ਮਨ ਨੂੰ ਇੱਕ ਮਿੱਠੀ ਅਨਾਜ ਦੀ ਖੇ ਮੈਂ ਮੁੱਠੀ ਅਨਾਜ ਦੀ ਤੈਨੂੰ ਦੇਣ ਲੱਗਾ ਮੈਂ ਪਸਾਰ ਰਿਹਾ ਪਰ ਜੇ ਤੂੰ ਆਪਣੀ ਝੋਲੀ ਨਾ ਕਰੇ ਤਾਂ ਕਿੱਥੇ ਰਹੇਗੀ ਆਨੰਦ ਕਹਿੰਦਾ ਮੇਰੇ ਕੋਲ ਕਿੰਦਨ ਮੈਂ ਆਪਣੀ ਸੁਰਤ ਵਿੱਚ ਉਹਦੀਆਂ ਗਾਲਾਂ ਨੂੰ ਕਬੂਲ ਹੀ ਨਹੀਂ ਇਹੀ ਕਾਰਨ ਕਿ ਉਹ ਬੰਦਾ ਕਲਪਦਾ ਹੋਇਆ ਦੁਬਾਰਾ ਚਲਾ ਗਿਆ ਜੇ ਮੈਂ ਕਲਪਦਾ ਗੋ ਤੇ ਮੈਂ ਸਵੀਕਾਰ ਕਰਦਾ ਮੈਂ ਬੇਨਤੀ ਕਰਾਂ ਉਹ ਕਿੰਦਨ ਮੈਂ ਇਸ ਨੂੰ ਅੰਦਰ ਸਵੀਕਾਰ ਹੀ ਨਹੀਂ ਉਹ ਚਲਾ ਗਿਆ ਜੀ ਬੰਦਾ ਉਹਨੂੰ ਨੀਂਦ ਕਿੱਥੇ ਪਵੇ ਉਹ ਤੀਸਰੇ ਦਿਨ ਫੇਰ ਆਇਆ ਉੱਥੇ ਆਇਆ ਜਿੱਥੇ ਗਾਲਾਂ ਕੱਢੀਆਂ ਸਨ ਪਰਮਾਤਮਾ ਬੁੱਧ ਉੱਥੇ ਨਹੀਂ ਸੀ ਉਥੋਂ ਜਾ ਚੁੱਕੇ ਸਨ ਉਹ ਪੁੱਛਦਾ ਪਛਾਣਦਾ ਸ਼ਦਾਹੀ ਜਿਵੇਂ ਬੰਦਾ ਹੋ ਜਾਂਦਾ ਸੱਚ ਇਹ ਵੇ ਕਿ ਸਤ ਪੁਰਖ ਦੀ ਜ਼ਬਾਨ ਦਾ ਇੱਕੋ ਸ਼ਬਦ ਬੰਦੇ ਨੂੰ ساری ਜ਼ਿੰਦਗੀ ਵਿੱਚ ਰਿਤ ਕਰ ਜਾਂਦਾ ਹੈ ਬਾਬੇ ਦਾਤੂ ਨੇ ਸਿਰਫ ਇੱਕ ਦਿਨ ਲੱਤ ਮਾਰੀ ਆਪ ਨੂੰ ਪਤਾ ਹੈ ਗੁਰੂ ਅਮਰਦਾਸ ਨੇ ਕੁਝ ਨਹੀਂ ਕਿਹਾ ਇੱਕੋ ਗੱਲ ਕਿ ਮੈਂ ਚਲਾ ਜਾਣਾ ਉਸ ਲੱਤ ਵਿੱਚ ਗੁਰੂ ਅਰਜੁਨ ਦੇਵ ਜੀ ਤੱਕ ਬਾਬੇ ਦਾਤੂ ਦੇ ਪੀੜ ਨਹੀਂ ਸੀ ਗਈ ਅੱਛਾ ਦੀ ਹਿਸਟਰੀ ਦਾ ਪਤਾ ਹੋਵੇ ਤੁਹਾਨੂੰ ਜਦੋਂ ਸਤਗੁਰੂ ਜਾਂਦੇ ਆ ਪੋਥੀਆਂ ਲੈਣ ਉਦੋਂ ਖਿਮਾ ਮੰਗਦਾ ਹੈ ਉਹ ਖਮੋਸ਼ ਹੋ ਗਏ ਹਾਲਾਂਕਿ ਮੈਂ ਫਿਰ ਅਰਜ਼ ਕਰਾਂ ਜਦੋਂ ਕਿਸੇ ਨਰਵੈਰ ਨਾਲ ਕੋਈ ਵੈਰ ਕਮਾਂਦਾ ਹੈ ਉਹ ਖਮੋਸ਼ੀ ਤਾਰਨ ਕਰਦਾ ਹੈ ਯਾਦ ਰੱਖਿਓ ਦੀ ਖਮੋਸ਼ੀ ਵਿੱਚ ਰੱਬ ਜਦੋਂ ਫੈਸਲੇ ਕਰਦਾ ਉਦੋਂ ਸਭ ਕੁਝ ਪਲਟ ਕੇ ਰੱਖ ਦਿੰਦਾ ਹੈ ਜਦੋਂ ਕਰਤੇ ਬਣ ਕੇ ਫੈਸਲੇ ਕਰਨੇ ਉਦੋਂ ਅਸੀਂ ਮਾਰ ਖਾ ਜਾਂਦੇ ਆ ਕਈ ਵਾਰ ਉਹ ਖਮੋਸ਼ ਸਨ ਉਹ ਵਿਚਾਰਾ ਕਲਪ ਦਾ ਵਾਪਸ ਆਇਆ ਮਹਾਤਮਾ ਬੁੱਧ ਉੱਥੋਂ ਚਲੇ ਗਏ ਪੁੱਛਦਾ ਪਛੰਡਾ ਆ ਗਿਆ ਉਹਨੇ ਮਹਾਤਮਾ ਬੁੱਧ ਦੇ ਪੈਰਾਂ 'ਚ ਡਿੱਗ ਪਿਆ ਜੀ ਬੰਦਾ ਰੋਣ ਲੱਗ ਪਿਆ ਮੈਨੂੰ ਖਿਮਾ ਕਰ ਦਿਓ ਮੈਨੂੰ ਬਖਸ਼ ਦਿਓ ਮਹਾਤਮਾ ਬੁੱਧ ਕਹਿੰਦਿਆ ਤੂੰ ਕੌਣ ਸੱਚ ਜੇ ਉਹਨਾਂ ਡਰਾਮਾ ਨਹੀਂ ਕੀਤਾ ਤੂੰ ਕੌਣ ਕਹਿੰਦਾ ਮੈਂ ਉਹ ਜਿੰਨੇ ਤਿੰਨ ਦਿਨ ਪਹਿਲਾਂ ਉਸ ਰੁੱਖ ਦੇ ਥੱਲੇ ਪਿੰਡ ਦੇ ਥੱਲੇ ਤਉਨੂੰ ਕਬੂਲ ਬੋਲੇ અપਮਾਨ ਕੀਤਾ ਉਹ ਇੱਕੋ ਦਮ ਜ਼ੇਹਨ ਚਲ ਜਾ ਕੇ ਲੱਗਿਆ ਅੱਛਾ ਤੂੰ ਕਹਿੰਦਾ ਕਾਦੇ ਨਹੀਂ ਆਏ ਕਹਿੰਦਾ ਮੈਂ ਖਿਮਾ ਮੰਗਣ ਆਇਆ ਉਹ ਹੱਸ ਕੇ ਕਹਿੰਦੇ ਨੇ ਮੈਂ ਤਾਂ ਤਿੰਨ ਦਿਨ ਦਾ ਟਾਈਮ ਵੀ ਨਿਕਲ ਗਿਆ ਤੇ ਤਿੰਨ ਦਿਨਾਂ ਚ ਮੈਂ ਕਿੰਨਾ ਅੱਗੇ ਚੱਲ ਆਇਆ ਤੂੰ ਤਾਂ ਉੱਥੇ ਖਲੋਤਾ ਹੋਇਆ ਜਿੱਥੇ ਗਾਲਾਂ ਕੱਢੀਆਂ ਸਨ ਤੂੰ ਬੱਜਾ ਹੋਇਆ ਸਮਝ ਗਿਆ ਮੇਰੀ ਬੇਨਤੀ ਨਾ ਟਾਈਮ ਵੀ ਨਿਕਲ ਗਿਆ ਮੈਂ ਵੀ ਅੱਗੇ ਨਿਕਲ ਗਿਆ ਪਰ ਜੋ ਕੁਝ ਤੂੰ ਕੀਤਾ ਤੇਰੀ ਸੁਰਤ ਅੱਜ ਵੀ ਉੱਥੇ ਬੱਧੀ ਹੋਈ ਹੈ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਕਿ ਅਸਲ ਚ ਸੰਗਲ ਆ ਬਾਹਰ ਦੇਖਦੇ ਨਹੀਂ ਸੰਗਲ ਸਾਡੇ ਗੁਨਾ ਤੇ ਸਾਡੇ ਫੁਰਨੇ ਨੇ ਜਿਹੜੇ ਸਾਨੂੰ ਅੱਗੇ ਚੱਲਣ ਨਹੀਂ ਦਿੰਦੇ ਇਹਨੂੰ ਗੁਰੂ ਨੇ ਬੰਦਨ ਦਿੱਤਾ ਇੱਕ ਸ਼ਬਦ ਚਿਕੜ ਵਰਤਿਆ ਇੱਕ ਸ਼ਬਦ ਜਿਹੜਾ ਪੜ੍ਹਨੇ ਤਿਤ ਸਰਵੜਾ ਭਈਲੇ ਨਿਵਾਸਾ ਮੈਂ ਅੱਜ ਇਹ ਸ਼ਬਦ ਤੋਂ ਫਫਾ ਜਿਹੜਾ ਅੱਖਰ ਹੈ ਉਹਦੇ ਰਾਹੀਂ ਫਫੈ ਫਾਈ ਸਭ जग ਫਾਂਸਾ ਜਮ ਕੇ ਸੰਗਲ ਬੰਦ ਲਿਆ ਤਿਤ ਸਰਵੜਾ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਸਰਵਰੜਾ ਇਹ ਭਿਆਨਕ ਸਰੋਵਰ ਖੈ ਸੰਸਾਰ ਇੱਥੇ ਪਾਣੀ ਦੀ ਥਾਂ ਤੇ ਤ੍ਰਿਸ਼ਨਾ ਦੇ ਅਗਾਂ ਅੱਗ ਦੀਆਂ ਲਹਿਰਾਂ ਨੇ ਪੰਕਜ ਮੋਹ ਪੱਗ ਨਹੀਂ ਚੱਲੈ ਮੈਨੂੰ ਪਤਾ ਹੈ ਕਈ ਵਾਰੀ ਇਹ ਪਾਠ ਪੰਕ ਜੋ ਵੱਖ ਵੀ ਕੀਤਾ ਗਿਆ ਹੈ ਪੰਕ ਦਾ ਅਰਥ ਚਿੱਕੜ ਵੀ ਕਹੈ ਪੰਕ ਦਾ ਕਮਲ ਦਾ ਫੁੱਲ ਵੀ ਕਹੈ ਕਹਿੰਦੇ ਨੇ ਮੋਹ ਦਾ ਚਿੱਕੜ ਪੱਗ ਨਹੀਂ ਚੱਲੈ ਪੈਰ ਨਹੀਂ ਚੱਲ ਰਹੇ ਮੈਂ ਬੇਨਤੀ ਕਰਾਂ ਜੇ ਪੈਰ ਨਹੀਂ ਚੱਲਦੇ ਉਹ ਚਿੱਕੜ ਕੋਈ ਦਿਸਦਾ ਥੋੜਾ ਸਾਡੇ ਆਪਣੇ ਫੁਰਨਿਆਂ ਦਾ ਪੈਦਾ ਕੀਤਾ ਚਿੱਕੜ ਹੈ ਜਿਹੜਾ ਸਾਡੀ ਸੁਰਤ ਦੇ ਪੈਰਾਂ ਨੂੰ ਅੱਗੇ ਤੁਰ ਨਹੀਂ ਦਿੰਦਾ ਉਹ ਬੰਧਨ ਹੈ ਇਸ ਨੂੰ ਥੋੜਾ ਜਿਹਾ ਬਾਣੀ ਚੋਂ ਹੋਰ ਇੱਕ ਬਚਨ ਲੈ ਲਓ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਕਿ ਗਲਿਏ ਚਿੱਕੜ ਦੂਰ ਕਹ ਸ਼ਾਇਦ ਆਪ ਨਾਲ ਇਸ ਦੀ ਵਿਆਖਿਆ ਕੀਤੀ ਸੀ ਕਿਉਂਕਿ ਸ਼ਬਦ ਜਿਹੜਾ ਬਹੁਤ ਡੂੰਘੇ ਆ ਮੈਂ ਆਪ ਜੀ ਨੂੰ ਕੱਲ ਵੀ ਕਿਹਾ ਕਿ ਜਿਉਂ-ਜਿਉਂ ਹੁਣ ਗੁਰੂ ਸਾਹਿਬ ਮੇਰ ਕਰਨ ਆਪਾਂ ਸ਼ਬਦ ਚ ਰੁਬਾਂਗੇ ਸੱਚੀ ਇਹ ਵੇ ਜਿਹੜੀ ਕਥਾ ਅੱਜ ਤੋਂ 15 ਸਾਲ ਪਹਿਲਾਂ ਹੋਵੇਗੀ ਉਹ ਬਦਲ ਲੱਗ ਪਵੇਗੀ ਅਰਥ ਵਿੱਚ ਤਬਦੀਲੀ ਆਉਂਦੀ ਹੈ ਮੈਂ ਇੱਕ ਵਾਰ ਕਹ ਸੀ ਪਾਵੇਂ ਸਾ ਕੀ ਕਰ ਕਹੇਗਾ ਕਿ ਮੁਰਸ਼ਿਦ ਦੇ ਦਰ ਤੇ ਚੱਲੇ ਆ ਰਸਤੇ ਵਿੱਚ ਚਿੱਕੜ ਕਾ ਮੀਂਹ ਪੈ ਰਿਹਾ ਪਰ ਗੁਰਮਖੋ ਇਦੇ ਅੰਤਰੀਵਰਥ ਨੇ ਇਹ ਵੀ ਬੰਦ ਲਿਖੇ ਜਦੋਂ ਅਸੀਂ ਤੋਰਨੀਆਂ ਸਾਡੀਆਂ ਗਲੀਆਂ ਚਿੱਕਰ ਨਾਲ ਭੜੀਆਂ ਨੇ ਇਹ ਇੱਥੇ ਗਲੀ ਨਹੀਂ ਕਿਹਾ ਗਲਿਏ ਬਹੁਵਚਨ ਚ ਲਿਆ ਜਾਂਦਾ ਗਲੀਆਂ ਇਹ ਇਹ ਕੀ ਹੋ ਗਿਆ ਗਲੀਆਂ ਕਿਉਂ ਹੋ ਗਈਆਂ ਤੇ ਬਾਬਾ ਫਰੀਦ ਪੰਜ 10 ਗਲੀਆਂ ਚ ਇਕੱਠਾ ਚੱਲ ਰਿਹਾ ਗਲਿਏ ਚਿੱਕੜ ਦੂਰ ਕਰ ਗਲੀਆਂ ਚ ਚਿੱਕੜ ਖੈ ਉਹ ਕਿਹੜੀਆਂ ਗਲੀਆਂ ਅੱਖਾਂ ਦੀਆਂ ਗਲੀਆਂ ਸੁਰਾਖ ਕੰਨਾਂ ਦੀਆਂ ਗਲੀਆਂ ਜੀਵ ਦੀ ਗਲੀ ਜਿਹਨੂੰ ਕਬੀਰ ਸਾਹਿਬ ਜੀ ਨੇ ਸ਼ਬਦ ਮੋਰੀ ਵਰਤਿਆ ਹੈ ਸੁਰਾਖ ਕਹਿੰਦੇ ਨੇ ਗਲੀਆਂ ਵਿੱਚ ਚਿੱਕੜ ਪਿਆਖ ਹੈ ਅੱਖਾਂ ਚਿੱਕੜ ਨਾਲ ਭਰੀਆਂ ਕੰਨ ਚਿੱਕੜ ਨਾਲ ਭਰੇ ਤੇ ਜਿਹਨੂੰ ਮੈਂ ਮਿਲਣਾ ਚਾਹਨਾ ਉਹਦਾ ਘਰ ਬੜਾ ਦੂਰ ਹੈ ਅਸਲ ਚ ਕੀ ਧਰਾਤਲ ਦੇ ਤੌਰ ਤੇ ਨਹੀਂ ਯਾਦ ਰੱਖੋ ਤਿਰਨ ਓਲੇ ਲਾਂਖਿ ਭਾਇਆ ਉਹਨੇ ਇੱਕ ਨਿੱਕਾ ਜਿਹਾ ਤਣਕਾ ਪਿਆ ਹੋਵੇ ਉਹਦੇ ਥੱਲੇ ਕੀਮਤੀ ਮੋਤੀ ਪਿਆ ਹੋਵੇ ਬੰਦਾ ਬਾਹਰ ਪਟਕਦਾ ਰਹੇ ਗੁਰਮਖੋ ਉਦੇ ਵਾਸਤੇ ਦੂਰੀ ਕਿਉਂਕਿ ਤਣਕਾ ਚੁੱਕਣ ਦੀ ਜਾਂਚ ਹੀ ਨਹੀਂ ਆਈ ਚੁੱਕੇਗਾ ਤੇ ਨੇੜੇ ਖੈ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਖੁ ਚੱਲਾਂ ਤਾਂ ਭਿੱਜੈ ਕੰਬਲੀ ਤੋੜਨਾਵਾ ਤੇ ਕੰਬਲੀ ਭਿੱਜਦੀ ਏ ਰਾਹਾਂ ਤਾਂ ਟੁੱਟੈ ਨੇਖ ਰਹਿਣਾ ਤੇ ਮੁਹੱਬਤ ਟੁੱਟਦੀ ਏ ਹੁਣ ਇਹ ਗੁਰਮਖੋ ਗਲੀਆਂ ਸਾਡੇ ਆ ਗਿਆਨ ਇੰਦਰੇ ਨੇ ਹਰ ਗਿਆਨ ਇੰਦਰਾ ਭਰਿਆ ਪਿਆ ਆਪਾਂ ਕਹਾਂਗੇ ਭਾਵੇਂ ਵੀ ਕੱਲਾਂ ਦੀ ਮੈਲ ਵੀ ਨਿਕਲ ਜਾਂਦੀ ਏ ਅੱਖਾਂ ਦੀ ਵੀ ਗੁਰਮਖੋ ਨਹੀਂ ਫਿਜ਼ੀਕਲ ਤੌਰ ਤੇ ਦੇਖਦੇ ਹੋਏ ਸਾਰੇ ਸਰੀਰ ਨੂੰ ਤੁਸੀਂ ਧੋ ਲੋਗੇ ਪਰ ਜਿਹੜੀ ਫੁਰਨਿਆਂ ਦਾ ਚਿੱਕੜ ਪਿਓ ਨਾ ਅੱਖਾਂ ਨੂੰ ਜਾਨ ਦਿੰਦਾ ਨਾ ਕੰਨਾਂ ਨੂੰ ਅੱਗੇ ਜਾਨ ਦਿੰਦਾ ਫਿਰ ਮਹਾਰਜ ਕਰਾਂਗਾ ਬੰਧਨ ਅਦ੍ਰਿਸ਼ਟ ਹੈ ਗਲੀਆਂ ਚਿੱਕੜ ਦੂਰ ਕਰਨ ਨਾਲ ਪਿਆਰੇ ਨਿਹੋ ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨਿਹੋ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਖੋ ਜਾਇ ਮਿਲਾਂ ਤੇ ਨ ਸਜਨਾ ਟੁੱਟੋ ਨਾਹੀ ਨਿਖੋ ਇਸ ਤਰ੍ਹਾਂ ਜਿਵੇਂ ਫਿਰ ਇਸ ਗੱਲ ਨੂੰ ਸੁਣਿਓ ਜਿਸ ਤਰ੍ਹਾਂ ਸਾਡੇ ਖਿਆਲਾਂ ਦੇ ਸੰਗਲ ਦਿਸਦੇ ਨਹੀਂ ਪਰ ਸੁਰਤ ਨੂੰ ਅੱਗੇ ਨਹੀਂ ਚੱਲਣ ਦਿੰਦੇ ਮੇਰੀ ਫਿਰ ਗੱਲ ਮੈਂ ਰਿਪੀਟ ਕਰਾਂਗਾ ਇਸ ਨੂੰ ਦਿਸਦੇ ਨਹੀਂ ਫੁਰਨਾ ਕੋਈ ਸੰਗਲ ਹੈ ਥਾਟ ਕੋਈ ਸੰਗਲ ਹੈ ਦਿਸਦਾ ਨਹੀਂ ਪਰ ਸੁਰਤ ਨੂੰ ਸ਼ਬਦ ਵੱਲ ਨਹੀਂ ਜਾਣ ਦਿੰਦਾ ਜਿਵੇਂ ਅਦ੍ਰਿਸ਼ਟ ਫੁਰਨੇ ਬੰਧਨ ਬਣ ਜਾਂਦੇ ਆ ਇਸੇ ਤਰ੍ਹਾਂ ਰੱਬ ਦੀ ਤਾਕਤ ਇੱਕ ਅਦ੍ਰਿਸ਼ਟ ਜਮਦੂਤ ਹੈ ਜਿਹੜਾ ਸਾਡੇ ਅੰਦਰ ਨੂੰ ਘੁੱਟ ਕੇ ਬੰਨ ਲੈਂਦਾ ਉਹਨੂੰ ਸਜ਼ਾ ਵੀ ਦਿੰਦਾ ਹੈ ਉਹ ਵੀ ਤਾਂ ਅਦ੍ਰਿਸ਼ਟ ਹੈ ਨਾ ਹਾਂ ਕਿਆ ਜਾਂਦਾ ਹੈ ਕਿ ਮੌਤ ਵੇਲੇ ਬੰਦੇ ਨੂੰ ਚੇਤੇਉਂ ਜਾਏ ਮੰਮੇ ਅੱਖਰ ਰਿਮਾਰੀ ਸਮਝਾਣਗੇ ਮੈਂ ਬੇਨਤੀ ਕਰਾਂਗਾ ਉਹ ਬੰਧਨ ਖੈ ਪਰ ਜਿਹੜੇ ਗੁਰੂ ਦੀ ਕਿਰਪਾ ਨਾਲ ਸ਼ਬਦ ਨਾਲ ਜੁੜ ਗਏ ਮਹਾਰਾਜ ਜੀ ਨੇ ਸ਼ਬਦ ਵਰਤੇ ਨੇ ਕਿ ਫੱਪੇ ਫਾਈ ਸਭ ਜਗ ਫਾਂਸਾ ਜਮ ਕੈ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇ ਨਰ ਉਭਰੇ ਗੁਰੂ ਦੀ ਕਿਰਪਾ ਨਾਲ ਸੇ ਦਾ ਅਰਥ ਹੈ ਉਹ ਨਰ ਦਾ ਅਰਥ ਹੈ ਇਨਸਾਨ ਉਭਰੇ ਦਾ ਅਰਥ ਹੈ ਬਚ ਗਏ ਕੌਣ ਹਰ ਸ਼ਰਨਾਗਤ ਭਜ ਪਿਆ ਜਿਹੜਾ ਖਰੀ ਦੀ ਸ਼ਰਨ ਵਿੱਚ ਪਹਜ ਜਾਏ ਉਹਨੂੰ ਜਮਦੂਤ ਦੇ ਫੰਦੇ ਵੀ ਕੱਟ ਦਿੱਤੇ ਤੇ ਪ੍ਰਮਾਤਮਾ ਨੇ ਵਾਸ਼ਨਾ ਦੇ ਫੰਦੇ ਵੀ ਕੱਟ ਦਿੱਤੇ ਥੋੜਾ ਜਿਹਾ ਆਓ ਅਸੀਂ ਹੋਰ ਇਸ ਗੱਲ ਨੂੰ ਬਾਣੀ ਚੋਂ ਵਾਝ ਸਕੀਏ ਜਿਹੜੀ ਚੀਜ਼ ਅਜੇ ਮੈਂ ਨਹੀਂ ਦੇਖੀ ਆਪ ਜੀ ਨੇ ਦੇਖੀ ਨਹੀਂ ਤੇ ਅਸੀਂ ਫੈਸਲਾ ਥੋੜਾ ਕਰ ਸਕਾਂਗੇ ਹੁੰਦੀ ਨਹੀਂ ਹੁਣ ਮੈਂ ਜਮਦੂਤ ਨਹੀਂ ਦੇਖਿਆ ਮੈਂ ਚਿੱਤਰਕੁਪਤ ਨਹੀਂ ਦੇਖਿਆ ਧਰਮਰਾਜ ਨਹੀਂ ਦੇਖਿਆ ਮੈਂ ਕਹਿੰਦਾ ਨਹੀਂ ਜੇ ਤਾਂ ਮਨੌਤ ਹੈ ਇਸਲਾਮ ਕਹਿੰਦੀ ਅਜ਼ਰਾਈਲ ਮੌਤ ਦਾ ਫਰਿਸ਼ਤਾ ਪਰ ਜਿਨ੍ਹਾਂ ਨੇ ਰੱਬ ਨੂੰ ਦੇਖਿਆ ਆਪ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆਂ ਆਪਾਂ ਸਾਰੇ ਰੋਜ਼ ਰੱਬ ਦੀ ਪਰਮਾਤਮਾ ਦੀ ਵੈਗਰੂ ਦੀ ਗੱਲ ਕਰਨੀ ਆ ਮੈਂ ਸਟੇਜ ਤੇ ਬੈਠਾ ਕਿੰਨਾ ਅਸੀਂ ਸਾਰਿਆਂ ਨੂੰ ਨੂੰ ਦੇਖਿਆ ਐਵੇਂ ਕਮਾਈ ਜਾਂਗੇ ਗਿਆਨ ਦੀਆਂ ਗੱਲਾਂ ਅਸੀਂ ਤਾਂ ਗੱਲ ਕਰਨੀ ਆ ਵੀ ਜਿਸ ਮੁਰਸ਼ਿਦ ਦੇ ਲੜ ਲੱਗੇ ਆ ਜਿਸ ਰਾਬਰ ਦਾ ਪੱਲਾ ਪਕੜਿਆ ਗੁਰੂ ਨਾਨਕ ਸਾਹਿਬ ਦਾ ਉਹ ਗੁਰ ਪਰਮੇਸ਼ਰ ਏਕੋ ਜਾਣ ਅਸੀਂ ਇਸ ਫੇਸ ਤੇ ਖਲੋਤੇ ਖਾਂ ਕਿ ਆਦ ਸੱਚ ਜੁਗਾਦ ਸੱਚ ਖੈਪੀ ਸੱਚ ਨਾਨਕ ਹੋਸੀਪੀ ਸੱਚ ਉਹ ਹੈ ਮੈਂ ਨਹੀਂ ਦੇਖਿਆ ਬਾਬਾ ਜੀ ਨੇ ਦੇਖਿਆ ਬਾਬਾ ਜੀ ਉਹ ਆਪ ਆਪ ਸਾਕਾਰ ਰੂਪ ਨੇ ਸਾਨੂੰ ਬਾਣੀ ਇਹ ਸ਼ਬਦ ਕਹਿ ਰਹੀ ਹੈ ਕਿ ਪ੍ਰਮਾਤਮਾ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਬਾਣੀ ਕਹਿ ਰਹੀ ਹੈ ਕਿ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਉਹ ਹੈ ਉਹ ਹੋਵੇਗਾ ਪਹਿਲਾਂ ਵੀ ਸੀ ਉਹਨੇ ਕਿਤੇ ਨਹੀਂ ਜਾਣਾ ਜਿਹਨੇ ਰਚਨਾ ਕੀਤੀ ਮੈਨੂੰ ਨਹੀਂ ਪਤਾ ਪਰ ਮੈਨੂੰ ਇਨਾ ਪਤਾ ਹੈ ਮੇਰੇ ਮੁਰਸ਼ਿਦ ਨੇ ਕਿਹਾ ਹੈ ਤੇ ਮੈਨੂੰ ਇਸ ਗੱਲ ਤੇ ਅਮਲ ਕਰਨਾ ਚਾਹੀਦਾ ਹੈ ਕਿ ਪ੍ਰਮਾਤਮਾ ਹੈ ਹੁਣ ਜਿੱਥੋਂ ਤੱਕ ਇਹ ਜੰਮ ਦੇ ਸੰਗਲਾਂ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਸੋਹਣੇ ਬਚਨ ਕਹੇ ਇੱਕ ਆ ਪੌੜੀ ਪੜੀਏ ਆਸਾਂ ਕੀ ਵਾਰਚ ਪੌੜੀ ਆਪੀ ਨੇ ਭੋਗ ਭੋਗ ਕੈ ਕੋਈ ਭਸਮੜ ਭੌਰ ਸਦਾਇਆ ਆਪਣੇ ਆਪ ਤੋਂ ਵਿਸ਼ੇ ਬਾਸ਼ਨਾ ਨੂੰ ਭੋਗਿਆ ਫਸਿਆ ਰਿਹਾ ਤੇਰੇ ਅੰਦਰੋਂ ਭਵਰ ਆਤਮਾ ਨਿਕਲਿਆ ਆਪ ਹੀ ਨਾ ਭੋਗ ਭੋਗ ਕੇ ਕੋਈ ਭਸਮੜ ਭੌਰ ਸਦਾਇਆ ਵੱਡਾ ਕੋਵਾ ਦੁਨੀਦਾਰ ਇਹ ਮਹਾਂਪੀ ਜੀ ਨੂੰ ਕਿਹਾ ਸੀ ਇਸੇ ਵੱਡਾ ਅਰਥ ਹੋ ਨਹੀਂ ਉੱਚਾ ਇੱਥੇ ਵੱਡਾ ਅਰਥ ਤੇ ਮੌਤ ਹੋ ਗਈ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਦੀਵਾ 부ਝਾਨ ਦੀ ਥਾਂ ਦੀਵਾ ਵੱਡਾ ਕਰ ਦਿਓ ਵੱਡੇ ਅਰਥੋ ਦਾ ਨਹੀਂ ਲਾਈਟ ਉੱਚੀ ਹੋ ਗਈ ਉਹਦਾ ਅਰਥ ਹੈ ਕਿ ਦੀਵਾ 부ਝਾ ਦਿਓ ਵੱਡਾ ਕੋਵਾ ਦੁਨੀਦਾਰ ਜਦੋਂ ਦੁਨੀਆਦਾਰ ਦੀ ਮੌਤ ਹੋਈ ਗਲ ਸੰਗਲ ਘੱਟ ਚਲਾਇਆ ਹੁਣ ਆਹ ਗੱਲ ਤਾਂ ਇੱਥੇ ਰਹਿ ਗਿਆ ਮੈਂ ਤਾਂ ਇਸ ਕਰਕੇ ਅੱਜ ਥੋੜਾ ਜਿਹਾ ਬਰੀਕੀ ਚ ਬੇਨਤੀ ਕੀਤੀ ਵੀ ਉਹ ਸੰਗਲ ਮੈਨੂੰ ਨਹੀਂ ਦਿਸ ਰਿਹਾ ਪਰ ਜੀਵ ਜਦੋਂ ਤੁਰਦਾ ਹੈ ਉਹਦੇ ਗਲ ਚ ਸੰਗਲ ਹੈ ਕਿਉਂਕਿ ਤਿੰਨ ਸ਼ਰੀਰ ਮੰਨੇ ਗਏ ਸਥੂਲ ਸ਼ਰੀਰ ਸੂਕਮ ਸ਼ਰੀਰ ਤੇ ਤੀਸਰੇ ਨੂੰ ਕਾਰਨ ਸ਼ਰੀਰ ਕਿਹਾ ਜਾਂਦਾ ਹੈ ਸਥੂਲ ਹੁਣ ਅੱਜ ਇਹ ਬਜ਼ੁਰਗਾਂ ਨੇ ਗੱਲ ਕੀਤੀ ਸੀ ਬੈਠੇ ਨੇ ਸਾਹਮਣੇ ਵੀ ਕੱਲ ਨੂੰ ਐਤਵਾਰ ਇਹ ਜ਼ਰੂਰ ਸੁਣਾਇਓ ਬਹੁਤ ਸਮਾਂ ਪਹਿਲਾਂ ਇਹ ਤੇ ਕਥਾ ਕੀਤੀ ਸੀ ਪਹਿਲੇ ਪਹਿਰੇ ਫੁਲੜਾ ਫਲ ਪੀਰ ਪੱਛਾ ਰਾਤ ਕੱਲ ਨੂੰ ਮੈਂ ਇਹਦੀ ਅਰਜ਼ ਕਰਾਂਗਾ ਵੀ ਇਹ ਕੀ ਹੈ ਸ਼ਬਦ ਦੇ ਅੰਦਰ ਬਾਬਾ ਫਰੀਦ ਸਾਹਿਬ ਨੇ ਵਰਤਿਆ ਹੁਣ ਗੱਲ ਕਲ ਸੰਗਲ ਘੱਤ ਚਲਾਇਆ ਇਹ ਜੀਵ ਜਿਹੜਾ ਹੈ ਇਹ ਸੂਖਸ਼ਮ ਹੀ ਸੰਗਲ ਪਿਆ ਤੇ ਸੂਖਸ਼ਮ ਹੀ ਬੋਡੀ ਹੈ ਮੈਂ ਫਿਰ ਗੱਲ ਰਿਪੀਟ ਕਰਾਂ ਕਾਮ ਸੰਗਲ ਨਹੀਂ ਕ੍ਰੋਧ ਸੰਗਲ ਨਹੀਂ ਮੋਹ ਰਸਾ ਨਹੀਂ ਪਰ ਅਦ੍ਰਿਸ਼ਟ ਸਾਨੂੰ ਨੂੜ ਕੇ ਬੈਠਾ ਤੇ ਯਾਦ ਰੱਖਿਓ ਇਸੇ ਤਰ੍ਹਾਂ ਉਹ ਵੀ ਸੰਗਲ ਦਿਸਦਾ ਨਹੀਂ ਸਾਡੀ ਜੀਬ ਨੂੰ ਬੰਨ ਕੇ ਬੈਠਾ ਹੈ ਮਹਾਰਾਜ ਕਹਿੰਦੇ ਗਲ ਸੰਗਲ ਕੱਤ ਚਲਾਇ ਘੱਤ ਚਲਾਇ ਅੱਗੇ ਕਰਨੀ ਕੀਰਤ ਬਾਚੀ ਹੈ ਉੱਥੇ ਕੱਤਨੀ ਦਾ ਜ਼ਿਕਰ ਨਹੀਂ ਕੀਤਾ ਦੋ ਸ਼ਬਦ ਕਹੇ ਇੱਕ ਕਰਨੀ ਇੱਕ ਕੀਰਤ ਰੱਬ ਦੀ ਸਿਫਤ ਕਿੰਨੀ ਕੀਤੀ ਤੇਰੀ ਕਰਨੀ ਕੀ ਹੈ ਅੱਗੇ ਕਰਨੀ ਕੀਰਤ ਬਾਚੀਐ ਬਹਿ ਲੇਖਾਂ ਕਰ ਸਮਝਾਇਆ ਥਾਉ ਨਾ ਹੋ ਵੀ ਪੌਂਦਈ ਹੁਣ ਸੁਣੀਐ ਕਿਆ ਰੁਆਇਆ ਤੇ ਅੱਗੋ ਫਿਰ ਮਹਾਰਾਜ ਸਰੀਰ ਦਾ ਜ਼ਿਕਰ ਨਹੀਂ ਕਰਦੇ ਕਹਿੰਦੇ ਮਨ ਅੰਦੇ ਜਨਮ ਗਵਾਇਆ ਕਿਉਂਕਿ ਮਨ ਅੱਗੇ ਤੁਰਦਾ ਪਿਆ ਹੈ ਮਨ ਅਗਲੇ ਜਨਮ ਚ ਜਾ ਰਿਹਾ ਹੈ ਇਸੇ ਨੂੰ ਬਾਬਾ ਜੀ ਨੇ ਫਿਰ ਇਹ ਬੰਦਾ ਉਬਰ ਕਿਵੇਂ ਸਕਦਾ ਹੈ ਇਹ ਜਮ ਜਦੂਤ ਦਾ ਸੰਗਲ ਟੁੱਟ ਸਕਦਾ ਹੈ ਬਿਲਕੁਲ ਮੈਂ ਇੱਕ ਦੋ ਉਦਾਹਰਣਾਂ ਆਪ ਜੀ ਨੂੰ ਬਾਣੀ 'ਚ ਹੋਰ ਦੇਣੀ ਹੈ ਇੱਕ ਥਾਂ ਤੇ ਮਹਾਰਾਜ ਜੀ ਨੇ ਨਾ ਜੀ ਇਹ ਸਰੀਰ ਦਾ ਤੇ ਆਤਮਾ ਦਾ ਆਪਸੀ ਸੰਵਾਦ ਰਚਾਇਆ ਆਪ ਜੀ ਨੂੰ ਪਤਾ ਹੋਣਾ ਪਾਠ ਕਰਦੇ ਹੋ ਆਤਮਾ ਤੇ ਸਰੀਰ ਆਪਸ 'ਚ ਗੱਲਾਂ ਕਰਦੇ ਆ ਇੱਕ ਜਗ੍ਹਾ ਤੇ ਪਰਮਾਤਮਾ ਤੇ ਆਤਮਾ ਦੀ ਆਪਸ 'ਚ ਗੱਲਬਾਤ ਚੱਲਦੀ ਏ ਇਸੇ ਤਰ੍ਹਾਂ ਮੈਂ ਇੱਕ ਥਾਂ ਤੇ ਪੜਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਦਿਨ ਆਪਾਂ ਨੌਰਤ ਸ਼ੋਰ ਅਰਜ਼ ਕੀਤੀ ਸੀ ਧਰਮ ਰਾਜ ਤੇ ਜਮਦੂ ਦਾ ਸੰਵਾਦ ਵੀ ਗੁਰੂ ਗ੍ਰੰਥ ਸਾਹਿਬੀ ਦਿੱਤਾ ਹੈ ਉਭਰੇ ਕਿਹੜੇ ਆ ਇਹ ਦੋ ਸ਼ਬਦ ਮੈਂ ਆਪ ਨੂੰ ਅਰਜ਼ ਕਰਨੇ ਨੇ ਇੱਕ ਤਾਂ ਬਚਨ ਖੈ ਕਿ ਚਿੱਤਰ ਗੁਪਤ ਸਭ ਲਿਖਤੇ लेखा ਪਰ ਇਹ ਕਾਨੂੰਨ ਰੱਬ ਦਾ اٹਲ ਅਕਟਖ ਹੈ ਪ੍ਰਬੰਧਗੀ ਕਰਨ ਵਾਲੇ ਉੱਤੇ ਲਾਗੂ ਕੋਈ ਨਹੀਂ ਮੈਂ ਇੱਕ ਵਾਰ ਇਹ ਅਰਜ਼ ਕੀਤੀ ਸੀ ਇਥੇ ਮਾ ਨਿਊਜ਼ੀਲੈਂਡ ਮੈਨੂੰ ਕੋਈ ਪੁੱਛੇ ਵੀ ਇੱਥੇ ਆਕਲੈਂਡ ਜੇਲ ਹੈਗੀ ਹੈ ਤੇ ਜ਼ਰੂਰ ਪਰ ਮੇਰਾ ਵਾਹ ਕੋਈ ਨਹੀਂ ਉਹਦੇ ਚ ਕੈਦਾਂ ਕਾਨੂੰਨ ਹੈਗਾ ਆਪਾਂ ਕਹਾਂਗੇ ਬਿਲਕੁਲ ਜੇਲ ਰੱਖਿਆ ਸੋਵਿਡੈਂਟ ਜੋ ਵੀ ਕਾਨੂੰਨ ਹੈ ਕੈਦੀ ਵੀ ਨੇ ਉਹਨਾਂ ਦੀਆਂ ਰਹਿਣ ਵਾਸਤੇ ਕਾਲ ਕੋਠਰੀਆਂ ਵੀ ਨਹੀਂ ਹੈ ਜ਼ਰੂਰ ਪਰ ਤੁਸੀਂ ਜਿੰਨੇ ਬੈਠੇ ਹੋ ਕਿ ਤੁਹਾਡੇ ਉੱਤੇ ਬੰਦਸ਼ ਲਾਗੂ ਹੈ ਹੋਂਦ ਹੈ ਪਰ ਬੰਦਸ਼ ਲਾਗੂ ਨਹੀਂ ਜਿੰਨੇ ਗੁਨਾਹ ਕੀਤਾ ਹੈ ਉਹਦੇ ਲਈ ਜੇਲ੍ਹ ਹੈ ਉਹਦੇ ਲਈ ਪੁਲਿਸ ਹੈ ਉਹਦੇ ਲਈ ਸੰਗਲ ਨੇ ਉਹਦੇ ਲਈ ਖੱਤ ਕੜੀ ਹੈ ਉਹਦੇ ਲਈ ਕਾਲ ਕੋਠੜੀ ਹੈ ਜਿੰਨੇ ਗੁਨਾਹ ਨਹੀਂ ਕੀਤਾ ਉਹਦੇ ਲਈ ਕੁਝ ਵੀ ਨਹੀਂ ਸੱਚੇ ਵਿੱਚ ਜਮਦੂਤ ਧਰਮਰਾਜ ਚਿੱਤਰਗੁਪਤ ਸਭ ਕੁਝ ਹੈ ਪਰ ਬੰਦਗੀ ਕਰਨ ਵਾਲੇ ਲਈ ਕੁਝ ਵੀ ਨਹੀਂ ਇਹ ਖੋਂਦ ਵੀ ਹੈ ਤੇ ਅਣਖੋਂਦ ਵੀ ਹੈ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਚਿੱਤਰਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਨਾ ਪੇਖਾ ਭਗਤ ਜਨ ਦੇ ਨੇੜੇ ਨਹੀਂ ਆਉਂਦੇ ਦੋ ਮੈਂ ਬੇਨਤੀਆਂ ਕਰਾਂਗਾ ਕਿ ਇਸ ਵਿੱਚ ਇੱਕ ਤਾਂ ਪ੍ਰਮਾਤਮਾ ਨੇ ਇਹ ਹੁਕਮ ਕੀਤਾ ਕਿ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਧਰਮ ਰਾਏ ਨੂੰ ਹੁਕਮ ਹੈ ਇਸ ਕਰਕੇ ਆਪਾਂ ਕਹਾਂਗੇ ਜਮਦੂਤ ਅਜ਼ਰਾਈਲ ਧਰਮ ਰਾਜ ਇਹ 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 ਕੀ ਜੀ ਨਹੀਂ ਗੁਰੂ ਕੇ ਸਿੱਖੋ ਇਹ ਗੱਲ ਚੇਤੇ ਰੱਖੋ ਇਹ ਤਾਂਕ ਤਾਂ ਰੱਬ ਨੂੰ ਗਾਉਂਦੀਆਂ ਨੇ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਉਸ ਰੱਬ ਦਾ ਪੁੱਤਰ ਬਣਾ ਦਿੱਤਾ ਜਿਹਦੇ ਅਧੀਨ ਸਾਰੀਆਂ ਤਾਕਤਾਂ ਨੇ ਗਾਵਨ ਤਦ ਨੂੰ ਰਾਜਾ ਧਰਮ ਦੁਆਰੇ ਧਰਮ ਰਾਜਾ ਤੇਰੇ ਬੂਵੇ ਤੇ ਖਲੋ ਕੇ ਗਾਉਂਦਾ ਹੈ ਤੇ ਮਹਾਰਾਜ ਕਹਿੰਦਾ ਜਿਹੜਾ ਉਹਨੂੰ ਗਾਉਂਦਾ ਤੈਨੂੰ ਉਹਨੂੰ ਗਾਉਣ ਵਾਸਤੇ ਮੈਨੂੰ ਕਿਹਾ ਧਰਮ ਰਾਜ ਨੂੰ ਗਾਉਣ ਲਈ ਨਹੀਂ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਬੀਤਾਰ ਸੱਚੇ ਧਰਮ ਦੀ ਗੱਲ ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ ਦੂਜੇ ਪਾਏ ਦਾ ਅਰਥ ਇਹ ਜਿਹੜੇ ਪ੍ਰਮਾਤਮਾ ਨੂੰ ਛੱਡ ਕੇ ਦਵੇਸ਼ ਵਿੱਚ ਫਸ ਗਏ ਨੇ ਤੇਰੀ ਪਰਜਾ ਉਹ ਵੀ ਤੇਰਾ ਕਾਨੂੰਨ ਉਹਦੇ ਤੇ ਲਾਗੂ ਹੋਣਾ ਹੈ ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ ਅਧਿਆਤਮਿਕ ਖਰਗੁਣਤਾਸ ਮਨ ਜਪੇ ਏਕ ਮੁਰਾਰ ਜਿਹੜੇ ਰੋਜ਼ ਆਤਮ ਅਭਿਆਸ ਕਰਦੇ ਆ ਪ੍ਰਮਾਤਮਾ ਦੇ ਸ਼ਬਦ ਨੂੰ ਜਪਦੇ ਆ ਜਪੇ ਏਕ ਮੁਰਾਰ ਤਨ ਕੀ ਸੇਵਾ ਧਰਮ ਰਾਏ ਕਰੇ ਤਨ ਸਵਾਰਨਖਰ ਜਿਹੜਾ ਸਜਾ ਲੰਦਾ ਉਹ ਬੰਦਗੀ ਕਰਨ ਵਾਲੇ ਦੀ ਸੇਵਾ ਕਰ ਰਿਹਾ ਹੈ ਫਿਰ ਸਮੁਤਨ ਕੀ ਸੇਵਾ ਧਰਮ ਰਾਏ ਕਰੇ ਮਹਾਰਾਜ ਕਹਿੰਦੇ ਆ ਇੱਕ ਬਚਨ ਹੋਰ ਸਭ ਨੂੰ ਸ਼ਲੋਕ ਚੇਤੇ ਹੋਣਾ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਆਹ ਹੈ ਉਹ ਨਰ ਉਭਰੇ ਮਹਾਰਾਜ ਸ਼ਬਦ ਵਰਦਿਆ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅੜਾ ਹਾਂ ਇਹ ਹਾਂ ਕੌ ਹੈ ਹਾਊ ਮੈਨੀ ਨਾ ਹਉਦਾਰ ਤੇ ਇਹ ਧਰਮ ਰਾਜ ਕਹਿ ਰਿਹਾ ਨਾ ਮੈਂ ਅਣਾ ਅਣਾ ਹਾ ਨਾ ਤੂੰ ਇਹ ਨਾ ਜਮਦੂਤ ਤੂੰ ਨਿਕਟ ਨਾ ਜਾਈਓ ਦੂਤ ਉਹਦੇ ਨੇੜੇ ਵੀ ਨਾ ਜਾਈ ਜਿਹੜਾ ਬੰਦਗੀ ਕਰਦਾ ਸੱਚ ਇਹ ਜੇ ਗੁਰਮਖੋ ਅੱਜ ਨਹੀਂ ਪਾਵੇਂ ਅੱਜ ਅਸੀਂ ਦੁਨੀਆ ਦੇ ਮੋਹ ਦੇ ਬੰਧਨ ਚ ਖਾਂ ਜਿਸ ਦਿਨ ਇਸ ਕਾਇਆ ਨੂੰ ਛੱਡ ਕੇ ਤੁਰਨਾ ਉਸ ਦਿਨ ਸਮਝ ਪਾਏਗੀ ਗੁਰੂ ਨਾਨਕ ਸਾਹਿਬ ਦੇ ਜਪ ਦੀ ਕੀਮਤ ਕੀ ਹੈ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਕੀਮਤ ਕੀ ਹੈ ਮਹਾਰਾਣੀ ਸ਼ਬਦ ਵਰਤੇ ਕਿ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ ਚਲੋ ਇੱਕ ਉਦਾਹਰਨ ਮੈਂ ਆਪ ਜੀ ਨੂੰ ਹੋਰ ਦੇ ਕੇ ਇਸੇ ਬਚਨ ਨੂੰ ਅੱਗੇ ਆਪਣਾ ਸਾਂਝਾ ਹੋਰ ਕਰਨਾ ਜਾਣਾ ਤਾਂ ਸਭ ਨੇ ਇੱਕ ਸਵਈਆ ਪੁਤੀ ਪੜ੍ਹਦੇ ਹੋ ਮਾਨਵ ਇੰਦਰ ਗਜेंद्र ਨਰਾਦਪ ਜਉਣ ਤਰਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜ਼ਾਇਕ ਦਾਨ ਅਨੇਕ ਸਵੰਬਰ ਸਾਜ ਬਰਾਂਗੇ ब्रह्म है महेश, बिशन सचिपत अंत फसे जम फास परेंगे शोया पढ़ने ना, मानव इंद्र गजिंदर निराधव जोन तरलोक को राज करेंगे कोट शनान गजात गदान अनेक स्वंबर साज भरेंगे ब्रह्म विष्ण महेश सचिपत अंत फसे जम फास पर ए, ए, पहलिया तीन तुकाने, ने मनुख ਇੰਦਰਦਰ ਦੇ ਰਾਜੇ ਗਜਿੰਦਰਦਰ ਦੇ ਖਾਤੀਆਂ ਦੇ ਰਾਜੇ ਜਿਹਨੇ ਵੱਡੇ ਵੱਡੇ ਖਾਤੀ ਨੇ ਮਨੁੱਖਾਂ ਦੇ ਰਾਜੇ ਸੱਚ ਏਵੇਂ ਕਿ ਇੱਥੇ ਬ੍ਰਹਮਾ ਵਿਸ਼ਨ ਮਿਕੇ ਸਚੀਪਤ ਇੱਥੇ ਇਸ਼ਨਾਨ ਕਰਨ ਵਾਲੇ দান ਕਰਨ ਵਾਲੇ ਸਾਰੇ ਇੱਕ ਦਿਨ ਫਸ ਜਾਣਗੇ ਅੰਤ ਫਸੇ ਜਮ ਫਾਸ ਫਸेंगे ਇਹ ਇਹਦੇ ਵਿੱਚ ਫਸਣਗੇ ਪਰ ਇਹਦੇ ਵਿੱਚ ਕਿਹਾ ਜੇ ਨਰ ਸੀਪਤ ਕੇ ਪ੍ਰਸਖ ਪਗ ਤੇ ਨਰ ਫੇਰ ਨਾ ਦੇ ਤਰ੍ਹਾਂ ਗੇ ਹੁਣ ਇਹ ਤੇ ਸਾਰੇ ਗਿੰਦ ਤੇchnani ਗਿੰਦ ਤੇ ਦੇਵਤੇ ਗਿੰਦ ਤੇ ਬੰਦੇ ਗਿੰਦ ਤੇ ਪਰ ਪਰਮੇਸ਼ਵਰ ਦੀ ਉਬਾਦਤ ਐ ਸਿੱਖ ਹੈ ਜੇ ਨਰਸਰੀ ਪਤਕੇ ਪਰਸਖੇ ਪਗ ਜਿਹੜੇ ਵਹਿਗੁਰੂ ਦੇ ਚਰਨਾਂ ਨੂੰ ਸਪਰਸ਼ ਕਰ ਜਾਣਗੇ ਤੇ ਨਰ ਫੇਰ ਨਾ ਦੇ ਤਰ੍ਹਾਂ ਗੇ ਉਹਨਾਂ ਨੂੰ ਬਾਡੀ ਨਹੀਂ ਧਾਰਨ ਕਰਨੀ ਪੈਗੀ ਭਾਈ ਗੁਰਦਾਸ ਸਾਹਿਬ ਜੀ ਨੂੰ ਇੱਕ ਬਚਨ ਪੁੱਛਿਆ ਸਿੱਖਾਂ ਨੇ ਇਹ ਬਾਣੀ ਹੈ ਜੀ ਉਹ ਕਹਿੰਦੇ ਸਾਨੂੰ ਇਸ ਗੱਲ ਦੀ ਸਮਝ ਨਹੀਂ ਪੈ ਰਹੀ ਇਹ ਬਾਣੀ ਚ ਵਾਰ-ਵਾਰ ਮੌਤ ਜਮਦੂਤ ਇਹ ਫੰਦੇ ਤੇ ਗੁਰੂ ਨਾਨਕ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਸਾਡੇ ਤੇ ਸੇਵਾਪੰਥੀ ਦਾ ਇਤਿਹਾਸ ਕਾਫੀ ਪੜਨ ਵਾਲਾ ਹੈ ਸਾਡੀ ਇਹ ਇਹ ਔਗਣ ਕਹਿਲਾ ਕਿਸੇ ਜਥੇਬੰਦੀ ਚੋਂ ਇੱਕ ਬੰਦਾ ਗਲਤੀ ਕਰੇ ਸੰਪਰਦਾ ਚੋਂ ਅਸੀਂ ਸਾਰਿਆਂ ਨੂੰ ਕਈ ਕੇ ਸਾਲ ਤੱਕ ਜਿਉਂ ਨਹੀਂ ਦਿੰਦੇ ਸੱਚੀ ਜੀ ਰੱਬ ਬੰਦੇ ਦੀ ਗਲਤੀ ਨੂੰ ਮaaf ਕਰ ਦਿੰਦਾ ਬੰਦਾ ਬੰਦੇ ਦੀ ਗਲਤੀ ਨੂੰ ਕਦੀ ਮaaf ਨਹੀਂ ਕਰਦਾ ਉਹ ਉਹ ਕੁਦਰਤੀ ਹੈ ਸ਼ਰੀਰ ਨੂੰ 60 ਵਜੇ ਰੱਬ ਬਾਡੀ ਰਾਈ ਇਸ 60 ਨੂੰ ਭਰ ਦੇਗਾ ਜ਼ਖਮ ਭਰ ਦੇਗਾ ਪਰ ਸਕਿਨ ਦਾ ਨਿਸ਼ਾਨ ਨਹੀਂ ਜੇ ਜਾਂਦਾ ਜੇ ਭਾਂਡਾ ਟੁੱਟ ਜਾ ਟਾਂਕਾ ਲਾਇਆ ਪਾਣੀ ਰੁਕ ਜਾਏਗਾ ਪਰ ਟਾਂਕੇ ਦਾ ਨਿਸ਼ਾਨ ਨਹੀਂ ਜਾਂਦਾ ਰੱਬ ਤਾਂ ਬੰਦੇ ਦੀ ਗਲਤੀ ਨੂੰ ਟਾਂਕੇ ਲਾ ਕੇ ਸੁਧਾਰ ਦਿੰਦਾ ਪਰ ਬੰਦਾ ਉਹਨੂੰ ਵਾਰ-ਵਾਰ ਚੇਤੇ ਕਰਾਂਦਾ ਹੈ। ਉਹ ਉਹ ਕੀ ਕਰਦੇ ਹੁੰਦੇ ਸਨ ਸੇਵਾਪੰਥੀ ਜਦੋਂ ਸੇਵਾ ਦਿੰਦੇ ਸਨ ਤਿੰਨ ਚਾਰ ਗੱਲਾਂ ਹੁੰਦੀਆਂ ਸਨ। ਇੱਕ ਚਟਾਈ ਦਿੰਦੇ ਹੁੰਦੇ ਸਨ ਸੇਵਾਪੰਥੀ ਜਿਹਨੂੰ ਮਹੰਤ ਥਾਪਣਾ। ਚਟਾਈ ਸਮਝ ਗਿਆ ਸਫ। ਇੱਕ ਝਾੜੂ ਦਿੰਦੇ ਸਨ ਤੇ ਇੱਕ ਬਾਟਾ ਦਿੰਦੇ ਸਨ ਸਿਰਫ ਤਿੰਨ ਚੀਜ਼ਾਂ। ਚਲੋ ਹੁਣ ਉੱਥੇ ਵੀ ਸਭ ਕੁਝ ਬਦਲ ਚੁੱਕਾ ਹੈ। ਮਾਇਆ ਦੇ ਪ੍ਰਭਾਵ ਨਾਲ ਬਹੁਤ ਥਾਵਾਂ ਤੇ ਪਰ ਅਜੇ ਵੀ ਕਈ ਸੇਵਾਪੰਥੀ ਐਸੇ ਸਾਧੂ ਨੇ ਸ਼ਹਿਦ ਆਪਨੇ ਦਰਬਾਰ ਸਾਹਿਬ ਦਰਸ਼ਨ ਕੀਤੇ ਹੁਣ ਹੋਂ ਤਾਂ ਨਹੀਂ ਹੁੰਦੇ ਬਾਬਾ ਸਤਨਾਮ ਸਿੰਘ ਜੀ ਸਨ ਚਲੋ ਮੈਂ ਨਾਂ ਲੈ ਦਿੱਤਾ ਮੈਨੂੰ ਇਹ ਵੀ ਪਤਾ ਹੈ ਵੀ ਅਸੀਂ ਜਿਉਂਦੇ ਬੰਦੇ ਨੂੰ ਬ੍ਰਹਮ ਗਿਆਨੀ ਮੰਨਦੇ ਮਰਨ ਤੋਂ ਬਾਅਦ ਬਰਸੀਆਂ ਮਨਾਣੇ ਕਿਉਂਕਿ ਦਿਸਦਾ ਨਹੀਂ ਨਾ ਜਿਉਂਦੇ ਨਾਲ ਈਰਖਾ ਹੈ ਮੇਰੇ ਜਿਉਂਦਿਆਂ ਦੂਜਾ ਕਿਵੇਂ ਹੋ ਸਕਦਾ ਇਹ ਬੰਦੇ ਦੀ ਫਿਤਰਤ ਹੈ ਤੇ ਉਹਨਾਂ ਸਭ ਕੁਝ ਛੱਡ ਦਿੱਤਾ ਡੇਰਾ ਡੂਰਾ ਸਭ ਕੁਝ ਲੰਮਾ ਚੋਲਾ ਪਾ ਕੇ ਸਿਰਫ ਪ੍ਰਕਰਮਾਂ ਵਿੱਚੋਂ ਝਾੜੂ ਲਾਂਦੇ ਨੇ ਅੱਜ ਕੱਲ ਨਹੀਂ ਆਉਂਦੇ ਬਿਰਦ ਬਹੁਤ ਹੋ ਗਿਆ ਕਦੀ ਕਦੀ ਆਉਂਦੇ ਕਦੀ ਦਿਨ ਚੜੇ ਸ਼ਰੀਰ ਉਹਨਾਂ ਦਾ ਬਿਰਦ ਕਹੇ ਦੋਨਾਂ ਹੱਥਾਂ ਝਾੜੂ ਸੰ ਜਦੋਂ ਤੁਸੀਂ ਜਾਓ ਤੁਸੀਂ ਕਹੋ ਜੀ ਮੈਂ ਨਿਊਜ਼ੀਲੈਂਡ ਤੋਂ ਆਇਆ ਚਲੋ ਵੇ ਲਾਈਵ ਚੱਲ ਰਿਹਾ ਹੋ ਸਕਦਾ ਜੇ ਕਿਤੇ ਸੁਣਦੇ ਵੀ ਕੋਣ ਬਹੁਤ ਗੁੱਸਾ ਕਰਨਗੇ ਮੇਰੇ ਨਾਲ ਪਿਆਰ ਹੈ ਉਹਨਾਂ ਦਾ ਉਹ ਇੱਕੋ ਦਮ ਦਾੜਾ ਪਕੜ ਕੇ ਕਹਿਣਗੇ ਆਪਣੇ ਚਰਨ ਲਿਆ ਮੈਂ ਤੇਰੇ ਚਰਨ ਝਾੜਾ ਕਿੰਨੀ ਦੂਰੋਂ ਤੂੰ ਚੱਲ ਕੇ ਗੁਰੂ ਰਾਮਦਾਸ ਦੇ ਦਰ ਤੇ ਮੈਂ ਤੇ ਇੱਥੇ ਬੈਠਾ ਹਾਂ ਤੇਰੀ ਸੇਵਾ ਯਾਦੀ ਹੈ ਭਾਈ ਸਾਹਿਬ ਨੂੰ ਪਤਾ ਹੋਣਾ ਉਹਨਾਂ ਦਾ ਉਹ ਉਹ ਇਹ ਸੇਵਾ ਪੰਥੀਆਂ ਦਾ ਇਤਿਹਾਸ ਬੜਾ ਕਮਾਲ ਦਾ ਹੈ ਸੰਤ ਰਤਨ ਮਾਲੀਨ ਦਾ ਗ੍ਰੰਥ ਹੈ ਉਹਦੇ ਵਿੱਚ ਉਹ ਕੀ ਕਰ ਰਹੇ ਨੇ ਰਸੇ ਵਟਦੇ ਪਿਆ ਅਡ ਨਿਸ਼ਾਈਆਂ ਦੀ ਸ਼ਾਈ ਬੜੀ ਮਸ਼ਹੂਰ ਸੀ ਇੰਨੇ ਸੋਜਵਾਨ ਸਨ ਜਦੋਂ ਮਸ਼ੀਨੀ ਛਾਪੇ ਨਹੀਂ ਸਨ ਇਕ ਤਾਂ ਜਾਂਦੇ ਨੇ ਪਿੰਡ ਦੇ ਲੋਕ ਚਾਹੁੰਦੇ ਨੇ ਜਾਓ ਨਾ ਸਾਨੂੰ ਸੁਗਮਨੀ ਸਾਹਿਬ ਦੇ ਗੁਟਕੇ ਲਿਖ ਦਿਓ ਬਹਾਨਾ ਬਣਾ ਕੇ ਚਲੋ ਰੁਕ ਜਾਣਗੇ ਉਹ ਸਵੇਰ ਤੋਂ ਬੈਠਦੇ ਆ ਸ਼ਾਮ ਤੱਕ ਬਿਣਾ ਖਾਦਿਆਂ ਪੀਤਿਆਂ ਸੁਗਮਨੀ ਸਾਹਿਬ ਦੇ ਗੁਟਕੇ ਲਿਖੀ ਜਾਂਦੇ ਆ ਉਹ ਰस्सियां ਵਟ ਰਹੇ ਸਨ ਤੇ ਕਿਸੇ ਨੇ ਪੁੱਛ ਲਿਆ ਕਿ ਕਰਦੇ ਹੋ ਹੱਥ ਨਾਲ ਰੱਸੀ ਵਟਦੇ ਮੁਖ ਤੋਂ ਨਾਮ ਜਪਦੇ ਨੇ ਧੰਨ ਗੁਰੂ ਨਾਨਕ ਸਾਹਿਬ ਬਹੁਤ ਕਹਿੰਦੇ ਸਨ ਹੱਥ ਨਾਲ ਰੱਸੀ ਵਟਦੇ ਹੋ ਮੁਖ ਤੋਂ ਗੁਰੂ ਗੁਰੂ ਕਹਿੰਦੇ ਹੋ ਹੱਸ ਕੇ ਕਹਿੰਦੇ ਨੇ ਰस्सियां ਬੱਚੀਆਂ گاਵਾਂ ਨੂੰ ਬੰਨਣ ਲਈ ਨਹੀਂ ਮੁੱਖ ਤੋਂ ਜਦੋਂ ਗੁਰੂ ਗੁਰੂ ਜਪਨੇ ਹਨਾ ਜਿਹੜਾ ਜਮਦੂਤ ਲੋਕਾਂ ਨੂੰ ਫਾਈ ਫਾਂਦਾ ਸੀ ਉਹਨੂੰ ਪਾਉਣ ਵਾਸਤੇ ਵਟਨੇ ਪਿਆ ਹਾਲਾਂ ਬਾਹਰ ਮੁੱਖਿਓ ਕਰਮ ਕਰ ਰਹੇ ਭਾਈ ਸਾਹਿਬ ਨੂੰ ਪੁੱਛਿਆ ਗਾ ਗੁਰਦਾਸ ਸਾਹਿਬ ਜੀ ਨੂੰ ਵੀ ਦੱਸੋ ਤੁਸੀਂ ਇਹ ਮੌਤ ਤਾਂ ਮੌਤ ਮਨ ਮੁਕ ਵੀ ਜਾਏ ਗੁਰਮੁਖ ਵੀ ਜਾਏ ਸਰੀਰ ਦਾ ਸੁਭਾਅ ਹੈ ਜਿਹੜਾ ਆਇਆ ਉਹਨੇ ਜਾਣਾ ਭਾਈ ਸਾਹਿਬ ਨੇ ਤਿੰਨ ਬਚਨ ਕਹੇ ਇਸ ਨੂੰ ਧਿਆਨ ਨਾਲ ਸੁਣਿਓ ਕਿ ਇਹ ਜਿਹੜੇ ਸ਼ਰਨ ਚ ਪੈ ਜਾਣ ਉਹਨਾਂ ਨੂੰ ਜਮਦੂਤ ਕੁਛ ਨਹੀਂ ਕਹਿੰਦਾ ਉਬਰ ਜਾਂਦੇ ਆ ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ ਕੋਰਾ ਕਾਗਜ਼ ਲੈ ਲਓ ਉਹਦੇ ਉੱਤੇ ਪਾਣੀ ਸਟੋ ਪਾਣੀ ਦੀਆਂ ਬੂੰਦਾ ਡਿੱਗ ਪੈਣ ਤੇ ਕੋਰਾ ਕਾਗਜ਼ ਛੇਤੀ ਗਲ ਜਾਂਦਾ ਹੈ ਪਾਣੀ ਦਾ ਪ੍ਰਭਾਵ ਕਬੂਲ ਕੇ ਪਰ ਜੇ ਕਾਗਜ਼ ਨੂੰ ਤੁਸੀਂ ਥਿੰਦੇ ਵਿੱਚ ਪਿਉਂਦਿਓ ਕਿਉਂ ਵਿੱਚ ਪਿਉਂਦਿਓ ਤੇ ਉਹਨੂੰ ਪਾਣੀ ਚ ਪਾਓ ਛੇਤੀ ਗਲਦਾ ਨਹੀਂ ਜੇ ਤੇਰੇ ਕੋਲ ਤੇਰੇ ਤੁਰ ਲੱਗਿਆ ਅੰਦਰ ਸ਼ਬਦ ਦੀ ਠੰਧਿਆਈ ਹੋਵੇਗੀ ਸੱਚੀ ਮੁੱਚੀ ਮੌਤ ਰੂਪੀ ਪਾਣੀ ਤੈਨੂੰ ਨਹੀਂ ਗਾਲ ਸਕੇਗਾ ਜਿਵੇਂ ਇਕੱਲਾ ਕਾਗਜ਼ ਗਲਦਾ ਤੇ ਜੇ ਉਹਦੇ ਨਾਲ ਠੰਡਾ ਲੱਗ ਜਾਏ ਤਾਂ ਪਾਣੀ ਉਹਨੂੰ ਛੇਤੀ ਗਾਲਦਾ ਨਹੀਂ ਅਗਲਾ ਵਚਨ ਕਰੋੜਾਂ ਪੰਡਾਂ ਰੂੰ ਦੀਆਂ ਲੈ ਲਓ ਇੱਕ ਨਿੱਕੀ ਜੀ ਚਿੰਗਾਰੀ ਲਾਓ ਤੇ ਕਰੋੜਾਂ ਪੰਡਾਂ ਰੂੰ ਦੀਆਂ ਸੜ ਜਾਂਦੀਆਂ ਨੇ ਤੇ ਜੇ ਉਸੇ ਰੂੰ ਵਿੱਚੋਂ ਪਾਣੀ ਇੱਕ ਕੱਢ ਲਓ ਰੂੰ ਦੀ ਉਹਨੂੰ ਵਟ ਕੇ ਬੱਤੀ ਬਣਾ ਦਿਓ ਬੱਤੀ ਤੇਲ ਪਾ ਕੇ ਦੀਵੇ 'ਚ ਪਾ ਦਿਓ ਜਿਹੜੀ ਅੱਗ ਕਰੋੜਾਂ ਗੱਠਾਂ ਰੂਹ ਦੀਆਂ ਸਾੜ ਗਈ ਉਹ ਨਿੱਕੀ ਜੀ ਬੱਤੀ ਨੂੰ ਕਈ ਦੇ ਨਹੀਂ ਸਾੜ ਸਕਦੀ ਕਿਉਂ ਇੱਕ ਤੇ ਉਹਨੂੰ ਵਟ ਚੜ ਗਿਆ ਰੂਹ ਤਾਂ ਉਹੀ ਹੈ ਨਾ ਤੇ ਦੂਜਾ ਤੇਲ 'ਚ ਭਿੱਜ ਗਿਆ ਕਹਿੰਦੇ ਉਸ ਤਰ੍ਹਾਂ ਸਿੱਧਾ ਮੌਤ ਆਏ ਜਮਦੂਤ ਡਰਾਂਦਾ ਹੈ ਜਿਹੜੇ ਗੁਰੂ ਦੇ ਸ਼ਬਦ ਦੇ ਤੇਲ ਵਿੱਚ ਭਿੱਜ ਜਾਂਦੇ ਨੇ ਉਹ ਚਾਨਣ ਦੇ ਦਿੰਦੇ ਨੇ ਉਹਨੂੰ ਮੌਤ ਡਰਾਂਦੀ ਨਹੀਂ ਹੁੰਦੀ ਰੂਹ ਸੜਨਾ ਤੇ ਬੱਤੀ ਦਾ ਸੜਨਾ ਬੜਾ ਫਰਕ ਹੈ ਤੀਸਰਾ ਬਚਨ ਕੀਤਾ ਇਕੱਲਾ ਲੋਹੇ ਦੀ ਇੱਕ ਮੇਖ ਪਾਣੀ ਵੀ ਸਟੋ ਪਾਣੀ ਡੋਬਦਾ ਹੈਗਾ ਲੱਕੜ ਨਾਲ ਮਣਾ ਮੂ ਲੋਹਾ ਤੁਸੀਂ ਲਾ ਦਿਓ ਲੱਕੜ ਲੋਹੇ ਨੂੰ ਪਾਰ ਕਰ ਜਾਏਗੀ ਜਮਦੂਤ ਆ ਜਿਹੜਾ ਸ਼ਬਦ ਵਰਤੇ ਹੈ ਬੰਧਨ ਇਹ ਸਾਰੇ ਜਗਤ ਨੂੰ ਸਤਾਉਂਦੇ ਨੇ ਪਰ ਜਦੋਂ ਕੋਈ ਸਤਿਗੁਰੂ ਦੀ ਸ਼ਰਨ ਵੀ ਚਲੇ ਜਾਏ ਤੇ ਜਮਦੂਤ ਵੀ ਦਾਸ ਬਣ ਜਾਂਦਾ ਹੈ ਪਾਈ ਸੇਵ ਦਾ ਕਬਿੱਤਕ ਹੈ ਜੈਸੇ ਕਿਰਤਾਸ ਕਿਰਤਾਸ ਮਿੰਜ ਕਾਗਜ਼ ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੈ ਕਿਰਤ ਸੰਬੰਧ ਜਲ ਮਦ ਸਾਵਧਾਨ ਕੈ ਜੈਸੇ ਕੋਟ ਭਾਰ ਤੂਲ ਤਨਕ ਚਿਨਕ ਜਰੈ ਤੇਲ ਮੇਲ ਦੀਪਕ ਬਾਤੀ ਵਿਦਮਾਨ ਕੈ ਜੈਸੇ ਲੋ ਬੂਡ ਜਾਤ ਸਲਲ ਮੇ ਡਾਰਤ ਕੀ ਕਾਸਟ ਪ੍ਰਸੰਗ ਗੰਗਾ ਸਾਗਰ ਨਾ ਮਾਨ ਕੈ ਤੈਸੇ ਜਮਕਾਲ ਬਿਆਲ ਸਕਰ ਸੰਸਾਰ ਗਰਸੈ ਸੋ ਨਿਸਤਕ ਨੂੰ ਤੈਸੇ ਜਮਕਾਲ ਬਿਆਲ ਅਜਗਰ ਸੱਪ ਦੀ ਤਰ੍ਹਾਂ ਸਭ ਨੂੰ ਪਾਈ ਜਾਂਦਾ ਹੈ ਜਮਦੂਤ ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗਰਸ ਹੈ ਸਤਿਗੁਰੂ ਭੇਟਤ ਦਾਸਨ ਦਾਸਾਨ ਹੈ ਬਸ ਮੈਂ ਇੱਕੋ ਬੇਨਤੀ ਕਰਾਂਗਾ ਸਾਨੂੰ ਹੋਰ ਕੋਈ ਪਤਾ ਨਹੀਂ ਇੰਨੇ ਹੀ ਪਤਾ ਮੇਰਾ ਗੁਰੂ ਨਾਨਕ ਸਾਹਿਬ ਇੱਕੋ ਗੱਲ ਕਹਿ ਰਿਹਾ ਗੁਰ ਪ੍ਰਸਾਦੀ ਸੇ ਨਰ ਉਭਰੇ ਕੁਰੂ ਦੀ ਕਿਰਪਾ ਨਾਲ ਉਹ ਬੰਦੇ ਬਚ ਗਏ ਕੌਣ ਜੇ ਹਰ ਸ਼ਰਨਾਗਤ ਭੱਜ ਪਿਆ ਜਿਹੜੇ ਖਰੀਦੀ ਸ਼ਰਨ ਵੀ ਚਲੇ ਗਏ ਇੱਕ ਹੋਰ ਬੇਨਤੀ ਬੀਬੇ ਨਾਨਕੀ ਦਾ ਜ਼ਿਕਰ ਆਪਾਂ ਉਸ ਦਿਨ ਕੀਤਾ ਸੀ ਇਹ ਵੀ ਮੈਂ ਬੇਨਤੀ ਕੀਤੀ ਜਿਹੜੀ ਬਾਬਾ ਜੀ ਨੇ ਰਬਾਬ ਵਜਾਈ ਉਹ ਬੇਬੇ ਦੇ ਪੈਸਿਆਂ ਦੀ ਲਈ ਸੀ ਭਾਈ ਮਰਦਾਨੇ ਜਿਹੜੀ ਰਬਾਬ ਪਾਈ ਫਿਰੰਦੇ ਤੋਂ ਲਿਆਂਦੀ ਪੈਸੇ ਬੀਬੇ ਨਾਨਕੀ ਨੇ ਦਿੱਤੇ ਤੇ ਦੇਖੋ ਜਦੋਂ ਜਨਮ ਸਾਹਿਬ ਕੀ ਪੜ੍ਹਦੇ ਆ ਮਾਤਾ ਚੰਦੋ ਰਾਣੀ ਜੀ ਆਉਂਦੇ ਨੇ ਤੇ ਚੰਦੋ ਰਾਣੀ ਮਾਤਾ ਸੁਲਖਣੀ ਜੀ ਦੇ ਮਾਂ ਬਾਬਾ ਮੂਲ ਚੰਦ ਜੀ ਦੇ ਘਰੋਂ ਗੁਰੂ ਨਾਨਕ ਸਾਹਿਬ ਦੀ ਸੱਸ ਪਰ ਆ ਚਾਰ ਪੰਜ ਨਾਂ ਜਰੂਰ ਚੇਤੇ ਰੱਖ ਲਓ 550 ਸਾਲਾਂ ਤੇ ਉਸ ਦਿਨ ਮੈਂ ਕਿਹਾ ਸੀ ਗੁਰੂ ਨਾਨਕ ਸਾਹਿਬ ਦੇ ਦਾਦਾ ਜੀ ਪਿਤਾ ਜੀ ਦਾ ਨਾਮ ਬਾਬਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਦਾਦੇ ਦਾ ਨਾਮ ਬਾਬਾ ਸ਼ਿਵਰਾਮ ਜੀ ਤੇ ਦਾਦੀ ਦਾ ਨਾਮ ਬਨਾਰਸੀ ਦੇਵੀ ਜੀ ਤੇ ਪਰਦਾਦੇ ਦਾ ਨਾਮ ਸੀ ਬਾਬਾ ਰਾਮ ਨਰੈਣ ਜੀ ਬੇਦੀ ਗੁਰੂ ਨਾਨਕ ਸਾਹਿਬ ਦੇ ਨਾਨੇ ਦਾ ਨਾਮ ਸੀ ਬਾਬਾ ਰਾਮਾ ਜੀ ਗੁਰੂ ਨਾਨਕ ਸਾਹਿਬ ਦੇ ਮਾਮੇ ਦਾ ਨਾਮ ਸੀ ਬਾਬਾ ਕ੍ਰਿਸ਼ਨਾ ਜੀ ਬੇਬੇ ਬਾਰੇ ਸਾਰੇ ਜਾਣਦੇ ਆ ਸੱਚ ਇਹ ਵੇ ਸੁਲਤਾਨਪੁਰ ਦੀ ਧਰਤੀ ਉਹ ਇੱਕ ਭੈਣ ਤੇ ਪਿਆਰ ਭਰਾ ਦੀ ਮੁਹੱਬਤ ਵੀ ਹੈ ਤੇ ਸੁਲਤਾਨਪੁਰ ਦੀ ਧਰਤੀ ਬੇਬੇ ਨਾਨਕੀ ਦੀ ਪ੍ਰੀਤ ਪ੍ਰਤੀਤ ਤੇ ਵਿਸ਼ਵਾਸ ਦੀ ਵਿਆਖਿਆ ਕਰਦੀ ਹੈ ਆਪਾਂ ਸਿਰ ਫੁਲਕੇ ਵਾਲੀ ਗੱਲ ਹੀ ਸੁਣਾਉਨੇ ਆ ਨਾ ਫੁਲਕਾ ਪੱਕ ਗਿਆ ਚਲੋ ਤੁਸੀਂ ਦੇਖੋ ਬੇਬੇ ਦੀ ਪ੍ਰੀਤ ਮੈਂ ਦੋਸ਼ ਤਿੰਨ ਸ਼ਬਦ ਵਰਤੇ ਆ ਪ੍ਰੀਤ ਪ੍ਰਤੀਤ ਤੇ ਵਿਸ਼ਵਾਸ ਹਾਲਾਂਕਿ ਪ੍ਰਤੀਤ ਤੇ ਵਿਸ਼ਵਾਸ ਸ਼ਬਦ ਇੱਕੋ ਹੀ ਮਹਾਰਾਜ ਵਹੀ ਜਾਂਦੇ ਆ ਤਿੰਨ ਦਿਨ ਹੀ ਹੁੰਦੇ ਬਿਲਕੁਲ ਗਏ ਆ ਗੁਰੂ ਨਾਨਕ ਸਾਹਿਬ ਜੀ ਇਹ ਬਿਲਕੁਲ ਆਪਾਂ ਕੀ ਪਰਲੇ ਪਾਸੇ ਨਿਕਲ ਗਏ ਉਧਰ ਤੁਰ ਗਏ ਤੁਸੀਂ ਜਿੱਧਰ ਮਰਜ਼ੀ ਲਈ ਫਿਰ ਉਹ ਭਾਵੇਂ ਪਰਲੇ ਪਾਸੇ ਲਈ ਜੋ ਉਰਲੇ ਪਾਸੇ ਲਈ ਜੋ ਇਹ ਤੁਹਾਡੀ ਸੋਚ ਹੈ ਨਾ ਜਿੱਥੇ ਬਾਬਾ ਗਿਆ ਬਾਬਾ ਕਹਿੰਦਾ ਮੈਂ ਉੱਥੇ ਗਿਆ ਜਿੱਥੇ ਮੈਨੂੰ ਸਿਵਲ ਸਲਾਦ ਦਾ ਕੱਪੜਾ ਤੇ ਨਾਮ ਅਮਰ ਦਾ ਭੋਜਨ ਮਿਲਿਆ ਆ ਗਿਆ ਸਾਰੀਆਂ ਬੀਬੀਆਂ ਇਕੱਠੀਆਂ ਹੋ ਗਈਆਂ ਬੇਬੇ ਦੇ ਘਰ ਬੇਬੇ ਨਾਨ ਕੀ ਹਾਲ ਮੈਂ ਜਨਮ ਸਾਖੀ ਚ ਪੜ੍ਹ ਰਾਂ ਜਦੋਂ ਮਹਾਰਾਜ ਜਾਂਦੇ ਆ ਨਾ ਇਹ ਸੁਲਤਾਨਪੁਰ ਤਲਵੰਡੀ ਤੋਂ ਕੁੰਡਾ ਖੜਕਾਂਦੇ ਆ ਬੇਬੇ ਜੀ ਘਰ ਨੇ ਉਦੋਂ ਕਿਹੜੇ ਆ ਦਸੰਦਾ ਸੀ ਪਰ ਬੇਬੇ ਉਦਾਸ ਰਹਿੰਦੀ ਸੀ ਵੀਰ ਤੋਂ ਬਿਨਾਂ ਪਤਾ ਪਤਾ ਸੀ ਪਿਤਾ ਜੀ ਸਖਤ ਨੇ ਜਦੋਂ ਕੁੰਡਾ ਖੜਕਾਂਦੇ ਆ ਬੂਹਾ ਖੁੱਲਦੀ ਬੇਬੇ ਸਾਹਮਣੇ ਗੁਰੂ ਨਾਨਕ ਸਾਹਿਬ ਬਸ ਇੱਕੋ ਦਮ ਸਭ ਕੁਝ ਭੁੱਲ ਗਈ ਬਿਹਾਲ ਹੋ ਕੇ ਬੈਰਾਗ ਚ ਚਰਨਾ ਤੇ ਡਿੱਗਣ ਲੱਗੀ ਮਹਾਰਾਜ ਇੱਕੋ ਦਮ ਸਿਰ ਪਰ ਕੇ ਕਹਿੰਦਿਆ ਬੇਬੇ ਤਾਂ ਹੀ ਤਾਂ ਮੈਂ ਆਉਂਦਾ ਨਹੀਂ ਜਦੋਂ ਤੂੰ ਮੈਂ ਆਉਣਾ ਉਦੋਂ ਤੂੰ ਉੜ ਜਾਨੀ ਹੈ ਉੜ ਦਾ ਅਰਥ ਮੈਂ ਸ਼ਾਇਦ ਉਦੋਂ ਕੀਤਾ ਝੁਕਣਾ ਤੂੰ ਝੁਕ ਜਾਨੀ ਖੈ ਤੂੰ ਵੱਡੀ ਮੈਂ ਛੋਟਾ ਇੰਨੇ ਸ਼ਬਦ ਕਹੇ ਜਦੋਂ ਬੇਬੇ ਨੂੰ ਆਪਣੇ ਸੀਨੇ ਨਾਲ ਲਾਇਓ ਨੇ ਬੇਬੇ ਨੇ ਰੋ ਕੇ ਇੱਕੋ ਗੱਲ ਕਹੀ ਮੈਂ ਤੈਨੂੰ ਵੀਰ ਜਾਣ ਕੇ ਨਹੀਂ ਝੁਕਦੀ ਮੈਂ ਪੀਰ ਜਾਣ ਕੇ ਝੁਕਨੀਗਾ ਤੂੰ ਮੇਰਾ ਮੁਰਸ਼ਿਦ ਹੈ ਚੰਦੋ ਰਾਣੀ ਆਉਂਦੀ ਹੈ ਬੇਬੇ ਹੁਣ ਹਰਕ ਦੀ ਬਿਰਤੀ ਆਪੋ ਆਪਣੀ ਉਹ ਆ ਕੇ ਥੋੜਾ ਜਿਹਾ ਬੋਲਦੇ ਨੇ ਦੇਖੋ ਜਨਮ ਸਾਖੀ ਵਾਲਾ ਕਹਿੰਦਾ ਹੈ ਬੇਬੇ ਨਾਨਕੀ ਕਹਿੰਦੀ ਹੈ ਮਾਸੀ ਮੇਰਾ ਭਰਾ ਕੋਈ ਚੋਰ ਨਹੀਂ ਵੇਖੋ ਕਿਵੇਂ ਗੱਲ ਠੋਕ ਕੇ ਕਰ ਮੇਰਾ ਭਰਾ ਕੋਈ ਠੱਗ ਨਹੀਂ ਮੇਰਾ ਭਰਾ ਦਸਾਂ ਨਵਾਂ ਦੀ ਕਿਰਤ ਕਰਦਾ ਪੁੱਛ ਕਾ ਆਪਣੀ ਧੀ ਨੂੰ ਮੇਰੀ ਭਾਬੀ ਨੂੰ ਕੱਪੜੇ ਦੀ ਤਾਂ ਕਪੜਾ ਦਿੰਦਾ ਹੈ ਗਹਿਣੇ ਦੀ ਤਾਂ ਕਹਿਣਾ ਦਿੰਦਾ ਹੈ ਪੈਸੇ ਦੀ ਤਾਂ ਪੈਸੇ ਦਿੰਦਾ ਹੈ ਕਿਸੇ ਚੀਜ਼ ਦਾ ਟੋਟਾ ਨਹੀਂ ਜੇ ਗਰੀਬਾਂ ਨੂੰ ਵੰਡਦਾ ਤੇ ਆਪਾਂ ਕੀ ਕਹੀ ਆਪਣਾ ਹੀ ਤਾਂ ਵੰਡਦਾ ਪਿਆ ਹੈ ਨਾ ਬੇਬੇ ਨੇ ਸਾਰੀ ਜ਼ਿੰਦਗੀ ਕੁਝ ਨਹੀਂ ਮੰਗਿਆ ਇਤਿਹਾਸ ਕਹਿੰਦਾ ਸਿਰਫ ਇੱਕ ਵਾਰੀ ਮੰਗਿਆ ਇੱਕ ਤਾਂ ਚਲੋ ਇਹ ਸੀ ਜਦੋਂ ਯਾਦ ਕਰਾਂ ਤੁਸੀਂ ਆਉਣਾ ਜਦੋਂ ਮਹਾਰਾਜ ਪਹਿਲੀ ਉਦਾਸੀ ਤੋਂ ਆਏ ਕੁਝ ਨਹੀਂ ਮੰਗਿਆ ਮਹਾਰਾਜ ਆਉਂਦੇ ਆ ਭਾਈ ਮਰਦਾਨਾ ਮੈਂ ਥੋੜੀ ਐਸਾ ਕੀਤਾ ਲ ਲਈ ਹਜ਼ੂਰ ਦੀ ਪੱਟੀ ਐ ਤੇ ਪੁਰਬ ਨੂੰ ਸਮਰਪਿਤ ਕਰ ਮਹਾਰਾਜ ਰਾਤ ਬੈਂਦੇ ਆ ਮਰਦਾਨਾ ਬੜੀਆਂ ਗੱਲਾਂ ਸੁਣਾਉਂਦੇ ਨੇ ਭਾਈ ਸਾਹਿਬ ਬਾਬਾ ਜੀ ਨੇ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਤੇ ਬੇਬੇ ਨਾਨਕ ਕੀ ਕਹਿੰਦੀ ਮਰਦਾਨਿਆਂ ਮਾਹ ਪੁਰਖਾਂ ਦੇ ਕੌਤਕ ਜਣੇ ਖੁਣੇ ਕੋਲ ਨਹੀਂ ਦੱਸੀ ਦੇ ਕਿਉਂਕਿ ਲੋਕੀ ਕਦਰ ਕਰਨ ਵਾਲੇ ਨਹੀਂ ਹੁੰਦੇ ਸ਼ਬਦ ਸੰਧਿਆ ਬੈਠੇ ਨੇ ਕਹਿੰਦੇ ਨੇ ਬੇਬੇ ਕਰਤਾਰ ਦਾ ਹੁਕਮ ਹੈ ਅਸੀਂ ਚਲੇ ਜਾਣਾ ਹੈ ਫਿਰ ਜਾਣਾ ਹੈ ਅੱਗੇ ਤੇ ਬੇਬੇ ਨੂੰ ਸ਼ਾਮ ਇੱਕੋ ਚੀਜ਼ ਮੰਗੀ ਜੀ ਮਹਾਰਾਜ ਜੀ ਨੂੰ ਕਹਿੰਦੇ ਨੇ ਮੈਂ ਅੱਜ ਤੋਂ ਆਪ ਤੋਂ ਕੁਝ ਮੰਗਣਾ ਚਾਹਨੀ ਆ ਭੈਣ ਤੇ ਭਰਾ ਨੇ ਦੁਨਿਆਵੀ ਰਿਸ਼ਤਾ ਵੀ ਹੈ ਮਹਾਰਾਜ ਕਹਿੰਦੇ ਬੇਬੇ ਤੂੰ ਕਦੀ ਕੁਝ ਨਹੀਂ ਮੰਗਦੀ ਤੂੰ ਮੈਨੂੰ ਕਿੰਨਾ ਪਿਆਰ ਕਰਨੀ ਬਾਪੂ ਝਿੜਕਦਾ ਹੈ ਤੂੰ ਅੱਗੇ ਜਾਖ ਲੋਨੀ ਹੈ ਤੂੰ ਹਰਥਾ ਮੈਨੂੰ ਇੰਨਾ ਪਿਆਰ ਕੀਤਾ ਕੁਝ ਮੰਗ ਇੱਕੋ ਗੱਲ ਕੀ ਵੀਰਾ ਅਜੇ ਨਾ ਜਾਈ ਮੈਂ ਕੱਲ ਨੂੰ ਸਰੀਰ ਛੱਡ ਜਾਂਦਾ ਮੈਨੂੰ ਚਿਖਾ ਵਿੱਚ ਆਪ ਪਾ ਕੇ ਜਾਏ ਬਸ ਇੱਕੋ ਥਾਂ ਤੇ ਮੰਗਿਆ ਜੀ ਬੇਬੇ ਜੀ ਨੇ ਹਜ਼ੂਰ ਦੇ ਸਾਹਮਣੇ ਆਪਣਾ ਚੋਲਾ ਛੱਡਿਆ ਕਮਾਲ ਦੀ ਗੱਲ ਭਾਈਆ ਜੈ ਰਾਮ ਸੰਸਕਾਰ ਕਰਕੇ ਨਾਲ ਆਏ ਸ਼ਾਮ ਨੂੰ ਮਹਾਰਾਜ ਵਿਰਾਜ ਕੀਰਤਨ ਕਰਦੇ ਨੂੰ ਇਹਨੂੰ ਢਾਹ ਨਾਲ ਨਹੀਂ ਜੋੜਦਾ ਭਾਈਆ ਜੈ ਰਾਮ ਕੋਲ ਬੈਠਿਆ ਕਹਿੰਦੇ ਹੁਣ ਰੁਕਜੋ ਪਰ ਸੋ ਅਸੀਂ ਵੀ ਚਲੇ ਜਾਣਾ ਹੈ ਬੇਬੇ ਨਾਨਕੀ ਤੇ ਭਾਈਆ ਜੈ ਰਾਮ ਜੀ ਸਿਰਫ 2 ਦਿਨਾਂ ਦਾ ਫਾਸਲਾ ਹੈ ਜੀ ਜਦੋਂ ਇਹਨਾਂ ਨੇ ਚੋਲਾ ਛੱਡਿਆ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਮੌਤੋਂ ਵੀ ਹੈ ਪਰ ਪ੍ਰਭੂ ਦੀ ਸ਼ਰਨ ਚ ਪਏ ਹੋਏ ਗੁਰੂ ਨਾਨਕ ਸਾਹਿਬ ਜੀ ਨਾਲ ਰਿਸ਼ਤਾ ਵੀ ਸਤਿਗੁਰੂ ਨੇ ਕਿਹਾ ਗੁਰ ਪ੍ਰਸਾਦੀ ਸੇ ਨਰ ਉਬਰੇ ਜੇ ਹਰ ਸ਼ਰਨਾਗਤ ਭਜ ਪਿਆ ਅਗਲੇ ਬਚਨ ਨੇ ਬੱਬੈ ਬਾਜੀ ਖੇਲਣ ਲੱਗਾ ਸੁਣੋ ਇਸ ਬਚਨ ਨੂੰ ਬੱਬੈ ਅੱਖਰ ਰਾਹੀਂ ਬਾਜੀ ਦਾ ਲਫ਼ਜ਼ੀ ਅਰਥ ਵੈਸੇ ਹੁੰਦਾ ਖੇਲ ਹਾਂਜੀ ਬਾਜੀ ਇਸ ਨੂੰ ਬਾਜੀ ਕਰ ਨੂੰ ਕਹਿੰਦੇ ਜਿਹੜਾ ਖੇਡ ਕਰਦਾ ਹਾਂਜੀ ਬਾਜੀ ਦਾ ਅਰਥ ਬਾਜੀ ਮੀਨਸ ਖੇਡਣਾ ਪਰਮਾਤਮਾ ਨੇ ਸੰਸਾਰ ਖੇਡ ਬਣਾ ਦਿੱਤੀ ਬੱਬੇ ਬਾਜੀ ਖੇਡਣ ਲੱਗਾ ਪਰਮਾਤਮਾ ਖੇਡਣ ਲੱਗਾ ਚੌਪੜ ਕੀਤੇ ਚਾਰ ਜੂਗਾ ਹੁਣ ਜਿਨ੍ਹਾਂ ਨੇ ਚੌਪੜ ਖੇਡਿਆ ਉਹਨਾਂ ਨੂੰ ਪਤਾ ਹੋਣਾ ਇਸ ਗੱਲ ਦਾ ਇਹ ਅਸਲ ਜਿਹੜਾ ਸ਼ਬਦ ਹੈ ਚੌਪੜ ਬਾਜੀ ਖੇਡਣ ਲੱਗਾ ਪਰਮਾਤਮਾ ਚੌਪੜ ਇਹ ਅਸਲ 'ਚ ਇਹ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਚਤੁਸ਼ਪਟ ਸੋਣਿਓ ਚਤੁਸ਼ਪੱਟ ਇਥੋਂ ਬਣਿਆ ਚੌਪੜ ਚਤੁਸ਼ਪੱਟ ਦਾ ਅਰਥ ਹੁੰਦਾ ਕਿ ਉਹ ਕੱਪੜਾ ਜਿਹਦੇ ਚਾਰ ਨੁਕਰਾਂ ਹੋਣ ਜਿਹਦੀਆਂ ਸਮਝਿਓ ਚੌਪੜ ਇਹਦਾ ਮਤਲਬ ਚੌਪਟ ਕਿ ਉਹ ਕੱਪੜਾ ਜਿਹੜਾ ਚੋ ਚੋ ਚਾਰ ਨੁਕਰਾਂ ਵਾਲਾ ਹੈ ਹੁਣ ਉਹਦੇ ਵਿੱਚ ਕੀ ਹੈ ਜਿਹੜੇ ਚੌਪੜ ਖੇਡਦੇ ਆਪ ਨੂੰ ਪਤਾ ਹੋਣਾ ਹੈ ਉਹ ਕੱਪੜਾ ਚੌਰਾ ਵਛਾਉਂਦੇ ਨੇ ਮਹਾਰਾਜ ਕਹਿੰਦਿਆ ਕਿ ਪਰਮਾਤਮਾ ਚੌਪੜ ਖੇਡਣ ਲੱਗਾ ਸੁਣੋ ਇਸ ਨੁਕਤੇ ਨੂੰ ਇਹ ਇਹ ਅੱਜ ਕੱਲ ਸਮਝ ਤਾਂ ਨਹੀਂ ਪੈਣੀ ਕਿਉਂਕਿ ਖੇਡ ਦਾ ਕੋਈ ਨਹੀਂ ਮਹਾਰਜ ਕਹਿੰਦੇ ਆ ਵੀ ਪਰਮਾਤਮਾ ਬਾਜੀਗਰ ਬਣ ਗਿਆ ਖੇਡਣ ਲੱਗਾ ਇਹ ਨਹੀਂ ਕਿ ਕੀਤਾ ਵੀ ਚੌਪੜ ਵਿਛਾ ਦਿੱਤੀ ਕਪੜਾ ਵਿਛਾ ਦਿੱਤਾ ਚਾਰ ਨੁਕਰਾ ਜਿਹਨੂੰ ਅੱਜ ਕੱਲ ਨਿਆਣੇ ਮੇਰੇ ਕਹ ਲੋ ਉਹ ਗੀਟੀਆਂ ਛੱਟਦੇ ਨਹੀਂ ਖੇਡਦੇ ਹੁੰਦੇ ਜਿਹੜੀ ਲੁੱਡੋ ਕਹਿੰਦੇ ਆ ਹਾਂਜੀ ਵਾਹਿਗੁਰੂ ਜੀ ਬਖਸ਼ ਦਿਓ ਸਮਝਾਉਣ ਵਾਸਤੇ ਮੈਂ ਵਰਤਣਾ ਪਿਆ ਕਿਉਂਕਿ ਅੱਗੇ ਅੱਗੇ ਅਗੇ ਅਰਥ ਕਰਨ ਲਈ ਮੈਨੂੰ ਉਹ ਕਰਨੇ ਪੈਣੇ ਆ ਪਰਮਾਤਮਾ ਨੇ ਇਹ ਚੌਪੜ ਜਿਹੜਾ ਚ ਕਪੜਾ ਵਿਛਾ ਦਿੱਤਾ ਚਾਰ ਨੁਕਰਾਂ ਵਾਲਾ ਤੇ ਕੀਤਾ ਕੀ ਜੀ ਕੀ ਚੌਪੜ ਕੀਤੇ ਚਾਰ ਯੁਗਾਂ ਇਹ ਚਾਰ ਯੁਗ ਜਿਹੜੇ ਨੇ ਸਤਯੁਗ ਤ੍ਰੇਤਾ ਦਵਾਪਰ ਕਾਲ ਯੁਗ ਇਹ ਪਰਮਾਤਮਾ ਨੇ ਚੌਪੜ ਬਣਾ ਦਿੱਤਾ ਉਹਨੇ ਆਪ ਬਣਾਇਆ ਤੇ ਅਗਲਾ ਬਚਨ ਕੀਤਾ ਜੀ ਜੰਤ ਸਭ ਸਾਰੀ ਕੀਤੇ ਜਿੰਨੇ ਵੀ ਜੀ ਜੰਤ ਨੇ ਸਾਰੀ ਦਾ ਲਬਜ਼ੀ ਅਰਥ ਹੋਵੇਗਾ ਜੀ ਨਰਦਾਂ ਆਪ ਨੂੰ ਪਤਾ ਨਰਦਾਂ ਜਿਹੜੀਆਂ ਨੇ ਜਦੋਂ ਚੌਪੜ ਖੇਡਿਆ ਜਾਂਦਾ ਹੈ ਕਪੜਾ ਵਿਛਾ ਕੇ ਉਹਦੇ ਉੱਤੇ ਨਰਦਾਂ ਰੱਖਦੇ ਆ ਗੋਟਾਂ ਕਹਿੰਦੇ ਆ ਉਹ ਨਰਦਾਂ ਰੱਖਦੇ ਆ ਮਹਾਰਾਜ ਕਹਿੰਦੇ ਜੀ ਜੰਤ ਸਭ ਸਾਰੀ ਕੀਤੇ ਪਾਸਾਂ ਢਾਲਣ ਆਪ ਲੱਗਾ ਪਾਸਾ ਕਿਹਨੂੰ ਕਹਿੰਦੇ ਆ ਆ ਇੱਕ ਤਾਂ ਪਾਸਾ ਪਾ ਕਹਿੰਦੇ ਆ ਨਾ ਵੀ ਪਾਸੇ ਦਰ ਤੇ ਇੱਕ ਪਾਸੇ ਪੈਣਾ ਜਿਵੇਂ ਇੱਕ ਬਾਣੀ ਚ ਬਚਨ ਹੁੰਦਾ ਕਿ ਕੇਤੜਿਆਂ ਜੁਗ ਵਾਪਰੇ ਇਕਤ ਪਿਆਂ ਪਾਸ ਇੱਕ ਪਾਸੇ ਪਿਆਂ ਇੱਕ ਬਾਣੀ ਸ਼ਬਦ ਹੁੰਦਾ ਹੈ ਵਸਤੂ ਅੰਦਰ ਵਸਤ ਸਮਾਵੇ ਦੇ ਦੂਜੀ ਹੋਵੇ ਪਾਸ-ਪਾਸ ਦਾ ਅਰਥ ਹੈ ਕੋਲ ਹੁਣ ਇੱਥੇ ਪਾਸਾਂ ਢਾਲਣ ਆਪ ਲੱਗਾ ਇੱਕ ਹੋਗੀ ਚੌਪੜ ਇੱਕ ਚੌਪੜ ਵਿੱਚ ਚੌਪੜ ਦੇ ਖਾਨੇ ਹੁੰਦੇ ਆ ਜਿਹ ਮਰਬੇ ਜਿਹਨੂੰ ਕਹਿੰਨੇ ਉਹਦੇ ਵਿੱਚ ਨਰਦਾਂ ਰੱਖੀਆਂ ਹੁੰਦੀਆਂ ਨੇ ਆ ਰਾਣੀ ਰਾਜਾ ਘੋੜੀ ਆਦਿਕ ਜਿਹੜੇ ਰੱਖੇ ਆ ਹੁਣ ਉਸ ਤੋਂ ਬਾਅਦ ਕੀ ਹੁੰਦਾ ਇੱਕ ਹੁੰਦਾ ਪਾਸਾ ਪਾਸਾ ਨਾ ਹਾਥੀਦੰਦ ਦਾ ਬਣਿਆ ਹੁੰਦਾ ਉਂਗਲੀ ਜਿਹਾ ਹੁੰਦਾ ਉਹਦੇ ਨਿੱਕਾ ਜਿਹਾ ਹੁੰਦਾ ਜੀ ਛੋਟਾ ਜਿਹਾ ਉਹਦੇ ਵਿੱਚ ਇੱਕ ਪਾਸੇ 6 ਕਿ ਨਿੱਕੇ ਨਿੱਕੇ ਚਿੰਨ ਹੁੰਦੇ ਆ ਕਾਲੇ ਰੰਗ ਦੇ ਤੇ ਦੂਜੇ ਪਾਸੇ 4 ਹੁੰਦੇ ਆ ਹੁਣ ਉਹਨੂੰ ਜਦੋਂ ਸੱਟਦੇ ਉਹਨੂੰ ਕਹਿੰਦੇ ਨੇ ਪਾਸਾ ਟਾਲਣਾ ਫਿਰ ਸਮਝੋ ਜੇ ਉਹ ਮਾਰ ਲਓ 4 ਚਿੰਨ ਆ ਗਏ ਨਿੱਕੇ ਜਿਹਾ ਸੁਰਾਖ ਉਹ ਆਪਣੀ ਨਰਦ ਜਿਹੜੀ ਹੈ 4 ਘਰਾਂ ਚ ਅੱਗੇ ਚਲੀ ਜਾਂਦੀ ਸਮਝ ਗਿਆ ਨਾ ਬੇਨਤੀ ਨੂੰ ਜੀ ਜੇ 6 ਆ ਗਿਆ 6 'ਚ ਮਹਾਰਾਜ ਕਹਿੰਦੇ ਨੇ ਗੱਲ ਸੁਣੋ ਸੰਸਾਰ ਦੇ ਲੋਕੋ ਪਰਮਾਤਮਾ ਚੌਪੜ ਖੇਡ ਰਿਹਾ ਹੈ ਉਹਨੇ ਸਤਜੁਗ ਤ੍ਰੇਤਾ ਜਵਾਪਰ ਕਾਲਜੁਗ ਚਾਰ ਜੁਗਾਂ ਦੇ ਟਾਈਮ ਨੂੰ ਚੌਪੜ ਬਣਾ ਦਿੱਤਾ ਹੈ ਅਸੀਂ ਜਿੰਨੇ ਜੀਵਾਂ ਸਾਨੂੰ ਸਾਰਿਆਂ ਨੂੰ ਨਰਦਾਂ ਬਣਾ ਦਿੱਤਾ ਤੇ ਸੱਚੇ ਆਪਣੇ ਹੁਕਮ ਦੇ ਵਿੱਚ ਉਹਨੇ ਪਾਸਾ ਟਾਲਨੇ ਸੱਚ ਕਿ ਜਿਹੜਾ ਪਾਸਾ ਉਹ ਟਾਲਦਾ ਪਿਆ ਕੋਈ ਨਰਦ ਜਿਹੜੀ ਪੱਕੀ ਹੋ ਕੇ ਪੁੱਗ ਕੇ ਰੱਬ ਦੇ ਘਰ ਚਲੀ ਜਾਂਦੀ ਏ ਜਦੋਂ ਪਾਸਾ ਸੱਟਦਾ ਸੱਚੇ ਵਿੱਚ ਕਈ ਕੱਚੇ ਉੱਥੇ ਰਾਹ ਵਿੱਚ ਮਾਰ ਖਾ ਜਾਂਦੇ ਹੈ ਮੇਰੇ ਕਹਿਣ ਤੋਂ ਮੁਰਾਦ ਮੈਂ ਫਿਰ ਰਿਪੀਟ ਕਰਾਂਗਾ ਸ਼ਬਦ ਕਿ ਸੰਸਾਰ ਇੱਕ ਚੌਪੜ ਦੀ ਖੇਡ ਹੈ ਪ੍ਰਮਾਤਮਾ ਖੇਡ ਰਿਹਾ ਹੈ ਅਸੀਂ ਸਾਰੀਆਂ ਨਰਦਾਂ ਸੱਚੇ ਵੇ ਇਹਦੇ ਚ ਕਈ ਵਿਚਾਰੇ ਹਾਰ ਜਾਂਦੇ ਆ ਕਈ ਜਿੱਤ ਜਾਂਦੇ ਆ ਕੋਈ ਮਰ ਜਾਂਦੇ ਆ ਕੋਈ ਸਰੇ ਲੱਗ ਜਾਂਦੇ ਇਹਨੂੰ ਥੋੜਾ ਜਿਹਾ ਹੋਰ ਸਮਝਣ ਲਈ ਇੱਕ ਸ਼ਬਦ ਲੈ ਲਵਾਂ ਇੱਕ ਬਚਨ ਹੁੰਦਾ ਹੈ ਮਹਾਰਾਜ ਦਾ ਚਲੋ ਉੱਥੇ ਨਰਦਾਂ ਨਹੀਂ ਉਹ ਸੌਖਾ ਸਮਝ ਪੈ ਜਾਊਗਾ ਉਹ ਸ਼ਬਦ ਕਹੇ ਖੌ ਗੋਸਾਈ ਦਾ ਪਹਿਲਵਾਨੜਾ ਗੁਰੂ ਅਰਜਨ ਸਾਹਿਬ ਜੀ ਮੈਂ ਗੁਰਮਿਲ ਉੱਚ ਦੁਮਾਲੜਾ ਮੈਂ ਆਪਣੇ ਗੁਸਾਈ ਦਾ ਛੋਟਾ ਜਿਹਾ ਪਹਿਲਵਾਨ ਆੜਾ ਸ਼ਬਦ ਆਇਆ ਨਾ ਇਹ ਬੜਾ ਸੁੰਦਰ ਸ਼ਬਦ ਇੱਕ ਵਾਰ ਮੈਂ ਦੀ ਵਿਆਖਿਆ ਕੀਤੀ ਸੀ ਆੜਾ ਦੇ ਆੜਾ ਸ਼ਬਦ ਜਿੱਥੇ ਆ ਜਾ ਸਮਝੋ ਵੀ ਸ਼ਬਦ ਨੂੰ ਸ਼ਿੰਗਾਰ ਦਿੱਤਾ ਗੁਰੂ ਨੇ ਗਿਆਨੀ ਮਾਨ ਸਿੰਘ ਝੌਰ ਇਹਦੀ ਵਿਆਖਿਆ ਬੜੀ ਪਿਆਰੀ ਕਰਦੇ ਸਨ ਕਿਉਂਕਿ ਉਹ ਉਹ ਬਜ਼ੁਰਗਾਂ ਦੀ ਵੀ ਆਪਣੀ ਮਿਹਨਤ ਸੀ ਉਹ ਇੱਕ ਦਿਨ ਕਥਾ ਕਰਨ ਪਏ ਜੋ ਦੀਸਾ ਗੁਰ ਸਿਖੜਾ ਮੈਂ ਰਿਪੀਟ ਕਰ ਲਗਾ ਇਹ ਅਰਥ ਮੈਂ ਕੀਤੇ ਸਨ ਯਾਦ ਰੱਖਿਓ ਮੈਨੂੰ ਕਈ ਸਾਲ ਹੋ ਗਏ ਨੇ ਹੁੰਦਿਆ ਮੈਨੂੰ ਛੇਤੀ ਨਹੀਂ ਭੁੱਲਦਾ ਮੈਂ ਕੀ ਕੀ ਬੋਲ ਕੇ ਗਿਆ ਇਸ ਸਟੇਜ ਤੇ ਤੇ ਭੁੱਲਿਆ ਤੁਸੀਂ ਵੀ ਨਾ ਕਰੋ ਹੁਣ ਉਹ ੜਾੜਾ ਸ਼ਬਦ ਜਿਹੜਾ ਉਹ ਉਹਨਾਂ ਕੋ ਉਦਾਹਰਣ ਦਿੱਤੀ ਕਹਿੰਦੇ ਵੀ ਨਿਆਣਾ ਉੱਠਦਾ ਤੇ ਸਵੇਰੇ ਸਵੇਰੇ ਮਾਈਆਂ ਪਹਿਲਾਂ ਮੂੰਹ ਹੀ ਤੋਂ ਆਂਦੀਆਂ ਸਨ ਨਾ ਜੀ ਉਹ ਇੱਕੋ ਦਾ ਆਵਾਜ਼ ਮਾਰ ਕੇ ਕਹਿੰਦੀ ਮੇਰੇ ਪੁੱਤਰ ਮੂੰਹ ਢੋੜਾ ਹੈ ਹਾਂ ਜੀ ਪਹਿਲੀ ਆਵਾਜ਼ ਮੂੰਹ ਢੋੜਾ ਕਹਿੰਦੀ ਤੇ ਉਹ ਰੀਰੀ ਕਰਿਓ ਨਾ ਦੋ ਕੋਰੀ ਫਿਰ ਆਵਾਜ਼ ਮਾਰੀ ਉੱਠਵੇਂ ਮੂੰਹ ਢੋਲਾ ਉਹ ਜਦੋਂ ਨਹੀਂ ਉੱਠਦਾ ਫਿਰ ਕੋਦਮ ਸਰਾਣੇ ਖਲੋ ਕੇ ਰਜਾਈ ਚੁੱਕ ਕੇ ਮਰਾਂ ਮਾਰ ਕੇ ਬਾਹਰ ਤੋਂ ਖਿੱਚ ਕੇ ਚੱਲ ਸਕੂਲ ਦਾ ਟਾਈਮ ਹੋ ਗਿਆ ਲੈ ਤੇਰਾ ਬੂਥਾ ਤੋਦਿਆ ਸ਼ਬਦ ਮੂੰਹ ਹੈ ਨਾ ਉਹ ਬੂਥਾ ਜਿਹੜਾ ਉਹਦੇ ਅੰਦਰ ਦੇ ਗੁੱਸੇ ਚੋਂ ਨਿਕਲੇ ਕਹਿੰਦਾ ਜਦੋਂ ਬੂਥਾ ਕਹਿੰਦੀ ਨਾਲ ਖਿੱਚਦੀ ਨਿਆਣਾ ਰੋਣ ਲੱਗ ਪੈਂਦਾ ਇੱਕੋ ਦਾ ਮੂੰਹ ਤੋਂ ਮੱਥਾ ਚੁੰਮ ਕੇ ਕਹਿੰਦੀ ਮੇਰੇ ਪੁੱਤਰ ਦਾ ਮੁਖੜਾ ਕਿੰਨਾ ਸੋਨਾ ਨਿਕਲ ਆਇਆ ਕਹਿੰਦਾ ਮੂੰਹ ਸੀ ਬੁੱਥਾ ਸੀ ਉਹਨੂੰ ਮੁਖੜਾ ਬਣ ਗਿਆ ਹੁਣ ਮੁਖੜਾ ਸ਼ਬਦ ਉਹ ਕਹਿੰਦਾ ਪਿਆਰ ਦਾ ਸੂਚਕ ਤੇ ਜਦੋਂ ਮੈਨੂੰ ਇੰਨਾ ਕੋ ਨਿਕੁਤਾ ਮਿਲਿਆ ਫਿਰ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਬੜੇ ਸ਼ਬਦ ਮਿਲੇ ਇੱਕ ਤੇ ਗੁਰਸਿਖੜਾ ਯਾਦ ਰੱਖਿਓ ਹਰਿਆਣੇ ਵਿੱਚ ਜੀ ਇਹ ਸ਼ਬਦ ਵਰਦੇ ਸੀਖੜਾ ਮਾਰੇ ਨੇ ਸ਼ਬਦ ਵਰਤਿਆ ਗੁਰਸਿਖੜਾ ਬੜਾ ਪਿਆਰਾ ਸ਼ਬਦ ਹੈ ਜਿਵੇਂ ਸ਼ਬਦ ਹੈ ਮੁਖ ਤੇ ਪਿਆਰ ਚ ਭਿੱਜਾ ਹੋਇਆ ਸ਼ਬਦ ਕਹਿੰਦਾ ਮੁਖੜਾ ਸ਼ਬਦ ਕਹੇ ਸਾਜਣ ਮਹਾਰਾਜ ਕਹਿੰਦੇ ਸਾਜਣੜਾ ਮੇਰਾ ਸਾਜਣੜਾ ਸ਼ਬਦ ਹੈ ਇਠ ਮਹਾਰਾਜ ਕਹਿੰਦੇ ਨੇ ਗੋਸਾਈ ਮਹੰਡਾ ਇਠੜਾ ੜਾੜਾ ਸ਼ਬਦ ਲਾਲਾ ਕੇ ਮਹਾਰਾਜ ਨੂੰ ਹੋਰ ਪਿਆਰ ਨਾਲ ਬਖਸ਼ਿਸ਼ ਕਰ ਦਿੰਦੇ ਆ ਮੈਂ ਬੇਨਤੀ ਕਰਾਂ ਕਿ ਸ਼ਬਦ ਵਰਤਿਆ ਖਾਉ ਗੋਸਾਈ ਦਾ ਪਹਿਲਵਾਨੜਾ ਸ਼ਬਦ ਤੇ ਪਹਿਲਵਾਨ ਕਹੇ ਮੈਂ ਗੁਸਾਈ ਦਾ ਪਹਿਲਵਾਨਾ ਇਹਨੂੰ ਸਮਝਾਣ ਲਈ ਜਿਹੜੀ ਆਪਕੋ ਮੈਂ ਕਥਾ ਪੇ ਕਰਨਾ ਮੇਰਾ ਹੁਣ ਮੈਂ ਜਾ ਕੇ ਸੱਚੀ ਮੁੱਚੀ ਚੌਪੜ ਵਾਲੇ ਵੇਖਣੇ ਨੇ ਮੈਨੂੰ ਬਖਸ਼ ਦੇ ਆਜੇ ਮੈਂ ਉਹ ਇਹ ਅਰਥ ਮੈਂ ਸਮਝਣੇ ਚਾਹਨਾ ਪਾਸਾ ਕੀ ਹੈ ਮੈਂ ਤਾਂ ਜੋ ਲਿਖਿਆ ਉਹ ਤੁਹਾਨੂੰ ਸੁਣਾਈ ਜਾਣਾ ਜੋ ਪੜਿਆ ਕਿ ਨਰਦਾ ਕਿਵੇਂ ਚੱਲਦੀਆਂ ਨੇ ਜਿਨ੍ਹਾਂ ਚੌਰਸ ਖੇលਿਆ ਚੌਰਸ ਚੌਰਸ ਸਿੱਕੇਂਦੇ ਨਾ ਉਹਨਾਂ ਨੂੰ ਪਤਾ ਹੁਣ ਆਜ ਦਾ ਸਾਨੂੰ ਸਭ ਨੂੰ ਪਤਾ ਹੈ ਕਿ ਮਹਾਰਾਜ ਕਹਿੰਦੇ ਆ ਹਉ ਗੋਸਾਈ ਦਾ ਪਹਿਲਵਾਨ ੜਾ ਮੈਂ ਗੁਰਮਿਲ ਉੱਚ ਸ਼ਬਦ ਹੈ ਦੁਮਾਲਾ ਕਿੰਨਾ ਪਿਆਰ ਕੀਤਾ ਮਾਰੇ ਕਹਿੰਦੇ ਦੁਮਾਲੜਾ ੜਾੜਾ ਲਾਇਆ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠੀਆ ਦਇਓ ਬੈਠਾ ਵੇਖੇ ਆਪ ਜੀਓ ਕਿ ਨਾ ਪ੍ਰਮਾਤਮਾ ਵੀ ਅੱਜ ਕੁਸ਼ਤੀ ਕਰਾਂਦਾ ਪਿਆ ਜਿਵੇਂ ਕਬੱਡੀ ਆਪ ਜੀ ਕਰਾਂਦੇ ਕੋਈ ਸ਼ਬਦ ਸਾਰੇ ਇਸ ਤਰੀ ਨੇ ਤੇ ਮੈਂ ਕਿਦ ਨੇ ਇਹ ਵੀ ਸ਼ਬਦ ਅਰਥ ਕੀਤੇ ਸਰ ਜਦੋਂ ਕੋਈ ਕਬੱਡੀ ਪਾਣ ਜਾਂਦਾ ਹੈ ਨਾ ਇੱਕ ਅਰਥ ਟਿਕਾਕਰ ਨੇ ਕੀਤੇ ਨੇ ਇੱਕ ਸ਼ਬਦ ਕੱਲ ਸੀ ਬੋਲਿਆ ਸੀ ਇਹ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗ ਹੈ ਬਾਂਹਨ ਲੜਾਈਐ ਅਗਲੀ ਕ ਬਚਨ ਹੈ ਕਹੋ ਨਾਨਕ ਬਾਹ ਲੜਾਈਐ ਹੁਣ ਬਾਹ ਲੜਾਈਐ ਦੇ ਅਰਥ ਤੇ ਉਦੋਂ ਉਹਨਾਂ ਕਿ ਜਦੋਂ ਕੋਈ ਕਬੱਡੀ ਵਿੰਦਾ ਹੈ ਜਾਂ ਕੁਸ਼ਤੀ ਵਿੰਦਾ ਹੈ ਟਿਕਾਕਰ ਅਰਥ ਕਰਦਿਆ ਬਾਹ ਲੜਾਈਐ ਦਾ ਅਰਥ ਹੈ ਬਾਹ ਉੱਚੀ ਕਰਕੇ ਜਾਣਾ ਹਾਂਜੀ ਇੱਥੇ ਸ਼ਬਦ ਮੈਨੂੰ ਪਤਾ ਹੈ ਲੁੱਟਦਾਰਤ ਬਾਹ ਕਰਨਾ ਵੀ ਪਰ ਇਥੇ ਕੋ ਨਾਨਕ ਬਾਹ ਲੜਾਈ ਹੈ ਜਦੋਂ ਆਪ ਨੂੰ ਪਤਾ ਹੈ ਵੀ ਕਬੱਡੀ ਪਾਣ ਵਾਲਾ ਕਬੱਡੀ ਪਾਂਦਾ ਹੈ ਜਾਂ ਵੀ ਉਹਨੂੰ ਪਕੜਦਾ ਹੈ ਤੇ ਜਦੋਂ ਕਬੱਡੀ ਪਾਣ ਵਾਲਾ ਜਾਂ ਵੀ ਉਹਨੂੰ ਚੋਕੇ ਪਰਾ ਮਾਰਦਾ ਹੈ ਜੱਪਾ ਛਡਾ ਕੇ ਚੱਲਦਾ ਹੈ ਯਾਦ ਰੱਖਿਓ ਉਹਦੇ ਨਾਲੇ ਜਾਂਪੀ ਵੱਲ ਵਿੰਧ ਹੈ ਇੱਕ ਪੱਟ ਤੇ ਹੱਥ ਮਾਰਦਾ ਹੈ ਥਾਪਣਾ ਮਾਰਦਾ ਹੈ ਤੇ ਦੂਜੀ ਬਾਹ ਉੱਚੀ ਕਰਕੇ ਪੈਰਾਂ ਨਾਲ ਲੁੱਡੀਆਂ ਪਾਂਦਾ ਜਾਂਦਾ ਹੈ ਇਸ ਤਰ੍ਹਾਂ ਨੱਚਦਾ ਜਾਂਦਾ ਜੀ ਮਹਾਰਾਜ ਕਹਿੰਦੇ ਆ ਤੂੰ ਗੁਰੂ ਦੀ ਸੇਵਾ ਕਰੀ ਰੱਬ ਦੀ ਦਰਗਾਹ ਚ ਲੁੱਡੀਆਂ ਪਾੰਦਾ ਜਾਈ ਜਮਦੂਤ ਦੇ ਸਾਹਮਣੇ ਥਾਪੜੇ ਮਾਰੀ ਤੇਰੇ ਅਲ ਵੇਖ ਨਹੀਂ ਸਕੇਗਾ ਕਿੱਡੀ ਵੱਡੀ ਬਖਸ਼ਿਸ਼ ਕੀਤੀ ਜਿਹਦੇ ਤੋਂ ਛੁੱਟ ਗਿਆ ਹੁਣ ਜਾਫੀ ਜਿੰਨੇ ਜੱਫਾ ਮਾਰਿਆ ਵਿਚਾਰਾ ਨੀਵੀਂ ਪਾ ਕੇ ਬੈਠਾ ਰਿਹਾ ਨਾ ਜੀ ਉਹ ਇਸ ਤਰੀ ਮਿੱਟੀ ਚੋਕ ਕੇ ਮੱਲ ਲੱਗ ਪੈਂਦਾ ਜਾਂ ਖੁਰਕਣ ਲੱਗ ਪੈਂਦਾ ਨਿਕਲ ਗਿਆ ਮਹਾਰਾਜ ਕਹਿੰਦੇ ਆ ਜਮਦੂਤ ਵੇਖੀ ਤੂੰ ਬਾਣੀ ਪੜਨ ਵਾਲਿਆ ਲੁੱਡੀਆਂ ਪਾੰਦਾ ਜਾਈ ਜਮਦੂਤ ਖੁਰਕਣਾ ਸ਼ੁਰੂ ਕਰਦਾ ਕੋ ਬੇਵਸ ਹੋ ਜਾਂਦਾ ਹੈ ਉਹਦਾ ਜੱਫਾ ਨਹੀਂ ਤੇਰੇ ਤੇ ਚੱਲਣਾ ਇਥੇ ਮਹਾਰਾਣੀ ਸ਼ਬਦ ਵਰਤੇ ਹੈ ਕਿ ਰੱਬ ਬੈਠਾ ਕਹਿੰਦਾ ਜੀ ਮੈਂ ਕੋ ਵੱਡੀ ਕੁਸ਼ਤੀ ਵੇਖਣੀ ਛਿੰਜ ਛਿੰਜਦਾਰ ਤਾਂ ਆਪ ਸਮਝ ਗਏ ਨਾ ਜੀ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਲੜਾ ਸਭ ਕੋਈ ਛਿੰਜੀ ਇਕੱਠਿਆ ਦਿਓ ਬੈਠਾ ਵੇਖੇ ਆਪ ਜੀ ਵਾਤ ਵਜਨ ਟਮਕ ਭੇਰੀਆਂ ਵਾਜੇ ਵਜਦੇ ਪੈਣੇ ਢੋਲ ਵੱਜਦੇ ਪੈਣੇ ਮਲ ਲੱਥੇ ਲੈਂਦੇ ਫੇਰੀਆਂ ਕੁਸ਼ਤੀ ਪਹਿਲਾਂ ਤਾਂ ਆਪ ਤੁਹਾਨੂੰ ਪਤਾ ਆਪਣੇ ਪਿੰਡਾਂ 'ਚੋਂ ਛਿੰਦ ਪੈਂਦੀ ਸੀ ਇਹ ਥੋੜਾ ਸੀ ਵੀ ਫਲਾਣਾ ਉਹ ਇੱਕ ਆਉਂਦਾ ਹੁੰਦਾ ਸੀ ਸਾਡੇ ਪਿੰਡਾਂ 'ਚ ਤੇ ਉਹ ਖੁੰਡੇ ਉੱਤੇ ਪਰਨਾ ਬੰਨਿਆ ਹੁੰਦਾ ਸੀ ਮੇਰੀ ਝੰਡੀ ਪਟਕੇ ਤੂੰ ਦਿਖਾਓ ਹਾਂਜੀ ਉਹ ਘੁੰਮਦਾ ਸੀ ਚਾਰ ਚੁਫੇਰੇ ਉਹ ਕੱਪੜੇ ਪੁਲਾਉਂਦਾ ਨਹੀਂ ਸੀ ਜੇ ਘੁੰਮਦਾ ਸੀ ਵੀ ਜਦੋਂ ਫਿਰ ਵੇਖਣਾ ਕਿਸੇ ਦੇ ਹੱਥ ਮਿਲਾਣਾ ਵੀ ਆ ਮੈਂ ਤੇਰੇ ਨਾਲ ਆਵਾਂਗਾ ਮਹਾਰਾਜ ਕਹਿੰਦੇ ਆ ਇੱਥੇ ਕਾਮ ਕਰੋ ਦਲੋ ਮੋਹੰਕਾਰ ਝੰਡੀਆਂ ਪਕੜ ਕੇ ਤੁਰੇ ਫਿਰਦੇ ਆ ਲੋਕਾਂ ਨੂੰ ਲਲਕਾਰਦੇ ਆਓ ਸਾਡੇ ਸਾਹਮਣੇ ਗਿਆਨੀ ਤੂੰ ਆ ਪੰਡਤਾ ਤੂੰ ਆ ਪ੍ਰਬੰਧਕ ਆ ਤੂੰ ਆ ਸਾਰਿਆਂ ਨੂੰ ਲਲਕਾਰਦੇ ਆ ਕਹਿੰਦੇ ਮੇਰਾ ਗੁਰੂ ਕੋਲ ਬੈਠਾ ਉਹਨੇ ਕਿਹਾ ਵੀ ਕੰਮ ਕਰ ਇਹ ਸਭ ਨੂੰ ਲਲਕਾਰਦੇ ਆ ਮਹਾਰਾਜ ਕਹਿੰਦੇ ਆ ਗੁਰੂ ਜੀ ਨੂੰ ਕਿਹਾ ਹਾਂ ਸਤਗੁਰੂ ਕਹਿਣ ਲੱਗੇ ਤੂੰ ਲੜ ਇਕੱਲੇ ਨੇ ਪੰਜਾਂ ਨਾਲ ਲੜਨਾ ਹੈ ਯਾਦ ਰੱਖਿਓ ਤੇ ਇਸ ਸ਼ਬਦ ਦੀ ਫਿਰ ਗਹਿਰਾਈ ਨੂੰ ਦੇਖਿਓ ਇਕੱਲੇ ਨੂੰ ਕੱਲਾ ਨਹੀਂ ਤੂੰ ਹੀ ਕੱਲਾ ਹੈ ਉਹ ਪੰਜ ਨੇ ਤੇ ਕਹਿੰਦੇ ਨੇ ਮੈਂ ਕਿਹਾ ਸਤਿਗੁਰੂ ਇਹ ਤਾਂ ਝੰਡੀ ਬੜੀ ਕਿ ਉਹ ਇਹਨਾਂ ਤੋਂ ਵੱਡਿਆਂ ਵੱਡਿਆਂ ਦੀ ਪਿੱਠ ਲਾਤੀ ਕਹਿੰਦੇ ਗੁਰੂ ਨੇ ਥਾਪੜਾ ਦਿੱਤਾ ਕਰਨ ਤੇ ਠਾਹ ਕਰਕੇ ਕਹਿ ਲੰਗੇ ਚੱਲ ਤੈਨੂੰ ਰਹਿਮਤ ਦਿੱਤੀ ਪੰਜੇ ਤੂੰ ਦਲ ਕੇ ਆ ਜਾਏਗਾ ਉਤੇ ਮਹਾਰਾਜ ਕਹਿੰਦੇ ਸਭ ਹੋਈ ਛਿੰਜੀ ਇਕੱਠੀਆਂ ਦੇ ਉਹ ਬੈਠਾ ਵੇਖਿਆ ਆਪ ਜੀ ਉਹ ਬਾਤ ਵੱਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕਾਂਢ ਜੀ ਉਹ ਵਸ ਐਦੇ ਅਰਥ ਕਰਨ ਵਾਸਤੇ ਵੀ ਖੈ ਉਹਦੀ ਖੇਡ ਉਹ ਚੌਪੜ ਵਛਾਈ ਉਹਨੇ ਸਮੇ ਦੀ ਤੇ ਜਿੰਨੇ ਜੀਵ ਅਸੀਂ ਨਰਦਾ ਵਾਂ ਗੋਟਾਂ ਵਾਂ ਜਿਹੜੀਆਂ ਅੱਗੇ ਚੱਲਨੇ ਵੱਟੇ ਕਹਿ ਲੋ ਸੌਖਾ ਤੇ ਪਰਮਾਤਮਾ ਜਿਹੜਾ ਉਹ ਆਪ ਸੱਟਦਾ ਪਾਸਾ ਉਹ ਜਿਹੜਾ ਹਾਥੀ ਦੰਦ ਵਾਲਾ ਪਾਸਾ ਆਪ ਸੱਟਦਾ ਉਹਦੇ ਹੁਕਮ ਦਾ ਪਾਸਾ ਜਿਹੜਾ ਚੱਲਦਾ ਹੈ ਕਿਸੇ ਦੇ 6 ਨੰਬਰ ਆ ਜਾਂਦੇ ਆ ਕਿਸੇ ਦੇ 4 ਆ ਜਾਂਦੇ ਆ ਕਿਹੜਾ ਇੰਨੇ ਕੁ ਟਿਕਾਣੇ ਤੇ ਲੰਘਦਾ ਸਾਰੇ ਘਰਾਂ ਚੋਂ ਪੁੱਗਦਾ ਹੋਇਆ ਰੱਬ ਦੇ ਘਰ ਪਹੁੰਚ ਜਾਂਦਾ ਹੈ ਇਹਦਾ ਭਾਵ ਇਹ ਵੇ ਜਿਹੜਾ ਹੁਕਮ ਦਾ ਪਾਸਾ ਮੰਨ ਗਿਆ ਉਹ ਅੱਗੇ ਨਿਕਲ ਗਿਆ ਇਸ ਤੋਂ ਅਗਲਾ ਬਚਨ ਭੱਬੈ ਭਾਲੈ ਸੇ ਫਲ ਪਾਵਹਿ ਭੱਬੈ ਅਖਰ ਹੀ ਮਹਾਰਾਜ ਕਹਿੰਦੇ ਜਿਹੜੇ ਰੱਬ ਨੂੰ ਪਾਲਣ ਤੁਰਦੇ ਆ ਤੁਰਿਆ ਤਾਂ ਹੈ ਨਾ ਸੇ ਫਲ ਪਾਵਹਿ ਉਹਨਾਂ ਨੂੰ ਫਲ ਮਿਲਦਾ ਹੈ ਜਿਹੜੇ ਭਾਲਨ ਤੁਰਦੇ ਆ ਗੁਰ ਪ੍ਰਸਾਦੀ ਜਿਨ ਕੋ ਭਉ ਪਿਆ ਜਿਨ੍ਹਾਂ ਉਤੇ ਗੁਰੂ ਦੀ ਬਖਸ਼ਿਸ਼ ਹੋ ਗਈ ਪ੍ਰਸਾਦੀ ਦਾ ਅਰਥ ਕਿਰਪਾ ਗੁਰੂ ਦੀ ਕਿਰਪਾ ਹੋ ਗਈ ਤੇ ਕੀ ਕਿਰਪਾ ਹੋਈ ਜਿਨ ਕੋ ਜਿਨ੍ਹਾਂ ਨੂੰ ਭਉ ਪਿਆ ਜਿਨ੍ਹਾਂ ਨੂੰ ਪਰਮਾਤਮਾ ਤੋਂ ਭੈ ਲੱਗਣ ਲੱਗ ਪਿਆ ਜਾਂ ਜਿਨ੍ਹਾਂ ਦੇ ਅੰਦਰ ਰੱਬ ਦਾ ਭੈ ਟਿਕ ਗਿਆ ਪਹਿਲਾ ਅਖਰੀ ਅਰਥ ਨੇ ਜਿਹੜੇ ਭਾਲਨ ਤੁਰੇ ਮੈਂ ਕਿਨਾ ਭਾਵੇਂ ਜੇ ਮੰਜ਼ਲ ਤੇ ਨਹੀਂ ਪਹੁੰਚੇ ਪਰ ਘਟੋ ਘਟ ਤੁਰੇ ਤੇ ਹੈ ਨਾ ਚੱਲੇ ਤੇ ਹੈ ਗਿਆ ਨਾ ਮਹਾਰਾਜ ਨੇ ਭਾਲਾ ਕਿ ਕਿਆ ਵੀ ਰੱਬ ਨੂੰ ਪਾਲਣ ਬਹੁ ਦੁਨੀਆ ਤੁਰਦੀ ਖੈ ਲੋਕੀ ਬਾਹਰ ਮੁਖੀ ਬਹੁਤ ਗਏ ਗੁਰੂ ਗ੍ਰੰਥ ਸਾਹਿਬ ਦੀ ਗੁਰਮਤ ਨੇ ਬਾਝਾ ਠੋਕੇ ਕਿਆ ਪਾਲਣ ਜਰੂਰ ਚੱਲ ਪਰ ਬਾਹਰ ਟਕਰਾ ਨਾ ਮਾਰੀ ਆਪਣੇ ਅੰਦਰ ਨੂੰ ਪਾਲਣ ਤੁਰ ਪੋ ਤੇਰੇ ਅੰਦਰ ਹੀ ਖਰਮੰਦਰ ਪ੍ਰਗਟ ਹੋ ਜਾਏ ਤੇਰੇ ਖੰਦਰ ਹੀ ਮੰਦਰ ਬਣ ਜਾਏਗਾ ਤੇਰੇ ਅੰਦਰ ਹੀ ਮੱਕਾ ਬਣ ਜਾਏਗਾ ਤੇਰੇ ਅੰਦਰ ਕਾਬਾ ਬਣ ਜਾਏਗਾ ਵਾਹਿਗੁਰੂ ਨੂੰ ਸੁਣੀਓ ਬੇਨਤੀ ਨੂੰ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਾਹਰ ਮੁਕੀ ਉਸ ਸਥਾਨ ਦੀ ਨਰਾਦਰੀ ਕਰ ਰਹੇ ਹਾਂ ਉਸ ਥਾਂ ਤੇ ਬੈਠਿਆਂ ਇੰਨੀ ਜ਼ਬਰਦਸਤ ਗੁਰੂ ਪ੍ਰਸਾਦ ਵਰਦਾ ਹੈ ਕਿ ਬੰਦਾ ਅੱਖਾਂ ਬੰਦ ਕਰਦਾ ਸਭ ਕੁਝ ਦਿਸਣ ਲੱਗ ਪੈਂਦਾ ਤੁਸੀਂ ਕਿਤੇ ਵੀ ਚਲੇ ਜਾਓ ਹਰ ਮੰਦਰ ਤੁਹਾਡੇ ਨਾਲ ਚੱਲਣ ਲੱਗ ਪੈਂਦਾ ਹੈ ਪਰ ਉਹਦੇ ਤੇ ਸ਼ੰਕਾ ਨਹੀਂ ਕਰਨਾ ਉਹ ਇਸ ਕਰਕੇ ਖਰਜੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਮ ਹੈ ਰਾਮ ਚਲੋ ਭਾਲਨ ਤਾਂ ਲੱਭ ਪਏ ਵੀ ਉਹਨੂੰ ਮਿਲਣ ਤੁਰਿਏ ਜਿਹੜੇ ਤਰੀਕੇ ਲੋਕਾਂ ਨੇ ਅਪਣਾਏ ਉਹਨੂੰ ਮਾਰੇ ਨਹੀਂ ਸਵਹਕਾਰਿਆ ਅਸੀਂ ਗੁਰੂ ਸਾਹਿਬ ਦਾ ਇੱਕ ਬਚਨ ਪੜ੍ਹਨੇ ਆ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੇਰੇ ਨਾਲ ਹੈ ਅਗਲਾ ਪੁੱਛਦਾ ਜੀ ਕਿਵੇਂ ਨਾਲ ਮੈਨੂੰ ਦਿਸਦਾ ਕੋਈ ਨਹੀਂ ਮਹਾਰਾਜ ਇੱਕ ਤਾਂ ਦ੍ਰਿਸ਼ਟਮਾਨ ਦੀ ਉਦਾਹਰਣ ਦਿੰਦੇ ਨੇ ਦੂਜੀ ਅਦ੍ਰਿਸ਼ਟ ਦੀ ਪੂਪ ਮਦਜੋ ਬਾਸ ਬਸਤਾ ਹੈ ਮੂਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਤੋ ਨਿਰੰਤਰ ਘਾਟੀ ਖੋਜੋ ਆਪਣੇ ਅੰਦਰ ਖੋਜ ਦੋ ਸ਼ਬਦ ਕਹਿ ਇੱਕ ਮੂਕਰਛ ਸ਼ਾਈ ਛੀਸ਼ੇ ਚ ਪਰਛਾਵਾਂ ਤੇ ਦੂਜੀ ਫੋਲ ਸੁਗੰਧੀ ਇੱਕ ਦੇਸ ਦਾ ਦੂਜਾ ਦੇਸ ਦਾ ਕੋਈ ਨਹੀਂ ਇਸ ਗੱਲ ਨੂੰ ਸੁਣੋ ਸ਼ੀਸ਼ਾ ਖਾਲੀ ਹੈ ਨਾ ਜੀ ਕੋਈ ਨਹੀਂ ਜਾਣਦਾ ਖਾਲੀ ਪਿਆ ਜਦੋਂ ਸਾਹਮਣੇ ਜਾਂਦਾ ਵਿੱਚ ਵੀ ਪ੍ਰਗਟ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਹਾ ਇਸ ਤਰ੍ਹਾਂ ਪ੍ਰਗਟ ਹੁੰਦਾ ਜਿਵੇਂ ਸ਼ੀਸ਼ੇ ਚੋਂ ਤੇਰਾ ਪ੍ਰਤੀਬਿੰਬ ਨਿਕਲਦਾ ਹੈ ਤੂੰ ਉਸ ਸ਼ੀਸ਼ੇ 'ਚ ਝਾਤੀ ਮਾਰਨੇ ਤੇਰਾ ਚਿਹਰਾ ਦਿਸਣ ਲੱਗ ਪੈਂਦਾ ਸ਼ੀਸ਼ਾ ਬਿਲਕੁਲ ਅਧਾਰ ਨਹੀਂ ਕਰਦਾ ਇਹ ਨਹੀਂ ਕਹਿੰਦਾ ਤੂੰ ਆਜਾ ਆਜਾ ਮੈਂ ਕੱਲ ਨੂੰ ਦਿਸਾਂਗਾ ਤੈਨੂੰ ਸਾਹਮਣੇ ਖਲੋਂਦੀ ਦੇ ਰੇ ਉਹ ਪ੍ਰਗਟ ਹੁੰਦਾ ਹੈ ਗੁਰਮੁਖਾਂ ਤੂੰ ਗੁਰੂ ਦੇ ਸ਼ਬਦ ਦੇ ਸਾਹਮਣੇ ਆਪਣੀ ਸੁਰਤ ਨੂੰ ਲੈ ਜਾਓ ਤੇਰੀ ਸੁਰਤ ਵਿੱਚੋਂ ਹੀ ਪਰਸ਼ਾਵਾ ਦਿਖਾ ਦਿੰਦਾ ਹੈ ਇਹਨੂੰ ਬਾਬਾ ਸਾਹਿਬ ਨੇ ਬਾਣੀ ਚ ਕਿਹਾ ਮੈਂ ਅਗੇ ਪ੍ਰਮਾਨ ਦੇਣਾ ਦੂਜਿਆ ਗੱਲ ਫੁੱਲ ਇੱਕ ਤਾਂ ਹੋ ਗਿਆ ਪ੍ਰਤਖ ਜੀ ਸ਼ੀਸ਼ੇ ਚ ਪ੍ਰਤਖ ਦਿਸਦਾ ਹੈ ਤੇ ਦੂਜਾ ਮਹਿਸੂਸ ਕੀਤਾ ਗਿਆ ਫੁੱਲ ਦਿਸਦਾ ਪਰ ਸੁਗੰਧੀ ਨਹੀਂ ਦਿਸਦੀ ਹੁੰਦੀ ਸੁਗੰਧੀ ਮਹਿਸੂਸ ਕੀਤੀ ਜਾਂਦੀ ਹੈ ਗੁਰੂ ਸਾਹਿਬ ਸ਼ਬਦ ਵਰਦੇ ਆ ਜੰਗਲ ਚ ਟਕਰਾਂ ਨਾ ਮਾਰ ਉਹ ਤੇਰੇ ਅੰਦਰ ਇਸ ਤਰ੍ਹਾਂ ਵਸਦਾ ਜਿਵੇਂ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਸਾਡਾ ਪਰਛਾਵਾਂ ਹੈ ਚਿਹਰਾ ਹੈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ ਬਾਹਰ ਕਿੱਥੇ ਝਾਤੀ ਮਾਰਨੇ ਸਿਰਫ ਖੋਜ ਆਪਣੇ ਅੰਦਰ ਦੀ ਜਿਹੜੇ ਬਾਹਰ ਤੁਰਿਆ ਮਾਰਨੇ ਰੋਕਿਆ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵੈਗਰੂ ਇਹਦੇ ਅਰਥ ਵੀ ਵਿਗਦਨ ਗੁਰਮਖ ਦੇ ਪੜੇ ਜੀ ਅਸੀਂ ਮੋੜੇ ਦਾ ਅਰਥ ਕਰਨੇ ਆ ਨਾ ਅਬ ਮੋੜੇ ਜਿਹਨੂੰ ਛਾਪੇ ਕਹਿੰਦੇ ਹੋ ਕੰਡਿਆਂ ਵਾਲੇ ਮੋੜੇ ਰੁੱਖ ਦੀਆਂ ਟਾਹਣੀਆਂ ਸਾਡੇ ਮੋੜੇ ਕਹਿੰਦੇ ਸਨ ਹੁਣ ਉੱਥੇ ਵਿਦਵਾਨਾਂ ਅਰਥ ਕੀਤੇ ਨੇ ਵੀ ਜੰਗਲ ਵਿੱਚ ਕੰਡੇ ਨੇ ਤੇ ਮੋੜੇ ਨੇ ਮੋੜੇ ਸਭ ਸਮਝ ਗਏ ਹੋ ਨਾ ਜੀ ਜਿਵੇਂ ਰੁੱਖ ਦਾ ਟਾਣ ਕੱਟ ਦਿਓ ਉਹਦੀਆਂ ਟਾਹਣੀਆਂ ਜ਼ਮੀਨ ਤੇ ਪਈ ਉਹਨੂੰ ਛਾਪਾ ਜੀ ਨੂੰ ਕਹਿੰਦੇ ਹੋ ਇਹਨੂੰ ਮੋੜਾ ਕਹਿੰਦੇ ਸਾਡੇ ਜੀ ਇਹ ਬਾਬਾ ਪ੍ਰੀਤ ਸਾਹਿਬ ਉਹ ਬੋਲੀ ਬੋਲ ਰਹਾ ਵਣ ਕੰਡਾ ਮੋੜੇ ਇਹਦਾ ਮਤਲਬ ਵਣ ਵਿੱਚ ਜੰਗਲ ਵਿੱਚ ਕੰਡਿਆਂ ਵਾਲੇ ਮੋੜੇ ਮਿਲਣਗੇ ਇਹ ਗੁਰਮੁਖ ਨੇ ਦੇ ਅਰਥ ਕੀਤੇ ਜਦੋਂ ਤੂੰ ਜੰਗਲ ਚ ਗਿਆ ਏ ਤੇ ਤੇਰੇ ਕੱਪੜਿਆਂ ਨੂੰ ਮੋੜੇ ਲੱਗੇ ਕੰਡੇ ਲੱਗੇ ਤੂੰ ਅੱਗੇ ਤੁਰਿਆ ਕੰਡਿਆਂ ਨੇ ਤੈਨੂੰ ਪਿੱਛੇ ਖਿੱਚਿਆ ਉੱਥੇ ਮੋੜੇ ਦਰਤ ਕਰਦੇ ਨੇ ਤੈਨੂੰ ਕੱਪੜਾ ਖਿੱਚ ਕੇ ਕਹਿੰਦਾ ਪਿਆ ਜੰਗਲ ਪਿਛਾਂ ਘਰ ਨੂੰ ਜਾ ਅੱਗੇ ਕੀ ਲੈਣ ਚੱਲਾਂਗੇ ਉੱਥੇ ਮੋੜੇ ਦਰਤੇ ਤੈਨੂੰ ਮੋੜ ਦਾ ਪਿਆਰ ਇੱਥੇ ਮਹਾਰਾਜ ਕਹਿੰਦੇ ਆ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰਾਬੇ ਖਿਆਲੀਏ ਜੰਗਲ ਕਾ ਢੂੰਡੇ ਮਹਾਰਾਜ ਕਹਿੰਦੇ ਆ ਜਿਹੜੇ ਤੁਰ ਪੈ ਭਾਲਣ ਤੁਰ ਪੈ ਮੈਂ ਕਿਹਾ ਗੁਰਮਖੋ ਘਟੋ ਘਟ ਅੰਦਰ ਨੂੰ ਖੋਜਣ ਤਾ ਤੁਰ ਕੇ ਦੋ ਚਾਰ ਘੜੀਆਂ ਪੰਜ ਸਤ ਘੜੀਆਂ ਘੜੀ ਚਲੋ ਸ਼ਬਦ ਬੜਾ ਵੱਡਾ ਖੈ ਕਿਉਂਕਿ 25 ਮਿੰਟ ਦੀ ਘੜੀ ਹੁੰਦੀ ਮੈਂ ਦੋ ਚਾਰ ਕਹਦੀਆਂ ਤੇ ਬਹੁਤ ਯਾਦੀਆਂ ਬਣ ਜਾਣੀਆਂ ਨੇ ਤੇ ਮਹਾਰਾਜ ਕਹਿੰਦੇ ਨੇ ਅੱਧੀ ਤੋਂ ਅੱਧੀ ਕਾਦੀ ਨੇਤਰ ਬੰਦ ਕਰਕੇ ਨਾ ਸੱਚ ਇਹ ਵੀ ਆਪਣੇ ਅੰਦਰ ਨੂੰ ਪਾਲਣ ਤੁਰੀਏ ਇਹਦੇ ਵਿੱਚੋਂ ਰਾਖਸ਼ ਵੀ ਨਿਕਲ ਆਉਣਾ ਇਹਦੇ ਵਿੱਚੋਂ ਦੇਵਤਾ ਵੀ ਨਿਕਲ ਆਉਣਾ ਸੱਚ ਜਦੋਂ ਅਸੀਂ ਅੰਦਰ ਚਾਤੀ ਮਾਰਨੇ ਫਿਰ ਦੱਸਦਾ ਕੀ ਕੋਈ ਸਾਡੇ ਅੰਦਰ ਹੈ ਕੀ ਕੁਝ ਪਿਆ ਹੈ ਫਿਰ ਜੋ ਕੁਝ ਪਿਆ ਹੈ ਉਹ ਕਿਸੇ ਦੂਜੇ ਨੇ ਧੱਕੇ ਨਾਲ ਨਹੀਂ ਪਾਇਆ ਸੀ ਖੁਦ ਰਸ ਤੇ ਪੈ ਕੇ ਉਹਨੂੰ ਅੰਦਰ ਪਾਇਆ ਹੈ ਮਹਾਰਜ ਕਹਿੰਦੇ ਉਹਦੇ ਅੰਦਰ ਨੂੰ ਪਾਲ ਇਸੇ ਕਰਕੇ ਗੁਰਮਤਿ ਨੇ ਬਾਹਰ ਨੂੰ ਭਾਲਨ ਦੀ ਥਾਂ ਬੰਦੇ ਨੂੰ ਅੰਦਰ ਨੂੰ ਭਾਲਣ ਲਈ ਕਿਹਾ ਇੱਕ ਤੁਸੀਂ ਬਚਨ ਪੜ੍ਹ ਲਿਓ ਵੇਦ ਕ ਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਤੁਕ ਦਮ ਜੇ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਹਿਰ ਮੇਲਾ ਹਾਂ ਸਹਿਰ ਮੈਂ ਬੇਨਤੀ ਕੀਤੀ ਸੀ ਅਰਬੀ ਦਾ ਸ਼ਬਦ ਹੈ ਸਹਿਰ ਦਾ ਸ਼ਹਿਰ ਨਹੀਂ ਸਹਿਰ ਸਹਿਰ ਮਤਲਬ ਹੁੰਦਾ ਹੈ ਜਾਦੂ ਦੀ ਖੇਡ ਮਦਾਰੀ ਦੀ ਖੇਡ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਇਹਦੇ ਵਿੱਚੋਂ ਖੱਤ ਆਉਣ ਵਾਲਾ ਕੁਝ ਵੀ ਨਹੀਂ ਮਰਜ ਕਿਨੇ ਆਪਣੇ ਅੰਦਰ ਚਾਤੀ ਮਾਰ ਗੁਰਮਤ ਨੇ ਸਿਵਨ ਕੇ ਹੁਣ ਵਿਸਾਖੀ ਆਉਣੀ ਹੈ ਅੰਮ੍ਰਿਤ ਸੰਚਾਰ ਨੇ ਗੁਰਮਖੋ 12ਵੀਂ ਅੰਮ੍ਰਿਤ ਤਾਸ਼ ਕਿਹਾ ਜਾਂਦਾ ਹੈ ਅੰਦਰ ਰੱਖੇ ਅੰਮ੍ਰਿਤ ਵਿੱਚ ਗੁਰ ਪ੍ਰਸਾਦ ਵਾਪਰ ਜਾ ਇਸ ਕਰਕੇ ਸ਼ੱਕ ਨਹੀਂ ਆ ਨਾ ਅੰਮ੍ਰਿਤ ਤਾਸ਼ ਕਿਹਾ ਜਾਂਦਾ ਹੈ ਕਿਹੜਾ ਘਾਟੇ ਜੀ ਜਿਸ ਅੰਮ੍ਰਿਤ ਨਹੀਂ ਜਿਨ ਵਡਿਆਈ ਤੇਰੇ ਨਾਮ ਕੀਤੇ ਰਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ ਨਾਨਕ ਅੰਮ੍ਰਿਤ ਮਨ ਹੈ ਮਾਹੇ ਹੈ ਤੇਰੇ ਅੰਦਰ ਤੈਨੂੰ ਕਲਿਆਂ ਨੂੰ ਲੱਭਣਾ ਪਾਈ ਹੈ ਗੁਰਪ੍ਰਸਾਦ ਗੁਰਪ੍ਰਸਾਦ ਨਾਲ ਪੰਜ ਚੁਲੇ ਲੈ ਤੈਨੂੰ ਲੱਭ ਜਾਏਗਾ ਮੈਂ ਬੇਨਤੀ ਕਰਾਂ ਜੀ ਗੁਰਮਤਿ ਨੇ ਇੱਕੋ ਗੱਲ ਕੀ ਤੋ ਆਪਣੇ ਅੰਦਰ ਨੂੰ ਪਾਹਲ ਇਸੇ ਕਰਕੇ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਜਿਸ ਜਲ ਨਿਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਕਟਮਾਹੀ ਜੀ ਉਹ ਸ਼ਬਦ ਵਰਤਿਆ ਆ। ਉਹ ਤੇਰੇ ਅੰਦਰ ਅੰਮ੍ਰਿਤ ਹੈ ਭੱਬੈ ਭਾਲੈ ਸੇ ਫਲ ਭਾਵੇਂ ਜਿਹੜੇ ਪਾਲਣ ਜਾਂਦੇ ਨੂੰ ਫਲ ਲੱਭਦੇ ਆ ਇੱਕ ਦਿਨ ਕਿਤੇ ਨਾ ਕਿਤੇ ਪਹੁੰਚਦੇ ਆ। ਹੁਣ ਆਪਾਂ ਕੰਗੇ ਜੀ ਪਾਲਣ ਗਏ ਤੇ ਮਨ ਨਹੀਂ ਟਿਕਦਾ। ਭਾਈ ਸਾਹਿਬ ਭਾਈ ਵੀਰ ਸਿੰਘ ਕੋਲ ਜਦੋਂ ਕਾ ਜਾ ਕੇ ਕਹਿੰਦਾ ਸੀ ਨਾ ਜੀ ਮੇਰਾ ਮਨ ਕੋਈ ਨਹੀਂ ਟਿਕਦਾ। ਉਹ ਕਹਿੰਦੇ ਸ਼ਾਬਾਸ਼ ਇੱਕ ਕਲਾਸ ਨਿਕਲ ਗਈਆਂ। ਇੱਕ ਇੱਕ ਸਬਜੈਕਟ ਨਿਕਲ ਗਈਆਂ ਪਾਸ ਹੋ ਗਏ। ਉਹ ਕਹਿੰਦਾ ਮੈਂ ਕਲਪਨਾ ਪਿਆ ਮਨ ਨਹੀਂ ਲੱਗਦਾ ਤੇ ਭਾਈ ਸਾਹਿਬ ਕਹਿੰਦੇ ਤੇਰਾ ਉੱਤਰ ਦੇ ਰਿਹਾ ਇੱਕ ਪੇਪਰ ਨਿਕਲ ਗਿਆ ਉਹ ਕਹਿੰਦਾ ਮੈਂ ਸਮਝਿਆ ਨਹੀਂ ਕਹਿੰਦੇ ਜਿਹਨੂੰ ਨਾਂ ਲੱਗਣ ਦੀ ਪਤਾ ਲੱਗਿਆ ਉਹਨੂੰ ਲੱਗਣ ਦਾ ਵੀ ਪਤਾ ਲੱਗੇਗਾ ਕਹਿੰਦੇ ਇਹ ਲੋਕਾਂ ਨੂੰ ਨਾਂ ਲੱਗੇ ਨੂੰ ਹੀ ਜੀਵਨ ਬਣਾਈ ਬੈਠੇ ਸਮਝ ਗਏ ਨਾ ਬੇਨਤੀ ਘਟੋ ਘਟੇ ਤਾਂ ਸਾਹਸ ਹੋਇਆ ਵੀ ਨਾਂ ਲੱਗਣਾ ਕੀ ਗੱਲ ਇਹਦਾ ਮਤਲਬ ਨਾਂ ਲੱਗਣਾ ਜਿਹੜਾ ਉਹ ਲੱਗਣ ਵਾਲੇ ਪਾਸੇ ਤੈਨੂੰ ਤੋਰਦਾ ਪਿਆ ਤੇ ਕਈ ਵਾਰੀ ਕੀ ਹੁੰਦਾ ਕਈ ਵਾਰੀ ਬੜਾ ਅੰਦਰ ਜੁੜਦਾ ਫਿਰ ਫਿਰ ਕਈ ਦਿਨਾਂ ਬਾਅਦ ਕਈ ਸਾਲਾਂ ਬਾਅਦ ਫਿਰ ਚੇਤੇ ਕਰਦਾ ਪੁਰਾਣਾ ਭਾਈ ਸਾਹਿਬ ਕਹਿੰਦੇ ਸਨ ਜਦੋਂ ਪਹਾੜ ਦੀ ਚੋਟੀ ਚੜ ਜਾਈਏ ਇੱਕੋ ਦਮ ਡੁੰਗਾਈ ਆਉਂਦੀ ਏ ਤੇ ਡੁੰਗਾਈ ਦਾ ਮਤਲਬ ਇਹ ਨਹੀਂ ਕਿ ਤੂੰ ਡਿੱਗ ਪਿਆ ਡੁੰਗਾਈ ਕਹਿੰਦੀ ਤਿਆਰੀ ਕਰ ਅਗਲੀ ਪਹਾੜੀ ਸਾਲ ਕਰਨੀ ਕਹਿ। ਫਿਰ ਅੰਦਰ ਸੁਰਤ ਉਸ਼ਾਲੇ ਬਾੜ ਦਿਖ ਜਿਹੜੇ ਭਾਲਣ ਗਏ ਮਹਾਰਾਜ ਕਿਉਂ ਫਲ ਪਾਇਆ ਉਹਨਾਂ ਬੜਾ ਪਾਇਆ ਕਬੀਰ ਸਾਹਿਬ ਦਾ ਇੱਕ ਬਚਨ ਹੈ ਕਬੀਰ ਜਾਂਕੂ ਖੋਜਤੇ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਪਿਆ ਜਾਂਕੂ ਕਹਤਾ ਔਰ ਉਹਨਾਂ ਤੇ ਇਥੋਂ ਤੱਕ ਸ਼ਬਦ ਵਰਤਿਆ ਹਲੇ ਹਜ ਕਰਨ ਨਹੀਂ ਗਏ ਮੈਂ ਹਿਸਟਰੀ ਚ ਨਹੀਂ ਪੜਿਆ ਅੱਜ ਕਰਨ ਗਏ ਪਰ ਜਦੋਂ ਕੋਈ ਜਾਂਦਾ ਹੈ ਉਹਨੂੰ ਕਹਿੰਦੇ ਨੇ ਕਬੀਰ ਖੱਜ ਕਾਬਾ ਹੋਂ ਜਾਏ ਥਾ ਮੈਂ ਗਿਆ ਹਜ ਕਰਨ ਆਗੇ ਮਿਲਿਆ ਖੁਦਾਏ ਜਿਹਨੂੰ ਲੱਭਣ ਗਿਆ ਉਹ ਰਾਤ ਹੀ ਟੱਕਰ ਗਿਆ ਸਾਈ ਮੁਝਸਿਓ ਲੜ ਪਰਿਆ ਤੁਝ ਕਿਨ ਫਰਮਾਈ ਗਾਇ ਇੱਥੇ ਗਾਇ ਦਰਦ ਗਉ ਨਹੀਂ ਥਾਂ ਰੱਬ ਲੜ ਪਿਆ ਕਹਿੰਦਾ ਤੈਨੂੰ ਕਿਨੇ ਦੱਸਤਾ ਮੈਂ ਇੱਥੇ ਬੈਠਾ ਤੁਰਿਆ ਆਉਣਾ ਤੂੰ ਲੋਕਾਂ ਪਿੱਛੇ ਇਹ ਤਿੰਨ ਸ਼ਲੋਕ ਇਕੱਠੇ ਆ ਪਹਿਲਾ ਹੈ ਮੁੱਲਾ ਮਨਾਰੇ ਕਿਆ ਚੜੈ ਸਾਈ ਨਾ ਬੈਰਾ ਹੋਏ ਜਾ ਕਾਰਨ ਤੂੰ ਬਾਗ ਦੇ ਦਿਲਹੀ ਭੀਤਰ ਜੋਏ ਕਬੀਰ ਖੰਜ ਕਬੈ ਹੋ ਜਾਏ ਥਾ ਆਗੇ ਮਿਲਿਆ ਖੁਦਾਏ ਸਾਈ ਮੁਜਿ ਸੋਂ ਲੜ ਪਰਿਆ ਤੁਝ ਕਿਨ ਫਰਮਾਈ ਗਾਏ ਤੈਨੂੰ ਕਿਨੇ ਦੱਸਦਾ ਮੈਂ ਇੱਥੇ ਬੈਠਾ ਹਾਂ ਅਗਲਾ ਬਚਨ ਉਹਨਾਂ ਦਾ ਇੱਕ ਹੈ ਸ਼ੇਖ ਸਬੂਰੀ ਬਹਾਰਾ ਜਿਹਦੇ ਅੰਦਰ ਸਬਰ ਹੀ ਕੋਈ ਨਹੀਂ ਕਾਹਜ ਕਬੈ ਜਾਏ ਜਾਂ ਕਿ ਦਿਲ ਸਾਬਤ ਨਹੀਂ ਇੱਥੇ ਸਾਬਤਦਰ ਤੇ ਸਫਾਈ ਜਿਹਦੇ ਦਿਲ ਦੇ ਫੁਰ ਨਹੀਂ ਗੰਦੇ ਨੇ ਜਾਂ ਕਿ ਦਿਲ ਸਾਬਤ ਨਹੀਂ ਤਾਂ ਕੋ ਕਹਾ ਖੁਦਾਏ ਅੱਗੇ ਕਿਆ ਫਿਰ ਤੁਸੀਂ ਕਿਹੜੇ ਮੱਕੇ ਕਾਬੇ ਜਾਂਦੇ ਹੋ ਕਹਿੰਦੇ ਨੇ ਕਬੀਰ ਅੱਲਾ ਕੀ ਕਰ ਬੰਦਗੀ ਜਿਸ ਸਿਮਰਤ ਦੁਖ ਜਾਏ ਦਿਲ ਮੈਂ ਸਾਈਂ ਪ੍ਰਗਟ ਹੈ 부ਝੇ ਬੁਲੰਤੀ ਨਾਏ ਦਿਲ ਚ ਰੱਬ ਪ੍ਰਗਟ ਹੁੰਦਾ ਮੈਂ ਫਿਰ ਬੇਨਤੀ ਕਰਾ ਭਾਲਣਾ ਆਪਣੇ ਆਪ ਨੂੰ ਭਾਲਣਾ ਬੜਾ ਮੁਸ਼ਕਲ ਜੇ ਦੂਜੇ ਨੂੰ ਭਾਲਣ ਨੂੰ ساری ਦੁਨੀਆ ਭਾਲਦੀ ਆਪਣੇ ਆਪ ਨੂੰ ਭਾਲਣਾ ਤਾਂ ਮੌਤ ਹੈ ਜੀ ਇਹ ਐਡਾ ਭੜਾ ਹੈ ਆਪਣੇ ਆਪ ਨੂੰ ਭਾਲ ਨਹੀਂ ਦੇ ਇਹ ਤੇ ਦਲਤੀਆਂ ਮਾਰਦੇ ਨੇੜੇ ਨਹੀਂ ਲੱਗਣ ਦਿੰਦਾ ਸੱਚ ਐਵੇਂ ਇਹ ਅੱਖਾਂ ਦੂਜਿਆਂ ਬਾਰੇ ਸਭ ਕੁਝ ਦੱਸ ਦਿਆਂ ਨੇ ਆਪਣੇ ਅੰਦਰ ਨਹੀਂ ਬੰਦੀਆਂ ਤਾਂ ਹੀ ਬਾਬਾ ਸਾਹਿਬ ਨੇ ਕਿਹਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਆਪ ਨੇੜੇ ਗਿਰਵਾਣ ਮੈਂ ਸਿਰ ਨੀਵਾ ਕਰ ਦੇਖ ਬੇਨਤੀ ਕਰਾਂ ਗੁਰ ਪ੍ਰਸਾਦੀ ਜਿਨ ਕੋ ਭਉ ਪਿਆ ਗੁਰੂ ਦੀ ਕਿਰਪਾ ਨਾਲ ਜਿਨਾਂ ਚ ਡਰ ਪੈਦਾ ਪਰ ਇਸ ਡਰ ਵਿੱਚ ਤੇ ਦੁਨੀਆਂ ਦੇ ਡਰ ਚ ਫਰਕ ਹੈ ਸ਼ਬਦ ਭਾਉ ਹੀ ਇਹ ਨਿਰਮਲ ਭਾਉ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਉਹਦੇ ਅੰਦਰ ਭੈ ਆ ਗਿਆ ਮੈਂ ਇੱਕ ਵਾਰ ਕਿਹਾ ਸੀ ਤਿੰਨ ਭੈ ਨੇ ਇੱਕ ਦੀਨੀ ਭੈਖ ਹੈ ਇੱਕ ਦੁਨਿਆਵੀ ਭੈਖ ਹੈ ਇੱਕ दैਵੀ ਭੈਖ ਹੈ ਫਿਰ ਸ਼ਬਦ ਸੁਣਿਓ ਇੱਕ ਹੈ ਦੁਨਿਆਵੀ ਭੈ ਆ ਬਿਜਲੀ ਦਾ ਡਰ ਬਿਮਾਰੀ ਦਾ ਡਰ ਬਿਜ਼ਨਸ ਨਾ ਚਲਾ ਜਾਏ ਇਹ ਡਰ ਇਹ ਇਹ ਦੁਨਿਆਵੀ ਨੇ ਨਾ ਪਰਿਵਾਰ ਦੇ ਜੀਨ ਨੂੰ ਨੁਕਸਾਨ ਨਾ ਹੋ ਜਾਏ ਦੂਜੇ ਦੀਨੀ ਦੀਨੀ ਭੈ ਵੀ ਜਿਵੇਂ ਅਸੀਂ ਪਾਠ ਕੀਤਾ ਵੀ ਅੱਗੇ ਸੰਗਲ ਪਾਏ ਜਾਂਦੇ ਨੇ ਅੱਗੇ ਆ ਹੋਵੇਗਾ ਇਹ ਦੀਨੀ ਭੈਖ ਹੈ ਪਰ ਦੀਨੀ ਭੈ ਦੇਵੀ ਭੈ ਨੂੰ ਜਨਮ ਦਿੰਦਾ ਹੈ ਦੇਵੀ ਭੈ ਵਾਲੇ ਨੂੰ ਡਾਂਗਾ ਫੇਰਨ ਦੀ ਲੋੜ ਨਹੀਂ ਉਹਦਾ ਭੈ ਹੀ ਅੰਦਰ ਦੱਸਣ ਲੱਗ ਪੈਂਦਾ ਇਹਨੂੰ ਗੁਰੂ ਸਾਹਿਬ ਨੇ ਨਿਰਮਲ ਪਹ ਕਿਆ ਦੂਜੀ ਲਾਵੇਂ ਜੀ ਇਹ ਇਹ ਦੂਜੀ ਅਵਸਥਾ ਹੈ ਭੈ ਵਾਲੀ ਹਰ ਦੂਜੜੀ ਲਾਮ ਸਤਗੁਰ ਪੁਰਖ ਮੈ ਲਾਇਆ ਬਲਰਾਮ ਜੀ ਉਹ ਨਿਰਭਉ ਭੈ ਮਨ ਹੋਏ ਹਉ ਮੈਂ ਮਹਿਲ ਗਵਾਇਆ ਬਰਾਮ ਜੀ ਇਸ ਤੋਕ ਨੂੰ ਥੋੜਾ ਯਰਤ ਕਰ ਲੋ ਨਿਰਭਉ ਭੈ ਮਨ ਹੋਏ ਜੇ ਸਿੱਧੇ ਅਰਥ ਕਰਾਂਗੇ ਅਰਥ ਹੋ ਜਾਣਗੇ ਨਿਰਭਉ ਹੋ ਗਏ ਜੀ ਭੈ ਮਨ ਹੋਏ ਅੰਦਰ ਭੈ ਆ ਗਿਆ ਤੇ ਉਪਰੀ ਨਜ਼ਰ ਨਾਲ ਕੋਈ ਕਹੇਗਾ ਭੈ ਆ ਤੇ ਨਿਰਭਉ ਕਿਉਂ ਉੱਥੇ ਕਹੇ ਨਿਰਭਉ ਭੈ ਮਨ ਹੋਏ ਇਹਦੇ ਅਨੁਵਾਅ ਅਰਥ ਕਰਾਂਗੇ ਭੈ ਮਨ ਹੋਏ ਨਿਰਭਉ ਜਿੱਦਨ ਤੇਰੇ ਅੰਦਰ ਰੱਬ ਦਾ ਭੈ ਆ ਗਿਆ ਨਾ ਉਹ ਦਿਨ ਦੁਨੀਆਂ ਵੱਲੋਂ ਨਿਰਪਾਉ ਹੋ ਜਾਏਗਾ ਤੇ ਜਿੱਥੇ ਆ ਜਾ ਉੱਥੇ ਮੈਲ ਸੜ ਜਾਂਦੀ ਜੇ ਨਿਰਪਾਉ ਭੈ ਮੰਨ ਹੋਏ ਜਿਸ ਦਿਨ ਪ੍ਰਭੂ ਦਾ ਭੈ ਗੁਰੂ ਦਾ ਭੈ ਆ ਆ ਉਦੋਂ ਤੂੰ ਨਿਰਪਾਉ ਹੋ ਗਿਆ ਖਉ ਮੈ ਮੈਲ ਗਵਾਇਆ ਬਲਰਾਮ ਜੀਓ ਇਸੇ ਨੂੰ ਬਾਬੇ ਫਰੀਦ ਦਾ ਇੱਕ ਸ਼ਲੋਕ ਹੈ ਫਰੀਦਾ ਰਤੀ ਰਤਨ ਨਿਕਲੇ ਜੇ ਤਿਨ ਤਨ ਚੀਰੈ ਕੋਏ ਜੋ ਤਨ ਰਤੇ ਰੱਬ ਸਿਓ ਤੇ ਤਨ ਰਤਨ ਹੋਏ ਜਿਹੜਾ ਰੱਬ ਨਾਲ ਰੱਤਿਆ ਉਹਨੂੰ ਤੁਸੀਂ ਚਾਕੂ ਮਾਰੋ ਬਲੇਡ ਮਾਰੋ ਉਹ ਚੋਂ ਖੂਨ ਨਹੀਂ ਨਿਕਲਦਾ ਤੇ ਬੜੀ ਸਤਗੁਰੂ ਨੇ ਕਿਰਪਾ ਕੀਤੀ ਜੀ ਜਿੱਥੇ-ਜਿੱਥੇ ਲੋੜ ਪਈ ਸ਼ਬਦ ਦੀ ਗੰਢ ਖੋਲਣ ਦੀ ਉਥੇ ਖੋਲੀ ਗਈ ਨਾਲ ਇਹ ਸਾਨੂੰ ਸਮਝਾ ਗਿਆ ਸਭ ਕੁਝ ਹੁਣ ਜਦੋਂ ਬਾਬਾ ਜੀ ਨੇ ਕਿਹਾ ਰਤੀ ਰਤਨ ਨਿਕਲੇ ਜੋ ਜੇਤਨ ਚੀਰੈ ਕੋਈ ਜੋਤਨ ਰੱਤੇ ਰੱਬ ਸਿਉ ਤਿਤ ਤਨ ਰਤਨ ਹੋਏ ਜਿਹੜੇ ਰੱਬ ਚ ਰੱਤੇ ਉਹਨਾਂ ਦੀ ਬਾਡੀ ਚ ਖੂਨ ਨਹੀਂ ਹੁੰਦਾ ਲਓ ਨਹੀਂ ਮੈਂ ਇੱਕ ਬੇਨਤੀ ਕਰਾਂ ਅੱਜ ਸਭ ਤੋਂ ਪਹਿਲਾਂ ਅਸੀਂ ਨਮੀ ਖੋਜ ਲੈਣੀ ਚਾਹੀਦੀ ਵੇਖੋ ਵੇਖੋ ਜੀ ਗੂ ਸਾਇੰਸ ਨਹੀਂ ਮੰਦੀ ਖੂਨ ਤੋਂ ਇਹ ਤਾਂ ਸ਼ਬਦ ਕਿਸੇ ਪਿੱਛੋ ਬਾਦ ਦਿੱਤਾ ਹੋਣਾ ਅੱਗੇ ਮਾਰੇ ਨੇ ਕਿਹਾ ਮਹੱਲਾ ਪਹਿਲਾ ਇਹ ਵੈਗਰੂ ਮਹੱਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ੈ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ ਅਗਲੀ ਗੱਲ ਸੁਣੀਓ ਭੈ ਅਗਲੀ ਤੋਕ ਹੈ ਭੈ ਪੈ ਤਨਖੀਨ ਹੋਏ ਜਿਨ੍ਹਾਂ ਅੰਦਰ ਪਰਮਾਤਮਾ ਦਾ ਭੈ ਪੈਦਾ ਹੋ ਜਾਏ ਸੱਚੀ ਮੁੱਚੀ ਉਹਨਾਂ ਉੱਤੇ ਕਦੀ ਪੀਲਾਪਣ ਆ ਜਾਂਦਾ ਕਦੀ ਕਮਜ਼ੋਰੀ ਆ ਜਾਂਦੀ ਰੱਬ ਦੇ ਭੈ ਚ ਰਹਿੰਦੇ ਨੇ ਭੈ ਪਿਆ ਤਨਖੀਨ ਹੋਏ ਲੋਭ ਰਤ ਵਿੱਚੋਂ ਜਾਏ ਮਹਾਰਜ ਕਹਿੰਦੇ ਜੋ ਬੈਸੰਤਰ ਧਾਤਿ ਸ਼ੁੱਧ ਹੋਏ ਤੂੰ ਹਰਕਾ ਭਉ ਦੁਰਮਤ ਮੈਲ ਗਵਾਏ ਜਿਵੇਂ ਮੈਲੇ ਸੋਨੇ ਨੂੰ ਕੋਠਾਲੀ ਚ ਰੱਖ ਦਿਓ ਥੱਲੇ ਅੱਗ ਬਾਲੋ ਸੋਨੇ ਦੀ ਮੈਲ ਆਪਣੇ ਆਪ ਸੜ ਜਾਂਦੀ ਏ ਕਹਿੰਦੇ ਜਿਹੜੀ ਤੇਰੇ ਅੰਦਰ ਮੈਲ ਕਈ ਜਨਮਾਂ ਦੀ ਜੰਮੀ ਪਈ ਏ ਸਿਰਫ ਤੂੰ ਰੱਬ ਤੋਂ ਡਰਨਾ ਸ਼ੁਰੂ ਕਰ ਦੇ ਮੈਲ ਆਪਣੇ ਆਪ ਹੀ ਸੜ ਜਾਏਗੀ ਇਸ ਤੋਕ ਨੂੰ ਫਿਰ ਸੁਣੋ ਜਿਉਂ ਬੈਸੰਤਰ ਧਾਤ ਸ਼ੁੱਧ ਹੋਏ ਜਿਵੇਂ ਅੱਗ ਦੇ ਸੇਕ ਨਾਲ ਸੋਨੇ ਦੀ ਧਾਤੂ ਮੈਲ ਸੜ ਕੇ ਸ਼ੁੱਧ ਹੋ ਜਾਂਦੀ ਏ ਜਿਨ੍ਹਾਂ ਅੰਦਰ ਰੱਬ ਦਾ ਭੈ ਹੁੰਦਾ ਹੈ ਗੁਰਮਖੋ ਸੱਚੀ ਮੁੱਚੀ ਭੈ ਅੰਦਰ ਦੀ ਮੈਲ ਨੂੰ ਸਾੜ ਦਿੰਦਾ ਹੈ ਸਤਿਗੁਰੂ ਕਹਿੰਦੇ ਆ ਗੁਰੂ ਨਾਨਕ ਸਾਹਿਬ ਗੁਰ ਪ੍ਰਸਾਦੀ ਜਿਨ ਕੋ ਭਉ ਪਿਆ ਮਨੁ ਅਜ ਕਹਿੰਦੇ ਮਨੁਕ ਫਿਰੈ ਮਨਮੁਖ ਫਿਰੈ ਨਾ ਚੇਤੈ ਮੂੜੇ ਗੁਰਮੁਖ ਭੈ ਚ ਰੇਂਦਾ ਮਨਮੁਖ ਕਹਿੰਦਾ ਛਡੋ ਪਰਾਇ ਤੇ ਕਮਲੇ ਹੋ ਗਏ ਡਰੀ ਜਾਂਦੇ ਆ ਰਬ ਨਾਂ ਦੀ ਕਿਹੜੀ ਚੀਜ਼ ਹੈ ਕਹਿੰਦਾ ਐ ਭਟਕੀ 베ਜਦੇ ਮੂਰਖ ਬੰਦੇ ਟੀਚਰਾਂ ਕਰਦੇ ਆ ਰੱਬ ਨੂੰ ਮੰਨਣ ਵਾਲਿਆਂ ਨੂੰ ਮਨਮੁਖ ਫਿਰੈ ਨਾ ਚੇਤੈ ਮੂੜੇ ਮੂਰਖ ਕਦੀ ਰੱਬ ਦਾ ਭੈ ਨਹੀਂ ਖਾਂਦੇ ਲਖ 84 ਫੇਰ ਪਿਆ ਜੇ ਰੱਬ ਦਾ ਭੈ ਨਹੀਂ ਤੇ 84 ਦੇ ਗੇੜੇ ਵਿੱਚ ਆਂਦਾ ਜਾਂਦਾ ਰਹੇਗਾ ਜਨਮ ਮਰ ਹੁਣ ਅਗਲਾ ਬਚਨ ਮਹਾਰਾਜ ਕਹਿੰਦੇ ਆ ਮੰਮੇ ਮੋਹ ਮਰਨ ਮਨਸੂਦਨ ਵੇਖੋ ਇਹ ਤੇ ਤੁਹਾਰਾ ਇਹਨੇ ਜੀ ਤਿੰਨ ਸ਼ਬਦ ਮੰਮੇ ਅੱਖਰ ਨਾਲ ਲਏ ਮੋਹ ਮਰਨ ਤੇ ਮਦਸੂਦਨ ਮੰਮੇ ਅੱਖਰ ਇਹ ਮਹਾਰਾਜ ਕਹਿੰਦੇ ਨੇ ਮੋਹ ਵਿੱਚ ਫਸਿਆ ਹੈ ਬੰਦਾ ਮੋਹ ਚ ਫਸਿਆ ਬੰਦਾ ਮਰਨ ਮੌਤ ਮਦਸੂਦਨ ਦਾ ਲਫ਼ਜ਼ ਜੀ ਅਰਥ ਵੈਸੇ ਸੀ ਪਰਮਾਤਮਾ ਕਰਾਂਗੇ ਉਹਦੇ ਦਾ ਅਰਥ ਹੈ ਮਦੂ ਦੇਤ ਨੂੰ ਮਾਰਨ ਵਾਲਾ ਇਸ ਕਰਕੇ ਉਹਦੇ ਦੀ ਸ਼ਬਦ ਵਰਤਿਆ ਮਦਸੂਦਨ ਮਹਾਰਜ ਕਹਿੰਦੇ ਮਮਾ ਮੋਹ ਮਰਨ ਮਦਸੂਦਨ ਮੰਮੇ ਅਖਰਈ ਇੱਕ ਮੌਤ ਕਿਉਂਕਿ ਇਹਦੇ ਅਰਥ ਅੱਗੇ ਜਾ ਕੇ ਹੋਣਗੇ ਇੱਕ ਮਮਾ ਮੋਹ ਦੂਜਾ ਮਮਾ ਮਰਨ ਤੀਜਾ ਮਰਨ ਮਮਾ ਮਦਸੂਦਨ ਮਰਨ ਭਇਆ ਤਬ ਚਿਤ ਵਯਾ ਕਹਿੰਦੇ ਨੇ ਵੇਖੋ ਇਹ ਬੰਦੇ ਨੇ ਮੌਤ ਨੇ ਪਹਿਲਾਂ ਚੇਤੇ ਨਾ ਮੌਤ ਨੂੰ ਚੇ ਫਿਰ ਸੁਣੋ ਇਸ ਸੰਤੁਕ ਨੂੰ ਮੋਹ ਚ ਫਸੇ ਨਾ ਮਰਨ ਚੇਤੇ ਕੀਤਾ ਨਾ ਮਦਸੂਦਨ ਚੇਤੇ ਕੀਤਾ ਜਦੋਂ ਮਰਨ ਲੱਗਾ ਹੁਣ ਮਦਸੂਦਨ ਨੂੰ ਚੇਤੇ ਕਰਦਾ ਪਿਆ ਮਰਨ ਭਇਆ ਤਬ ਚਿਤ ਵਯਾ ਫਿਰ ਇਹ 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 ਚਿਤ ਚਿਤ ਵਧਾ ਪਿਆ ਕਾਇਆ ਭੀਤਰ ਔਰੋ ਪੜਿਆ ਇਸ ਕਾਇਆ ਚ ਜਦੋਂ ਸਤਿਆ ਸੀ ਬਲ ਸੀ ਤਾਕਤ ਸੀ ਆਤਮਾ ਸੀ ਔਰੋ ਪੜਿਆ ਉਦੋਂ ਗਿਆਨੀਆਂ ਵਾਲੀ ਪੜ੍ਹਾਈ ਕਰ ਕਰਕੇ ਐਵੇਂ ਹੰਕਾਰ ਚ ਤੁਰਿਆ ਪਿਆ ਮੰਮਾ ਅੱਖਰ ਬਿਸਰਿਆ ਹੁਣ ਬੇਨਤੀ ਇੱਥੇ ਕਰਾਂ ਆਹ ਰਮਜ ਕੇ ਇਹ ਕਥਾ ਤੋਂ ਬਿਣਾ ਸਵੀ ਨਹੀਂ ਪਹਿਣੀ ਮੰਮਾ ਅੱਖਰ ਬਿਸਰਿਆ ਕੀ ਹੋ ਗਿਆ ਇੱਥੇ ਹੋ ਗਿਆ ਮੰਮਾ ਅੱਖਰ ਪਹਿਲਾਂ ਮੋਚ ਪਏ ਨੂੰ ਮਰਨ ਵੀ ਭੁੱਲ ਗਿਆ ਤੇ ਮਦਸੂਦਨ ਵੀ ਭੁੱਲ ਗਿਆ ਦੁਨੀਆ ਦੇ ਵਿੱਚ ਕਾਹ ਤਰਿਆ ਇਹਨੂੰ ਨਾ ਮੌਤ ਮੰਮਾ ਚੇਤੇ ਰਿਆ ਤੇ ਨਾ ਇਹਨੂੰ ਮਦਸੂਦਨ ਮੰਮਾ ਚੇਤੇ ਰਿਆ ਸਮਝ ਗਿਆ ਨਾ ਬੇਨਤੀ ਮੰਮਾ ਅਖਰ ਵਿਸ ਰਿਆ ਇਹਨੂੰ ਮੌਤ ਵੀ ਚੇਤੇ ਨਾ ਰਹੀ ਤੇ ਮਦਸੂਦਨ ਵੀ ਚੇਤੇ ਨਾ ਰਿਆ ਹੁਣ ਜਦੋਂ ਮਰਨ ਕਿਨਾਰੇ ਆ ਗਿਆ ਹੁਣ ਕਹਿੰਦਾ ਕਰੋ ਕੁਈਲਾ ਇਹਦੇ ਬਾਰੇ ਬਾਬਾ ਜੀ ਨੇ ਇੱਕ ਸ਼ਬਦ ਵਰਤੇ ਹੈ 12 ਬਰਸ ਬਾਲਪਨ ਬੀਤੇ 20 ਬਰਸ ਕਸ਼ ਤਪਨਾ ਕੀਆ 30 ਬਰਸ ਕਸ਼ ਦੇਵਨਾ ਪੂਜਾ ਫਿਰ ਪਛਤਾਨਾ ਬਿਰਧ ਪਿਆ ਮੇਰੀ ਮੇਰੀ ਕਰਤੇ ਜਨਮ ਗਏ ਸਾਇਰ ਸੋਖ ਪੁਜੰਗ ਬਲਿਓ ਹੁਣ ਇਹ ਜਿਹੜੇ ਸ਼ਬਦ ਨੇ 12 ਬਰਸ ਬਾਲਪਨ ਬੀਤੇ 20 ਬਰਸ ਕਸਤਪਨਾ ਕੀਆ ਇਹ 20 ਨੂੰ 12 ਤੋਂ ਅੱਗੇ 8 20 ਨਹੀਂ ਬਣਾਣਾ ਇਹ 20 ਵੱਖਰੇ ਮੰਨਣੇ ਨੇ 12 ਤੋਂ ਅਗਲੇ 20 12 ਬਰਸ ਬਾਲਪਨ ਬੀਤੇ 20 ਬਰਸ 12 ਤੇ 20 32 ਹੋ ਗਿਆ ਜੀ 20 20 32 ਹੋ ਗਿਆ ਜਵਾਨੀ ਚ ਕੀ ਪਰਵਾ ਕਰਦਾ 20 ਬਰਸ਼ ਕਾ ਤਪਨਾ ਕੀਓ 30 ਬਰਸ਼ ਕਸ਼ ਦੇਵਨਾ ਪੂਜਾ 32 ਤੇ 30 62 ਹੁਣ ਬੁੱਢਾ ਹੋ ਗਿਆ ਤਾਂ ਉੱਥੇ ਕਿਹਾ ਵੀ ਹੁਣ ਬਿਰਧ ਹੋ ਗਿਆ ਹੁਣ ਆਪਾਂ ਇਹ ਥੋੜਾ ਕਾਂਗੇ 32 ਸਾਲ ਦਾ ਕਦੀ ਬੁੱਢਾ ਹੁੰਦਾ ਹੈ ਇਹ ਵੀ ਨੁਕਤੇ ਕਥਾ ਹੀ ਖੋਲੇਗੀ 12 ਬਰਸ਼ ਬਾਲਪਨ ਬੀਤੇ 20 ਬਰਸ਼ ਕਾ ਤਪਨਾ ਕੀਓ 30 ਬਰਸ਼ ਕਸ਼ ਤੇਵਨਾ ਪੂਜਾ 12 20 ਤੇ ਫਿਰ ਅੱਗੇ ਆਪਾਂ 30 ਇਸ ਤਰੀ ਬਣੇ ਨਾ ਜੀ 62 ਸਾਲ ਹੋ ਗਏ ਹੁਣ ਬਿਰਧ ਹੋ ਗਿਆ ਫਿਰ ਪਛਤਾਣਾ ਬਿਰਦ ਪਇਓ ਮੇਰੀ ਮੇਰੀ ਕਰਤੇ ਜਨਮ ਗਇਓ ਅੱਜ ਤਿਕਰਾ ਮੈਂ ਮੈਂ ਕੂਕਦਿਆ ਰਿਆ ਸੀ ਸਾਇਰ ਸਰੋਵਰ ਸੁੱਕ ਗਿਆ ਹੁਣ ਹੁਣ ਚੱਕਰ ਆਉਣ ਲੱਗ ਪੈਂਦੇ ਆ ਵੈਗਰੂ ਇਹ ਆ ਸੁੱਕਦੀ ਪੈਣਾ ਸ਼ਰੀਰ ਸਾਇਰ ਸੋਖ ਪੁਜੰਗ ਬਲਿਓ ਜਿਹੜੀਆਂ ਬਾਹਾਂ ਮਾਰ ਮਾਰ ਕੇ ਕਹਿੰਦਾ ਸ ਪ੍ਰਵਾਹ ਨਹੀਂ ਕਿਸੇ ਦੀ ਹੁਣ ਬਾਹ ਵੀ ਉੱਠਦੀ ਕੋਈ ਨਹੀਂ ਫਿਰ ਜੋ ਵਾਲੇ ਕੋਲ ਹੀ ਜਾਣਾ ਮੈਂ ਵੀ ਵੀ ਕੋਈ ਨਹੀਂ ਉੱਠਦੀ ਕੋਣ ਮਾਰੇ ਕਹਿੰਦੇ ਸਾਹਿਰ ਸੋਖ ਪੁਜੰਗ ਬਲਿਓ ਹੁਣ ਅਗਲੀ ਗੱਲ ਚੇਤੇ ਰੱਖਿਓ ਸੂਕੇ ਸਰਵਲ ਪਾਲ ਬੰਦਾਵਾ ਹੈ ਹੁਣ ਮੌਤ ਆ ਗਈ ਸੂਕੇ ਸਰਵਰ ਦਾ ਅਰਥ ਕੀ ਹੋਇਆ ਸਰੋਵਰ ਪਾਣੀ ਨਾਲ ਭਰਿਆ ਪਿਆ ਸੀ ਉਦੋਂ ਤੇ ਕਹੀ ਚੁੱਕੀ ਕਈ ਸਭ ਸਮਝੇ ਹੋਣਾ ਪਾਉਂਦੇ ਉਦੋਂ ਤੇ ਕਹੀ ਚੁੱਕੀ ਨਹੀਂ ਕਸੀ ਕਹਿੰਦੇ ਆ ਕਈ ਕਿਸੇ ਨੇ ਕਿਹਾ ਵੀ ਇੰਨਾ ਪਾਣੀ ਨਾਲ ਭਰ ਕੇ ਵਗਦਾ ਹੀ ਇਨੂੰ ਸਾਂਭ ਲੈ ਓਏ ਤੇਰੀ ਜ਼ਿੰਦਗੀ ਚ ਇਹ ਇਹ ਸਮਾਂ ਨਹੀਂ ਮਿਲਣਾ ਤੇ ਸੱਚੀ ਜੇ ਜਦੋਂ એનર્ਜੀ ਤੇ ਟਾਈਮ ਹੁੰਦੀ ਓਨੂੰ ਉਦੋਂ ਅਵਾੜਾ ਮਨ ਸਮਝਦਾ ਨਹੀਂ ਜਦੋਂ ਟਾਈਮ ਤੇ એનર્ਜੀ ਚਲੀ ਜਾਂਦੀ ਉਦੋਂ ਪੁੱਛਣਾ ਸ਼ੁਰੂ ਕਰ ਦਿੰਦਾ ਗੁਰੂ ਸਾਹਿਬ ਸ਼ਬਦ ਵਰਦੇ ਆ ਕਿ ਸੂਕੇ ਸਰਵਰ ਪਾਲ ਬੰਦਾ ਵਾ ਹੁਣ ਸੁੱਕ ਗਿਆ ਗਲੇ ਚ ਆਵਾਜ਼ ਕੋਈ ਨਹੀਂ ਅੱਖਾਂ ਚ ਜੋਤ ਕੋਈ ਨਹੀਂ ਕੰਨਾ ਸਰੋਤ ਕੋਈ ਨਹੀਂ ਸਰੋਵਰ ਸੁੱਕ ਗਿਆ ਹੁਣ ਤੁਰਿਆ ਫਿਰਦਾ ਮਾਲਾ ਮੂਲਾ ਚੋਕ ਕੇ ਵੀ ਮੇ ਪਾਲ ਬੰਨ ਲਾ ਕਨਾਰਾ ਬੰਨ ਲਾ ਨਹੀਂ ਗੁਰਮਖੋ ਸਰੋਵਰ ਹੀ ਸੁੱਕ ਗਿਆ ਹੁਣ ਕਿਹੜੇ ਪਾਣੀ ਬੰਨਣ ਆ ਗਏ ਇਉਂ ਕਹਿ ਲੋ ਜਿੱਦਨ ਸਵੇ ਦੀ ਵਾਰੀ ਸੀ ਸੁਭਾ ਸਮਝਨੇ ਹਨ ਜਿੱਦਨ ਨਾਹ ਦੀ ਵਾਰੀ ਸੀ ਉਦਨ ਘਰ ਸੁੱਤਾ ਹੁਣ ਵਾਰੀ ਨਿਕਲ ਗਈ ਤੇ ਕਈ ਮੋਢੇ ਤੇ ਰੱਖ ਕੇ ਵਟਾਂ ਸ਼ਾਂਗੀ ਜਾਂਦਾ ਪਾਣੀ ਲਾਣਾ ਪਾਲਦਰ ਤੇ ਵਟ ਸੂਕੇ ਸਰਵਰ ਪਾਲ ਬੰਦਾਵੇ ਲੁਣਾ ਹੀ ਖੇਤ ਹੱਥ ਵਾਰ ਕਰੇ ਹੁਣ ਖੇਤੀ ਵੱਡੀ ਗਈ ਏ ਤੇ ਤੂੰ ਤਾਰਾਂ ਲੈ ਕੇ ਆ ਗਿਆ ਮੈਂ ਵਾੜ ਕਰਨੀ ਖੇਤੀ ਨਾ ਉਜੜ ਜਾ ਜਦੋਂ ਵਾੜ ਕਰਨ ਦਾ ਵੇਲਾ ਸੀ ਉਦੋਂ ਕੀਤੀ ਨਹੀਂ ਇੱਥੇ ਮਹਾਰਾਜ ਸ਼ਬਦ ਵਰਦਿਆ ਮਮੇ ਮੋਹ ਮਰਨ ਮਦਸੂਦਨ ਮਰਨ ਭਇਆ ਤਬ ਚਿਤ ਵਿਆ ਕਾਇਆ ਭੀਤਰ ਅਵਰੋ ਪੜਿਆ ਮਮਾ ਅਖਰ ਵਿਸਰਿਆ ਮਮਾ ਮੌਤ ਭੁੱਲ ਗਈ ਮਮਾ ਮਦਸੂਦਨ ਭੁੱਲ ਗਿਆ ਮਹਾਰਾਜ ਇੱਕ ਵਿਦਵਾਨ ਕਹਿੰਦਾ ਉਰਦੂ ਦਾ ਕਹਿੰਦਾ ਢਲਤੀ ਉਮਰ ਕੋ ਦੇਖ ਕਰ ਢਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ ਗੁਨਾਹ ਬੇਸ਼ੁਮਾਰ ਕੀਏ ਪਰ ਨਾਮ ਗਿਨ ਗਿਨ ਕੇ ਲਿਆ ਕਹਿੰਦਾ ਇੰਨੀਆਂ ਕਰਤੀਆਂ ਤੇਰੇ ਨਾਂ ਤੇ ਮਹਾਰਾਜ ਕਿ ਹੁਣ ਕੀ ਕਰਨ ਉਹ ਤਾਂ ਸਰੋਵਰ ਗਿਆ ਪਰ ਫਿਰ ਵੀ ਨਿਰਾਸ਼ ਨਾ ਹੋਇਓ ਇਹ ਘਰ ਐਸਾ ਹੈ ਅੰਤਲੇ ਸਾਹ ਵੀ ਕਿਤੇ ਗੁਰੂ ਨਾਨਕ ਮਿਹਰ ਕਰਦਾ ਤੇ ਬੇੜਾ ਪਾਰ ਹੈ ਪਰ ਮਹਾਰਾਜ ਕਹਿੰਦੇ ਬੰਦੇ ਦੀ ਫਿਤਰਤ ਇਹ ਵੇ ਅਗਲਾ ਬਚਨ ਇਈ ਹੈ ਜਨਮ ਨਾ ਹੋਵੀ ਕਦ ਹੀ ਕਦੀ ਤੇਰਾ ਜਨਮ ਮਰਨ ਨਹੀਂ ਹੋਵੇਗਾ ਕਦੇ ਵੀ ਜਨਮ ਮਰਨ ਦਾ ਗੇੜਾ ਨਹੀਂ ਹੋਵੇਗਾ ਜੇਕਰ ਸੱਚ ਪਛਾਣੇ ਜੇ ਤੂੰ ਸੱਚ ਨੂੰ ਪਛਾਣ ਜਾਏ ਤਾਂ ਵੈ ਗੁਰੂ ਜੀ ਸੱਚ ਦੀ ਵਿਆਖਿਆ ਵੀ ਆਪੋ ਆਪਣੀ ਮੇਰਾ ਸੱਚ ਹੋਰ ਹੈ ਤੁਹਾਡਾ ਸੱਚ ਹੋਰ ਹੈ ਤੀਜਾ ਜਿਹੜਾ ਬੋਲਦਾ ਉਹਦਾ ਸੱਚ ਹੋਰ ਹੈ ਤੇ ਸਾਰਿਆਂ ਦੇ ਸੱਚ ਦੇ ਪੁੱਤਲੇ ਵੀ ਵੱਖਰੇ ਵੱਖਰੇ ਨੇ ਇਸ ਤਰੀਏ ਨਹੀਂ ਜਾਂ ਸਾਡੀ ਕੌਮ ਦਾ ਸੱਚ ਵੱਖਰਾ ਵੱਖਰਾ ਹੈ ਦੂਜੇ ਦਾ ਸੱਚ ਤੀਦੇ ਦਾ ਸੱਚ ਮੈਂ ਇੱਕ ਵਾਰ ਇੱਥੇ ਕਿਹਾ ਸੀ ਗੁਰਮਖੋ ਇੱਕ ਸੱਚ ਹੁੰਦਾ ਵਕਤੀ ਇੱਕ ਸੱਚ ਹੁੰਦਾ اخਲਾਕੀ ਇੱਕ ਸੱਚ ਹੁੰਦਾ ਜਿਹੜਾ ਅਬਦਲ ਹੈ ਫਿਰ ਸੁਣਿਓ ਵਕਤੀ ਸੱਚ ਕੀ ਹੈ ਜਿਹੜਾ ਹੁਣ ਤੋਂ 2 ਘੰਟੇ ਜਦੋਂ ਜੀ ਸਾਰੇ ਮੱਥਾ ਟੇਕਨ ਗੁਰਦੁਆਰੇ ਆਏ ਉਹ ਤੋਂ ਬਾਹਰ ਪਾਰਕਿੰਗ ਸੱਚ ਕੁਝ ਹੋਰ ਸੀ ਚਾਨਣ ਸੀ ਹੁਣ ਬਾਹਰ ਨਿਕਲਣਾ ਹੁਣ ਸੱਚ ਬਦਲ ਗਿਆ ਹਨੇਰਾ ਹੋ ਗਿਆ ਉਦੋਂ ਉਹ ਸੱਚ ਸੀ ਹੁਣ ਇਹ ਸੱਚ ਹੈ ਇਹ ਬਦਲਦਾ ਹੈ ਨਾ ਪਿਆ ਪਹਿਲਾ ਦਿਨ ਸੱਚ ਸੀ ਹੁਣ ਰਾਤ ਸੱਚ ਹੋ ਗਈ ਦੂਜਾ ਹੁੰਦਾ اخਲਾਕੀ ਸੱਚ ਝੂਠ ਨਹੀਂ ਬੋਲਣਾ ਆ ਕਰਨਾ ਤੀਸਰਾ ਹੈ ਜਿਹੜਾ اخਲਾਕੀ ਸੱਚ ਤੋਂ ਪਹਿਲਾਂ ਵੀ ਸੱਚ ਸੀ ਜਿੰਨੂੰ ਤੁਸੀਂ ਪਰਮ ਸੱਚ ਕਹਿੰਦੇ ਹੋ ਜਿੰਨੂੰ ਸਤ ਨਾਮ ਤੇਰਾ ਪਰਪੂਰਬਲਾ ਉਹਦੀ ਖੋਂਦ ਮਾਰਜ ਕਹਿੰਦੇ ਜਿਹੜਾ ਉਸ ਸੱਚ ਨੂੰ ਪਹਿਚਾਨ ਲਏਗਾ ਜਿਹੜਾ ਉਸ ਸੱਚੇ ਨਾਲ ਸਾਝ ਪਾ ਲਏਗਾ ਸਤਗੁਰੂ ਕਹਿੰਦੇ ਆ ਉਹਦਾ ਫਿਰ ਕਦੀ ਜਨਮ ਨਹੀਂ ਹੋਵੇਗਾ ਜੇਕਰ ਸੱਚ ਪਛਾਣੇ ਫਿਰ ਮਹਾਰਾਜ ਇਹ ਕੌਣ ਪਛਾਣੇ ਕੌਣ ਬੋਲੇ ਸਤਗੁਰੂ ਕਹਿੰਦੇ ਨੇ ਗਿਆਨੀ ਨਹੀਂ ਗੁਰਮੁਖ ਆਖ ਹੈ ਗੁਰੂ ਦੀ ਬਤ ਵਾਲਾ ਜਿਹਦੇ ਤੇ ਬਖਸ਼ਿਸ਼ ਹੋ ਜਾਏ ਇਹ ਗੁਰਮੁਖ ਹੀ ਉਸ ਸੱਚ ਬੋਲਦਾ ਹੈ ਗੁਰਮੁਖ ਬੁੱਝੇ ਗੁਰਮੁਖੀ ਉਸ ਸੱਚ ਨੂੰ ਬੁੱਝਦਾ ਹੈ ਮਹਾਰਾਜ ਕਹਿੰਦੇ ਨੇ ਗੁਰਮੁਖ ਏਕੋ ਜਾਣੇ ਗੁਰਮੁਖੀ ਫਿਰ ਉਸ ਇੱਕ ਨੂੰ ਜਾਣਦਾ ਹੈ ਯਾਦ ਰੱਖੋ ਜਿਹਨੂੰ ਅਸੀਂ ਸੱਚ ਦੀ ਗੱਲ ਕਹਿੰਦੇ ਆ ਨਾ ਕਿਉਂਕਿ ਅਸੀਂ ਸਾਨੂੰ ਉਸ ਹਕੀਕਤ ਦਾ ਪਤਾ ਨਹੀਂ ਕੱਟ ਪੁਤਲੀ ਉੱਤੇ ਸਟੇਜ ਤੇ ਨੱਚਦੀ ਏ ਮੇਰੇ ਵਰਗਾ ਸਿਰਫ ਕੱਟ ਪੁਤਲੀ ਨੂੰ ਵੇਖ ਕੇ ਕਹਿੰਦਾ ਕਮਾਲ ਦੀ ਜਿੱਤਗੀ ਖਾਰ ਗਈ ਤੇ ਜਿਹੜਾ ਪਰਦੇ ਦਾ ਜਾਣੂ ਉਹ ਕਹਿੰਦਾ ਓਏ ਨਹੀਂ 200 ਬੰਦਾ ਤੁਸੀਂ ਵੇਖਣ ਆਏ ਹੋ ਇਹਨੂੰ ਸਟੇਜ ਤੇ ਨੱਚਦੀ ਨਾ ਵੇਖੋ ਇਹਦੇ ਪਿੱਛੇ ਧਾਗੇ ਕੋਈ ਹੋਰ ਖਿੱਚਦਾ ਪਿਆ ਜੇ ਬਸ ਆਈ ਸਾਡੇ ਕੌਮ ਦਾ ਸੱਚ ਏ ਜੀ ਕਾਟ ਪੁਤਲੀ ਦਾ ਸੱਚ ਹੋਰੇ ਧਾਗੇ ਕਿਚਨ ਵਾਲਾ ਪਿੱਛੇ ਕੋਈ ਹੋਰ ਬੈਠਾ ਮੈਂ ਇਸ ਕਰਕੇ ਬੇਨਤੀ ਕਰਾਂਗਾ ਜੀ ਇਹ ਸ਼ਬਦ ਜਿਹੜੇ ਸੱਚ ਜੀ ਕਿਉਂਕਿ ਇਹ ਇਹ ਇਹਦੇ ਤੇ ਨਿਠ ਕੇ ਵਿਚਾਰ ਕਰਨੀ ਚਾਹੀਦੀ ਸੱਚ ਕੀ ਹੈ ਤੇ ਇਸ ਇਤਿਹਾਸ ਦੇ ਪੰਨਿਆਂ ਨੇ ਅਨੇਕਾਂ ਐਸੇ ਸੱਚ ਨੇ ਜਿਹੜੇ ਹਨੇਰੇ ਵਿੱਚ ਛੇਰ ਸਮਝ ਕੇ ਤੀਰ ਮਾਰੇ ਤੇ ਸਰਵਣ ਵਰਗੇ ਵਿਚਾਰੇ ਮੌਤ ਦੇ ਮੂੰਹ ਵਿੱਚ ਚਲੇ ਗਏ ਹਨੇਰੇ ਚ ਛੇਰ ਸ਼ਬਦ ਕੀ ਤੀਰ ਮਾਰੇ ਆ ਗੁਰੂ ਸਾਹਿਬ ਕਹਿੰਦੇ ਆ ਉਹ ਸੱਚ ਨੂੰ ਜੇ ਕੋਈ ਪਹਿਚਾਨ ਲੈ ਉਹ ਦਿਨ ਮੈਂ ਕਿਹਾ ਸੀ ਉਸ ਦਿਨ ਕਥਾ ਕਰਦਿਆਂ ਕਹੋ ਨਾਨਕ ਸੱਚ ਧਿਆਈਐ ਸੋਚ ਹੋਵੇ ਤਾਂ ਸੱਚ ਪਾਈਐ ਆਪ ਨੂੰ ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਥਾ ਕਰਦਿਆਂ ਵੀ ਅਰਥ ਇਹਦੇ ਕਮਾਲ ਦੇ ਨੇ ਇੱਕ ਧਿਆਈਐ ਤੇ ਇੱਕ ਪਾਈਐ ਕਹੋ ਨਾਨਕ ਸੱਚ ਧਿਆਈਐ ਤੇ ਫਿਰ ਜੇ ਧਿਆਈਐ ਤੇ ਪਾਈਐ ਨਹੀਂ ਉਦੋਂ ਇਹ ਪਾਈਐ ਬਾਅਦ ਚ ਕਿਉਂ ਲਿਖ ਦਿੱਤਾ ਉੰਜ ਅਰਥ ਹੀ ਕਰਨੇ ਵੀ ਸੋਚੋ ਵੇ ਤੇ ਸਾ ਇਹ ਇਹਨੂੰ ਫਿਰ ਬੇਨਤੀ ਸਮਝੋ ਇੱਕ ਦਿਨ ਮਹਾਰਾਜ ਦਾ ਇਹ ਪਾਠ ਕਰਦੇ ਆ ਰੁਕਿਆ ਮੈਂ ਤੇ ਕਹੋਂ ਨਾਨਕ ਸੱਚ ਧਿਆਈ ਹੈ ਸੱਚ ਹੋਵੇ ਫਿਰ ਬੇਨਤੀ ਸੱਚ ਨੂੰ ਸਿਮਰੇਗਾ ਤੇ ਅੰਦਰ ਸੁੱਚਾ ਹੋਵੇਗਾ ਜਿੱਦਨ ਅੰਦਰ ਸੁੱਚਾ ਹੋ ਗਿਆ ਤੇ ਸੱਚ ਤੇਰੇ ਅੰਦਰ ਬਹਿ ਜਾਏਗਾ ਸੱਚ ਨੂੰ ਧਿਆੰਗੇ ਨਾ ਤਾਂ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅਗਲੀ ਤੋਕੀ ਅੰਮ੍ਰਿਤ ਨਾਮ ਰਿਦਮਾਇ ਸਮਾਇ ਕੋ ਨਾਨਕ ਸੱਚ ਧਿਆਈਐ ਸੱਚ ਹੋਵੇ ਤਾਂ ਸੱਚ ਪਾਈਐ ਸੱਚ ਨੂੰ ਧਿਆਏਗਾ ਅੰਦਰ ਸੁੱਚਾ ਹੋਵੇਗਾ ਅੰਦਰ ਸੁੱਚਾ ਹੋ ਜਾਏਗਾ ਜਿਹਨੂੰ ਧਿਆਨ ਨਾ ਉਹ ਖੋਦੀ ਵਿੱਚ ਬਹਿ ਜਾਏਗਾ ਉਹ ਅੰਦਰ ਟਿਕ ਜਾਏਗਾ ਮਹਾਰਜ ਕਹਿੰਦੇ ਗੁਰਮਖ ਆਖੇ ਗੁਰਮਖ ਬੁੱਝੇ ਏਕੋ ਜਾਣੇ ਉਹ ਉਹ ਸਿਰਫ ਉਹ ਹੀ ਜਾਣਦਾ ਹੈ ਗੁਰਮਖ ਏਕੋ ਜਾਣੇ ਬੇਨਤੀ ਕਰਾਂ ਅਖੀਰਲਾ ਬਚਣਾ ਰਾਰ ਹੈ ਰਬ ਰਹਾ ਸਭ ਅੰਤਰ ਰਾਰੇ ਅੱਖਰ ਹੀ ਮਾਰੇ ਕਹਿੰਦੇ ਸਾਰੇ ਅੰਦਰ ਰਵਿਆ ਹੋਇਆ ਔਰ ਇਹ ਵੀ ਵੇਖੋ ਤਿੰਨ ਰਾਰੇ ਇਕੱਠੇ ਲੈ ਲੈ ਰਾਰ ਹੈ ਰਵ ਰਹਾ ਸਭ ਅੰਤਰ ਕਿੰਨੇ ਜੀ ਜੇਤੇ ਕੀ ਇਹ ਜਨਤਾ ਇੱਥੇ ਕੱਲਾ ਬੰਦਾ ਨਹੀਂ ਜਿੰਨੇ ਜੰਤ ਪੈਦਾ ਕੀਤੇ ਜੀਵ ਜੰਤੂ ਸਾਰਿਆਂ ਵਿੱਚ ਰਮਿਆ ਹੋਇਆ ਹੈ ਮਹਾਰਾਜ ਨੇ ਸ਼ਬਦ ਵਰਤੇ ਆ ਨਾ ਬਾਣੀ ਚ ਇਕਲ ਮਾਟੀ ਕੁੰਜਰ ਚਿੰਟੀ ਪੰਜ ਨੇ ਕਹੇ ਬੋ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਇੱਥੋਂ ਤੱਕ ਜਿਹਨੂੰ ਸਾਡੀ ਧਰਮ ਦੀ ਸ਼ਬਦਾਵਲੀ ਚ ਕਿਨੇ ਬੜਾ ਨੀਚ ਬੰਦਾ ਹੈ ਮਹਾਰਾਜ ਕਹਿੰਦਾ ਨੀਚ ਵਿੱਚ ਵੀ ਉਹ ਸਮਾਇਆ ਹੈ ਸਗਲ ਬਨਸਪਤ ਮਹਿ ਬਸੰਤਰ ਸਗਲ ਦੂਧ ਮਹਿ ਕੀਆ ਉੱਚ ਨੀਚ ਮਹਿ ਜੋਤ ਸਮਾਨੀ ਘਟ ਘਟ ਮਾਦੋ ਜੀਆ ਹਰ ਲੱਕੜ ਵਿੱਚ ਅੱਗ ਹੈ ਹਰ ਦੁੱਧ ਵਿੱਚ ਘੋਕ ਹੈ ਕਿਹੜਾ ਉੱਚਾ ਤੇ ਕਿਹੜਾ ਨੀਵਾ ਚਲਾਏ ਤਾਂ ਸਾਰੇ ਉਹਦੇ ਚਲਦੇ ਪਏ। ਇੱਥੇ ਮਹਾਰਾਜ ਕਹਿੰਦੇ ਨੇ ਰਾਰਾ ਰਵ ਰਿਆ ਸਭ ਅੰਤਰ ਜੀਤੇ ਕੀਏ ਜਨਤਾ ਜੰਤ ਉਪਾਏ ਤੰਦੈ ਸਭ ਲਾਏ। ਉਹਨੇ ਸਭ ਤੰਦਿਆਂ ਚ ਲਾਏ ਪਏ ਆ ਜਿਨਨੇ ਨੇ ਸਾਰੇ। ਤੇ ਮਹਾਰਾਜ ਕਹਿੰਦੇ ਨੇ ਕਰਮ ਹੋਵਾ ਤਿੰਨ ਨਾਮ ਲਿਆ। ਤੰਦੇ ਚ ਸਾਰੇ ਲੱਗੇ ਆ ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਹੋ ਜਾਏ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਕੱਲ ਨੂੰ ਮਹਾਰਾਜ ਕਿਰਪਾ ਕਰਨ ਆਪਾਂ ਇਸ ਬਾਣੀ ਦੀ ਸੰਪੂਰਨਤਾ ਕਰਾਂਗੇ ਤੇ ਟਾਈਮ ਥੋੜਾ ਜਿਹਾ ਖੁੱਲਾ ਹੀ ਰੱਖ ਕੇ ਤੇ ਤਾਂ ਜੋ ਗੁਰੂ ਸਾਹਿਬ ਜੀ ਦੇ ਇਸ ਬਚਨ ਨੂੰ ਸੰਪੂਰਨ ਕਰ ਸਕਾਂ ਆਪਨੇ ਬਹੁਤ ਐਸ ਵਾਰੀ ਬਹੁਤ ਆਪ ਭਾਵਨਾ ਅੱਗੇ ਹਰ ਸਾਲ ਹੀ ਆਉਂਦੇ ਹੋ ਭਾਵਨਾ ਸਹਿਤ ਤੇ ਪ੍ਰਬੰਧਕਾਂ ਨੂੰ ਵੀ ਮੈਂ ਵਧਾਈ ਦੇਣਾ ਕਿ ਸਟੇਜ ਉਨ ਥੋੜੀ ਥੋੜੀ ਰੰਗੀ ਲੱਗਣ ਲੱਗ ਪਈ ਜਦੋਂ ਪਹਿਲੀ ਈ ਮੈਂ ਆਇਆ ਸੀ ਨਾ ਮੈਂ ਸੋਚਿਆ ਕਿੱਥੇ ਫਸ ਗਿਆ ਕਿੰਨਾ ਬੰਦਿਆਂ ਚ ਮੈਂ ਸੱਚੀ ਕਹਿੰਦਾ ਮਾਰੇ ਜੂਰੀ ਚ ਹੁਣ ਦਾਤੇ ਨੇ ਮਿਹਰ ਕੀਤੀ ਗੁਰਮਖੋ ਯਾਦ ਰੱਖਿਓ ਗੁਰਦੁਆਰਾ ਭਾਵੇਂ ਤੁਸੀਂ ਸੋਨੇ ਦਾ ਮੜ ਲਓ ਜਿਸ ਜ਼ਮੀਨ ਤੇ ਗੁਰੂ ਲਈ ਭਾਵਨਾ ਸ਼ਰਧਾ ਤੇ ਬੰਦਗੀ ਹੋਵੇਗੀ ਨਾ ਉਹ ਕੁੱਲੀ ਵੀ ਉੱਚੀਆਂ ਇਮਾਰਤਾਂ ਤੋਂ ਉੱਚੀ ਹੋ ਜਾਂਦੀ ਜਿੰਨਾ ਬਿਲਡਿੰਗ ਚ ਜਪ ਤਪ ਮੈਂ ਮੈਂ ਸੱਚੀ ਕਹਿੰਦਾ ਇੱਕ ਦਿਨ ਮਨ ਚ ਆਇਆ ਵੀ ਜੇ ਪਾਠ ਨਹੀਂ ਉਸੋਂ ਦਾ ਪਾਠ ਨਾ ਕਰਿਆ ਕਰੋ ਉਹ ਅਗਲੇ ਲੋਕੀ ਪਹਿਲੇ ਤਿਆਰ ਨੇ ਜੇ ਨਹੀਂ ਸੁਣਦਾ ਜੇ ਸੱਚਾ ਸੁੱਚਾ ਪਾਠੀ ਮੈਂ ਪਹਿਨਾ ਸੱਚਾ ਸੁੱਚਾ ਪਾਠੀ ਕਮਰੇ ਚ ਪਾਠ ਕਰੇ ਕੋਈ ਨਾ ਸੁਣੇ ਕਮਰੇ ਦੀਆਂ ਕੰਧਾਂ ਉੱਤੇ ਵੀ ਉਸ ਪਾਠ ਦਾ ਸਰ ਜਰੂਰ ਹੋਵੇਗਾ ਔਰਾ ਚੇਂਜ ਹੋ ਜਾਏਗਾ ਜੀ ਇਕੋਦਮ ਸਭ ਕੁਝ ਤਬਦੀਲ ਹੋ ਜਾਏਗਾ ਤੁਸੀਂ ਅੰਦਰ ਵੜੋਗੇ ਸੁਰਤ ਇਕੱਠੀ ਹੋਣੀ ਸ਼ੁਰੂ ਹੋ ਜਾਏਗੀ ਇਹ ਨਹੀਂ ਵੀ ਪਾਠ ਪਾਠ ਕੋਈ ਸਿਲੇਬਸ ਥੋੜਾ ਹੈ ਮੇ ਦਾ ਇਹ ਉਹ ਸ਼ਬਦ ਜਿਹੜਾ ਆਇਆ ਤੇ ਜਿੰਨੇ ਕਦੀ ਜਾਣਾ ਨਹੀਂ ਭਾਵੇਂ ਚਲੋ ਇਹ ਸਾਰੀ ਅਸੀਂ ਮੈਂ ਵੀ ਕਥਾ ਕਰਦੇ ਆ ਕਿ ਨਾ 1469 ਨੂੰ ਬਾਬਾ ਜੀ ਆਏ 1539 ਨੂੰ ਬਾਬਾ ਜੀ ਚਲੇ ਗਏ ਇੱਕ ਇਹ ਗੁਰਮਕਸਨ ਕੀਰਤਨ ਸੁਣਦੇ ਇੱਥੇ ਦਰਬਾਰ ਸਾਹਿਬ ਭਾਈ ਵੀਰ ਸਿੰਘ ਨੇ ਉਹਨਾਂ ਦਾ ਨਾਂ ਲਿਖਿਆ ਸ਼ਾਲੋਨੇ ਵਾਲੇ ਸਾਧ ਸੰਤ ਉਹ ਜਦੋਂ ਕੀਰਤਨ ਸੁਣ ਕੇ ਬਾਹਰ ਨਿਕਲਦੇ ਸਨ ਨਾ ਸੱਚੀ ਮੁੱਚੀ ਵਜਤ ਚਾ ਕੇ ਕਹਿੰਦੇ ਸਨ ਨਾ ਰੇ ਪੀਰ ਪਗੰਬਰ ਅਵਤਾਰ ਆਏ ਸਭ ਹੀ ਚਲੇ ਗਏ ਗੁਰੂ ਨਾਨਕ ਆਇਆ ਉਹ ਗਿਆ ਨਹੀਂ ਚਲੋ ਮੇਰੇ ਸਾਥ ਹਰ ਮੰਦਰ ਮੇਂ ਸ਼ਬਦ ਕਾ ਰੂਪ ਧਾਰਨ ਕਰਕੇ ਸਦਾ ਕੇ ਲੀਏ ਬੈਠ ਗਿਆ ਸੱਚ ਇਹ ਵੇ ਗੁਰੂ ਇਹ ਅੱਖਰ ਨਹੀਂ ਇਹ ਅੱਖਰਾਂ ਚ ਗੁਰੂ ਨਾਨਕ ਸਾਹਿਬ ਹੈ ਇਹਨਾਂ ਅੱਖਰਾਂ ਚ ਗੁਰੂ ਵਰਤਦਾ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਹੋਰ ਚੜ੍ਹਦੀ ਗਲਾ ਬਖਸ਼ੇ ਪਿਆਰ ਇਤਿਬਾਕ ਬਖਸ਼ੇ ਚਲੋ ਇਹ ਨਾ ਕਿਹਾ ਜੀ ਹੁਣ ਇੱਥੇ ਆਉਂਦਾ ਤਾਪ ਬਟਰੀ ਮੇਰਾ ਵੀ ਧਰਬ ਹੈ ਮੈਂ ਜੇ ਨਹੀਂ ਕਹਿਣਾ ਕੁਝ ਸਤੇ ਜਾਣੇ ਹੱਥ ਤੇ ਗਿਣੀਆਂ ਜਿਹਦੇ ਪ੍ਰਬੰਧਕ ਸਾਹਮਣੇ ਬਹਿ ਕੇ ਸੁਣਦੇ ਆ ਇੱਕ ਜਗ੍ਹਾ ਤੇ ਮੈਂ ਆਸਟ੍ਰੇਲੀਆ ਆ ਸੁਣਦੇ ਹੋਣਗੇ ਉਹ ਆਈ ਕੋਈ ਨਹੀਂ ਮੈਂ ਕਥਾ ਕਰੀ ਜਾ ਤੇ ਮੈਂ ਉੱਥੇ ਕਿਹਾ ਸੀ ਮੈਂ ਯਾਰੋ ਤੂੰ ਹੀ ਸਾਰੇ ਚੰਗੇ ਹੋ ਤੂੰ ਜਵਾਨ ਦੇ ਜਵਾਨ ਨੂੰ ਮੈਂ ਬੁੱਢਾ ਹੋ ਗਿਆ ਵਾ ਉਸ ਦਿਨ ਮੈਂ ਕਿਹਾ ਸੀ ਉਹਨਾਂ ਨੂੰ ਤੁਹਾਡਾ ਪ੍ਰਬੰਧਕ ਵੀਰੋ ਜੇ ਪ੍ਰਬੰਧਕ ਬੈਠਾ ਇੱਕ ਕੰਮ ਹੋਰ ਮੈਂ ਭਾਈ ਸਾਹਿਬ ਨੂੰ ਕਿਹਾ ਵੀ ਹੁਣ ਜੇ ਤੁਸੀਂ ਮਨਾਣਾ ਜਿੰਨੇ ਹੋਣੇ ਨਾ ਵੀਰ ਤੁਸੀਂ ਸਬਜੈਕਟ ਪਹਿਲਾਂ ਦੇ ਦਿਓ ਇੰਟਰਵਿਊ ਲੈ ਲਈ ਨਹੀਂ ਹੁਣ ਪੱਟੀ ਹੋ ਗਈ ਹੈ ਕਿਸੇ ਹੋਰ ਬਾਣੀ ਨੂੰ ਕਿਉਂਕਿ ਸੰਗਤ ਜਿੰਨਾ ਸ਼ਬਦ ਨਾਲ ਜੁੜੇਗੀ ਨਾ ਗੁਰੂ ਗ੍ਰੰਥ ਸਾਹਿਬ ਨਾਲ ਉਹਨਾਂ ਰਸਾਡ ਬਣੇਗਾ ਤੇ ਇੱਕ ਮੈਂ ਮਾਰੇ ਤੇ ਭਰੋਸਾ ਕਰਕੇ ਕਹਿਣਾ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਸਮਝ ਪੈ ਲੱਗ ਪਈ ਨਾ ਕੋਈ ਮਾਈਕਾ ਲਾਲ ਖੱਬੇ ਸਜੇ ਖਿੱਚਨੇ ਲੈ ਜਾ ਸਕਦਾ ਪਰ ਉਹ ਕਥਾ ਨਾਲ ਹੀ ਬੈਣੀ ਹੈ ਪਣੋ ਕਥਾ ਵੀ ਆਪੂ ਆਪਣੇ ਢੰਗ ਦੀ ਤੇ ਗੁਰੂ ਸਾਹਿਬ ਮੇਰ ਕਰਨ ਆਓ ਜੀ ਸਭ ਦਾ ਧੰਨਵਾਦ ਬਾਈ 5 ਮਿੰਟ ਲਾ ਲਈਏ ਸਵੇਰੇ ਛੁੱਟੀ ਸਭ ਨੂੰ ਕਰੋ ਕਿਰਪਾ ਸਾਰੇ ਬੋਲਿਓ ਜੀ ਕੱਲ ਦੇਖੋ ਤੁਸੀਂ ਉਹਨਾਂ ਸਾਰਿਆਂ ਦੀ ਯਾਦ ਚ ਬੋਲੇ ਤੇ ਮੈਂ ਫਿਰ ਅੱਜ ਬੇਨਤੀ ਕਰਾਂਗਾ ਕੋਈ ਰਸਨਾ ਹੁਣ ਅੱਜ ਆਪਾਂ ਬੋਲਣਾ ਤਿੰਨ ਹਿੱਸਿਆਂ ਚ ਦੋ ਹਿੱਸਿਆਂ ਬੋਲਿਆਂ ਚ ਕਿਉਂਕਿ ਮੈਨੂੰ ਵੀ ਉਹ ਡੇਡ ਪੌਣਾ 2 ਘੰਟੇ ਹੋ ਗਿਆ ਬੋਲਦਿਆਂ ਜੀ ਤਿੰਨ ਹਿੱਸਿਆਂ ਚ ਮੇਰਾ ਸਾਹ ਨਿਕਲ ਜਾਂਦਾ ਪਹਿਲਾਂ ਦਾਸ ਬੋਲੇਗਾ ਫਿਰ ਸਿੰਘੋ ਤੁਸੀਂ ਬੋਲਣਾ ਫਿਰ ਬੀਬੀਓ ਭੈਣੋ ਤੁਸੀਂ ਤਿੰਨ ਹਿੱਸੇ ਇਦੀ ਸ਼ੁਰੂਆਤ ਬਾਬਾ ਅਤਰ ਸਿੰਘ ਉਹਨਾਂ ਨੇ ਕੀਤੀ ਸੀ। ਤਿੰਨ ਹਿੱਸਿਆਂ 'ਚ ਕਰੋ ਕਿਰਪਾ ਪਿਆਰ ਨਾਲ ਪਹਿਲਾਂ ਦਾਸ ਫਿਰ ਖਾਲਸਾ ਜੀ ਆ ਫਿਰ ਬੀਬੀਓ ਪੈਣਾ ਉੱਚੀ ਆਵਾਜ਼ 'ਚ ਜਿੰਨਾ ਉੱਚੀ ਬੋਲੋਗੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੇ ਦਰ ਤੇ ਬਖਸ਼ਿਸ਼ ਵਰਤੇਗੀ ਜੀ। ਵਾਖੇ ਗੁਰੂ ਸਾਰੇ ਸਿੰਘ ਬੋਲੋ। ਗੁਰੂ ਬੀਬੀਆਂ ਪਹਿਣਾ ਉੱਚੀ ਆਵਾਜ਼ ਸਾਰੇ

you ਬਹੁਤ ਬਹੁਤ ਧੰਨਵਾਦ ਗੁਰਮਖੋ ਆਪ ਜੀ ਨੇ ਅਸੀਸ ਦਿੱਤੀ ਮੈਂ ਬਹੁਤ ਸ਼ਬਦ ਲਫਜ਼ ਤਲਫਜ਼ ਭਾਵਨਾ ਵਿੱਚ ਵਹਿ ਕੇ ਕਈ ਵਾਰੀ ਗਲਤੀ ਕਰ ਦੇਣਾ ਆਪ ਜਰੂਰ ਬਖਸ਼ ਦਿਹਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ